Hola, García. ਸਤਿ ਸ੍ਰੀ ਅਕਾਲ ਬਈ ਗੁਰਦਿੱਤ ਸਿਆ, ਸਵੇਰ ਦੀ ਸੈਰ ਦਾ ਨਗਾ ਤਾਂ ਤੂੰ ਵੀ ਨਹੀਂ ਪੈਣ ਦਿੰਦਾ। ਉਹ ਬਈ ਸੁੱਚਾ ਸੀ ਆ, ਬੁੱਢਾ ਹੋਇਆ ਸ਼ੇਖ ਫਰੀਦਾ ਤੇ ਕੰਮਣ ਲੱਗੀ ਦੇ। ਬੁੱਢੇ ਅੱਡਾਂ ਨੂੰ ਨੀਂਦ ਕਿੱਥੇ ਆਉਂਦੀ ਏ? ਫਿਰ ਕੀ ਕਰੀਏ, ਸਰਗੀ ਵੇਲੇ ਜਾਗ ਜਾਈਦਾ। ਰੱਬ ਦਾ ਨਾਂ ਲਓ, ਸੈਰ ਕਰੋ। ਉਹ ਕੁਛ ਕਰਨ ਦੀ ਲੋੜ ਵੀ ਕੀ ਹੈ? ਕਿਹੜੀ ਚੀਜ਼ ਦਾ ਘਾਟਾ ਛੱਡਿਆ ਨੀਲੀ ਛਤਰੀ ਵਾਲੇ ਨੇ? ਮੈਂ ਸੁਣਿਆ ਤੇਰਾ ਪੋਤਾ ਆ ਰਿਹਾ ਇੰਗਲੈਂਡ ਤੋਂ। ਤੂੰ ਠੀਕ ਸੁਣਿਆ ਜਾਗਦਾ? 20 ਸਾਲਾਂ ਬਾਅਦ ਆਪਣੇ ਪੋਤੇ ਦਾ ਮੂੰਹ ਵੇਖਾਂਗਾ ਮੈਂ। ਉੱਪਰ ਵਾਲੇ ਦਾ ਇਨਸਾਫ ਪੱਕਾ ਹੁੰਦਾ, ਬੰਦੇ ਦੀ ਸੁਣਦਾ ਜ਼ਰੂਰ ਹੈ, ਕਿਸੇ ਦੀ ਪਹਿਲਾਂ ਕਿਸੇ ਦੀ ਮਗਰੋਂ। ਹਾਂ, ਮੈਨੂੰ ਤੇ ਐਵੇਂ ਜਾਪਦਾ ਜਿਵੇਂ ਮੇਰਾ ਆਪਣਾ ਮੁੰਡਾ ਆ ਰਿਹਾ ਹੋਵੇ। ਉਹ ਖੂਨ ਤਾਂ ਤੇਰੇ ਹੀ ਆ ਗੁਰਦਿੱਤ ਸਿਆ, ਰੱਬ ਨੇ ਪੁੱਤ ਵਾਪਸ ਲਿਆ ਸੀ, ਪੋਤਾ ਭੇਜ ਰਿਹਾ। ਉਹਦੀਆਂ ਖੇਡਾਂ ਨੇ, ਜਿਵੇਂ ਜਿਵੇਂ ਖੇਡਾਂਦਾ ਆਪਾਂ ਖੇਡੀ ਜਾਂਦੇ ਹਾਂ। ਗੁਰਦਿੱਤ ਸਿਆ, ਕਈ ਖੇਡਾਂ ਬੰਦੇ ਨੂੰ ਆਪ ਵੀ ਖੇਡਣੀਆਂ ਪੈਂਦੀਆਂ ਨੇ। ਹੁਣ ਪੋਤਾ ਆਇਆ ਤਾਂ ਵਾਪਸ ਨਾ ਜਾਣਦਾ ਹੀ, ਕੋਈ ਕੁੜੀ ਲੱਭ ਕੇ ਪੱਕਾ ਜੋੜ ਪਾ ਦੇ ਵਿਆਹ ਦਾ, ਤੇ ਨਾਲੇ ਜੇ ਬਾਹਰ ਜਾਊਗਾ ਵੀ ਵਾਪਸ ਤਾਂ ਛੇਤੀ ਛੇਤੀ ਇੱਧਰ ਆ ਜਾ ਕਰੂਗਾ। ਜਾਗਰ ਸਿਆ, ਗੱਲ ਤਾਂ ਤੇਰੀ 100% ਠੀਕ ਆ, ਪਰ ਜੋ ਰੱਬ ਨੂੰ ਮਨਜ਼ੂਰ ਆਪਣੇ ਹੱਥ ਕੀ ਆ। ਹੈਂ, ਆ ਜਾ ਆ ਜਾ, ਚਲੋ। ਲਾਈਏ ਫਿਰ ਸੀਪ ਮਿਸਟਰ ਅੰਗਰੇਜ਼, ਤੂੰ ਕੱਲ ਬੂਰੀ ਮੱਝ ਵਾਸ਼ ਨਹੀਂ ਕੀਤੀ, ਤੇਰੀ ਸਜ਼ਾ ਵੀ ਆਥਣ ਦੀ ਰੋਟੀ ਸਿਰਫ ਗੰਢੇ ਨਾਲ। ਹਾਂ ਬਈ, ਤੇਰੀ ਕੀ ਸੀਪ ਲਾਈਏ ਰਾਮੂ ਐਕਸਪ੍ਰੈਸ, ਜ਼ਰਦਾਬਾਦ ਔਰ ਕਾਮ ਘਾਟ ਕਰਨੇ ਵਾਲੇ, ਤੂੰ ਕੱਲ ਮੋਟਰ ਚਾਲਤੀ ਛਾੜ ਆਇਆ ਔਰ ਪਾਠੇ ਗਵਾਂਢੀ ਕੇ ਵਾਢ ਲਾਇਆ, ਤੇਰੀ ਸਜ਼ਾ ਵੀ ਤੇਰਾ 2 ਦਿਨ ਲਈ ਰੇਡੀਓ ਸੁਣਨਾ ਬੰਦ। ਸਲੈਂਸ ਸਲੈਂਸ ਨਖਰੇ ਵਿਣ ਸੋਹਣੀ ਤੀਵੀਂ ਭੋਰਾ ਵੀ ਜੱਚਦੀ ਨਾ। ਤੇ ਬੋ ਜੀ, ਕੱਲ ਤੁਸੀਂ ਦਾਦਾ ਜੀ ਦੇ ਕੱਪੜੇ ਪ੍ਰੈਸ ਨਹੀਂ ਕੀਤੇ, ਚੋਰੀ ਮਲਾਈ ਖਾਂਦੀ ਮੈਂ ਦੇਖੀ, ਤੈਨੂੰ ਹੁਣ ਕੀ ਸਜ਼ਾ ਦਈਏ, ਹੋ ਜਾਂਦੀਆਂ ਗਲਤੀਆਂ। ਨੋ ਸੀ, ਤੂੰ ਚੁੱਪ ਕਰ। ਲੈ ਹੁਣੀ ਚੁੱਪ ਕਰਨ ਨੂੰ ਕਹੀ ਜਾਨੀ ਹੈ? ਦਾਦਾ ਜੀ? ਦਾਦਾ ਜੀ ਨਹੀਂ, ਮੈਨੂੰ ਕਹਿੰਦਾ ਜੀ ਕਹਿ ਕੇ ਬੁਲਾ। ਦਾਦਾ ਜੀ ਆ ਗਏ। ਬਾਕੀ ਸੀਪ ਕੀ ਹੋ ਰਿਹਾ ਬਈ ਖੋਜੀ? ਆ ਦਾਦਾ ਜੀ, ਅੱਜ ਨਾ ਤੁਹਾਡੇ ਖੋਜੀ ਨੇ ਕੱਲੇ ਕੱਲੇ ਸਰਵੈਂਟ ਦੀ ਕਲਾਸ ਲਈ ਹੈ ਜੀ, ਹਰੇਕ ਦੀ ਸੀਪ ਲਾਤੀ, ਤੁਸੀਂ ਆਪਣੇ ਨਰਮ ਸੁਭਾਅ ਕਰਕੇ ਜਿਆਦਾ ਸਿਰ ਤੇ ਚੜਾ ਲੇ। ਤੂੰ ਡਰਮੇ ਬਾਜੀ ਬੰਦ ਕਰ, ਨਾਲ ਆ ਮੇਰੇ ਜੀ। ਤੈਨੂੰ ਪਤਾ ਕੱਲ ਕੌਣ ਆ ਰਿਹਾ? ਆਪਣੇ ਖਾਸ ਮਹਿਮਾਨਾਂ ਨੇ ਆਉਣਾ ਜੀ। ਓਏ, ਮਹਿਮਾਨਾਂ ਨੇ ਨਹੀਂ ਮੂਰਖਾ, ਘਰ ਦਾ ਵਾਰਸ ਆ ਰਿਹਾ ਹੈ, ਰੂਪ ਆ ਰਿਹਾ ਲੰਡਨ ਤੋਂ, ਮੇਰਾ ਪੋਤਾ ਰੂਪ। ਆਪਾਂ ਫੁੱਲ ਸੇਵਾ ਕਰਨੀ ਜੀ ਉਹਨਾਂ ਦੀ, ਫਿਰ ਜਦੋਂ ਆਪਾਂ ਉੱਥੇ ਗਏ ਉਹ ਆਪਣੀ ਸੇਵਾ ਕਰਨਗੇ। ਤਾਂ ਤੂੰ ਚੁੱਪ ਨਹੀਂ ਰਿਹਾ ਜਾਂਦਾ? ਦੇਖ ਪੁੱਤਰ, ਉਹਦੇ ਨਾਲ ਉਹਦਾ ਇੱਕ ਦੋਸਤ ਵੀ ਆ ਰਿਹਾ, ਤੇ ਦੋਹਾਂ ਲਈ ਅਲੱਗ ਅਲੱਗ ਕਮਰਾ ਤਿਆਰ ਕਰਾ ਦੇ। ਸਮਝੋ ਜੀ, ਕਰਤੇ। ਦੇਖ ਪੁੱਤਰ, ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ। ਮੇਰਾ ਪੋਤਾ ਪਹਿਲੀ ਵਾਰ ਪੰਜਾਬ ਆ ਰਿਹਾ, ਮੈਂ ਤੇ ਮੇਰੀ ਪਿੱਠ ਲਵਾ ਦੇ। ਆਈ ਨਹੀਂ ਤੁਹਾਡਾ ਕੋ ਜੀ ਸੀਪ ਲੱਗਣ ਦਿੰਦਾ। ਜਿੰਨਾ ਨਿੱਕਾ ਓਨਾ ਹੀ ਤਿੱਖਾ। ਉਹ ਤਾਂ ਹੈ। ਦਾਰੂ ਪੀਣੀ ਸ਼ੌਕ ਦਿਲਦਾਰਾਂ ਦਾ, ਦਿਲ ਦੇਣਾ ਸ਼ੌਕ ਮੁੰਡਿਆਰਾਂ ਦਾ, ਪੀਤੀ ਹੋਵੇ ਕੋਲ ਨਾ ਖੜਦੀ, ਸੋਫੀ ਨੂੰ ਜੀ ਜੀ ਕਰਦੀ। ਆ ਲੋ ਜੀ ਦਾਦਾ ਜੀ, ਚੱਕ ਲੋ ਰੱਬ ਦਾ ਨਾਂ ਲੈ ਕੇ। ਪਤਾ ਨਹੀਂ ਯਾਰ, ਇਹ ਮਾੜੀ ਆਦਤ ਕਿੱਥੋਂ ਪੈ ਗਈ, ਪੀਤੇ ਬਿਨਾ ਨੀਂਦ ਹੀ ਨਹੀਂ ਆਉਂਦੀ। ਦਾਦਾ ਜੀ, ਦਾਰੂ ਨੂੰ ਮਾੜੀ ਨਾ ਕਹੋ, ਮੇਰੇ ਤੋਂ ਨਾ ਬਰਦਾਸ਼ਤ ਨਹੀਂ ਹੁੰਦਾ। ਆ ਦੇਖੋ, ਇਹ ਤਾਂ ਕਰਮ ਵਾਲਿਆਂ ਨੂੰ ਨਸੀਬ ਹੁੰਦੀ ਹੈ, ਨਾਲੇ 8ਵੇਂ ਸਮੁੰਦਰ ਦਾ ਪਾਣੀ ਹੈ ਇਹ। ਤੂੰ ਮੈਨੂੰ ਜ਼ਿਆਦਾ ਖਰਾਬ ਕਰਨਾ, ਜੇ ਮੇਰਾ ਚਿੱਤ ਨਾ ਵੀ ਕਰੇ ਨਾ, ਤੂੰ ਮੈਨੂੰ ਧੱਕੇ ਚੋਰੀ ਪਿਲਾ ਦੇਣਾ। ਕਿਹੜੀਆਂ ਗੱਲਾਂ ਚ ਪੈ ਗਏ ਦਾਦਾ ਜੀ? ਦਾਰੂ ਗੱਲਾਂ ਨੂੰ, ਘਿਓ ਮੱਲਾਂ ਨੂੰ, ਇਹਨੂੰ ਵਿਕੇ ਦਾ ਬੰਦਾ ਲਾਲ ਸੁਰਖ ਰਹਿੰਦਾ। ਚੱਕੋ ਪੈਗ ਨਾ। ਮੈਂ ਸੋਚ ਰਿਹਾ ਕੱਲ ਨੂੰ ਮੁੰਡੇ ਆ ਜਾਣਗੇ, ਉਹਨਾਂ ਦੇ ਸਾਹਮਣੇ ਪੀਂਦਾ ਮੈਂ ਚੰਗਾ ਲੱਗੂ? ਛਿੜ ਛਿੜ ਤਾਂ ਬਾਹਰਲੇ ਵੀ ਲਾ ਹੀ ਲੈਂਦੇ ਜੀ, ਘਬਰਾਓ ਨਾ। ਹਾਂ, ਪਰ ਜੇ ਉਹ ਨਾ ਲੈਂਦੇ ਹੋਏ ਫੇਰ? ਫੇਰ ਦਾਦਾ ਜੀ, ਤੁਸੀਂ ਮੈਨੂੰ ਵੀ ਚਿੰਤਾ ਚ ਪਤਾ ਕੀ ਕਰਾਂਗੇ? ਦਰ ਫਟੇ ਮੂੰਹ, ਓਏ ਖੋਜੀ ਨਾ ਰਖਾਈ ਬੈਠਾ ਤਾਂ ਕੋਈ ਖੋਜ ਕੱਢ। ਦਾਦਾ ਜੀ, ਕੱਲ ਦੀ ਗੱਲ ਕੱਲ ਤੇ ਛੱਡੋ, ਅੱਜ ਦਾ ਸਵਾਦ ਨਾ ਖਰਾਬ ਕਰੋ, ਖਿੱਚੋ ਪੈਗ। ਦੇਖ ਲੈ ਫੇਰ। ਹਾਂ, ਲਾਵਾਂਗੇ ਸੀ ਪਾਪਾ, ਖਿੱਚੋ। ਮਜ਼ਾ ਆ ਗਿਆ। ਹੋਰ ਲਿਆ ਮਾ ਜੀ? ਲਿਆ ਫਿਰ। ਲੱਗਦਾ ਤਾਂ ਆਪਣਾ ਹੀ ਸਰਦਾਰ ਹੈ। ਤੁਹਾਡਾ ਹੀ ਨਾ ਰੂਪ ਹੈ ਮਾਲਕੋ? ਓ ਯੇ ਯੇ ਯੇ, ਮਾਈ ਰੂਪ ਹੈ ਜੀ। ਆਇਆਂ ਨੂੰ ਜੀ, ਵੈਲਕਮ। ਤੁਹਾਨੂੰ ਤਾਂ ਦਾਦਾ ਜੀ ਕਿਹੜੇ ਵੇਲੇ ਦੇ ਡਿੱਕੀ ਜਾਂਦੇ ਨੇ, ਉਹ ਦੇਖੋ।
ਪੈਰੀ ਨਹੀਂ ਪੁੱਤਰ, ਮੇਰੇ ਸੀਨੇ ਨਾਲ ਲੱਗ ਮੁੱਦਤਾਂ ਹੋ ਗਈਆਂ ਉਡੀਕਦਿਆਂ, ਮੇਰਾ ਕਲੇਜਾ ਠੰਡਾ ਕਰ ਦਿਆ ਪੁੱਤਰ। ਸ਼ੁਕਰ ਉਸ ਵਾਹਿਗੁਰੂ ਦਾ ਇਹਨੇ ਜਿਉਂਦੇ ਜੀ ਮੈਨੂੰ ਆਪਣੇ ਪੋਤੇ ਨਾਲ ਮਿਲਾ ਤਾ। ਪਰ ਤੂੰ ਤਾਂ ਜਮਾ ਆਪਣੇ ਪਿਓ ਤੇ ਗਿਆ, ਸਮੇਂ ਦਾ ਸਮਾਂ। ਤੁਸੀਂ ਠੀਕ ਆ ਦਾਦਾ ਜੀ? ਹਾਂ ਪੁੱਤਰ ਤੂੰ ਆ ਗਿਆ, ਮੈਂ ਤਾਂ ਕਾਇਮ ਹੋ ਗਿਆ, ਮੇਰੀ ਤਾਂ 20 ਸਾਲ ਉਮਰ ਵੱਧ ਗਈ ਹੈ। ਸਫ਼ਰ ਠੀਕ ਰਿਹਾ ਨਾ ਪੁੱਤਰ? ਗੁੱਡ ਸੀ, ਗ੍ਰੇਟ। ਨਾਲੇ ਤੂੰ ਕਹਿ ਰਿਹਾ ਸੀ ਤੇਰਾ ਬੇਲੀ ਆ ਰਿਹਾ, ਆਇਆ ਨਹੀਂ? ਓ ਯੇ 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 ਯੇ, ਓ ਕਾਰ ਦੀ ਬੈਕ ਸੀਟ ਤੇ ਪਿਆ। ਚੰਗਾ ਜੀ। Am I safe? Where is Roop? Roop? Spin your world. ਕਿੱਥੇ ਮੈਂ? ਪਿੰਡ ਦਾ ਨਾਮ ਫਰਮਾਹੀ ਹੈ ਮਾਲਕੋ, ਤੇ ਇਸ ਵਕਤ ਤੁਸੀਂ ਦਾਦਾ ਜੀ ਦੇ ਘਰ ਚ ਗੱਡੀ ਚ ਲੰਮ ਲੇਟ ਪਏ ਸੀ। That's great. I know we are a bit late. ਆ ਮੈਨੂੰ ਦੇ ਦਿਆ ਜੀ। Hey, don't touch it, don't touch it. This is my personal handy cam, you know. ਕਿਦਾਂ ਇੰਡੀਆ ਚੋਰੀਆਂ ਬਹੁਤ ਕਰਦੀ, I know, huh? ਤੂੰ ਕੌਣ ਆ? ਖੋਜੀ। ਗੌਜੀ ਨਹੀਂ, ਖੋਜੀ, ਖੋਜੀ, ਗੌਜੀ। ਗਲਤ ਸੀਪ ਨਾ ਲਾਓ, ਹੌਲੀ ਹੌਲੀ ਸਿਖਾ ਦਿਆਂਗੇ। So smart. ਆਓ ਜੀ ਦਾਦਾ ਜੀ ਨੂੰ ਮਿਲੋ। ਵੇਸ ਦਾਦਾ ਜੀ, ਹੈਲੋ ਦਾਦਾ ਜੀ। ਡੀਜੇ ਹਪ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੋਹਨਾ। ਓਏ ਕਾਕਾ, ਜੇ ਮੈਂ ਇਹਦਾ ਦਾਦਾ ਹੋਇਆ ਤਾਂ ਤੇਰਾ ਵੀ ਦਾਦਾ ਹੀ ਹੋਇਆ ਨਾ। ਓ ਆਈ ਐਮ ਸੋ ਸੌਰੀ, ਹੀ ਇਜ਼ ਵੈਰੀ ਰਾਈਟ। ਹਾਂ, ਕਿਦਾਂ ਮੈਂ ਹੁਣ ਤੁਹਾਨੂੰ ਦਾਦਾ ਅੰਕਲ ਜੀ ਕਹਿਣਾ ਹੈ? ਦਾਦਾ ਅੰਕਲ ਜੀ ਸਤਿ ਸ਼੍ਰੀ ਅਕਾਲ। ਜਦ ਦਾਦਾ ਜੀ ਕਹਤਾ ਫਿਰ ਅੰਕਲ ਕਹਿੰਦੇ ਕੀ ਲੋੜ ਹੈ? ਇਜ਼ ਆਲਸੋ ਰਾਈਟ। ਹਾਂ, ਯੂ ਸੋ ਸਮਾਰਟ ਮਿਸਟਰ ਖੋਜੀ। ਖੋਜੀ ਨਹੀਂ, ਖੋਜੀ। ਕਿਉਂ ਜੀ? ਖੋਜੀ, ਖੋਜੀ। ਪਰ ਅੰਕਲ ਜੀ ਜਿੱਦਾਂ ਖੋਜੀ ਕੌਣੀ ਆ? ਚਲੋ ਛੱਡੋ ਪਰਾਂ, ਕਾਕਾ ਸਫ਼ਰ 'ਚ ਕੋਈ ਤਕਲੀਫ਼ ਤਾਂ ਨਹੀਂ ਹੋਈ? ਨੋ, ਕਿਦਾਂ ਪਲੇਨ 'ਚ ਤਾਂ ਸਾਰਾ ਠੀਕ ਹੀ ਰਿਹਾ ਜੀ, ਪਰ ਜਦੋਂ ਇੱਥੇ ਆ ਕੇ ਗੱਡੀ 'ਚ ਬੈਠੇ ਆ ਨਾ, ਯੂ ਕੈਨਟ ਬਿਲੀਵ ਆਈ ਵਾਸ ਅਬਾਊਟ ਟੂ ਡਾਈ। ਇੱਥੇ ਕਿਦਾਂ ਰੋਡ 'ਤੇ ਸਿਸਟਮ ਹੀ ਨਹੀਂ ਹੈ ਕੋਈ? ਯੇ ਐਵਰੀ 5 ਮਿੰਟਸ ਟ੍ਰੈਫਿਕ ਸਟਕ ਹੋ ਜਾਂਦੇ, ਮੈਂ ਤਾਂ 1 ਮਿੰਟ ਵੀ ਆਈਜ਼ ਨਹੀਂ ਸ਼ਟ ਕਰ ਸਕਿਆ। ਇਨ ਦੈਟ ਐਂਡ ਆਈ ਸਾ ਸੋ ਮੈਨੀ ਸ਼ੀਪ ਔਨ ਦਾ ਰੋਡ, ਵੀ ਬਿਲੀਵ ਕਿਦਾਂ ਸੜਕ ਦੇ ਉੱਤੇ ਪੀਟਾਂ ਦੇਖੀਆਂ, ਪੀਟਾਂ। ਪੀਟਾਂ ਨਹੀਂ, ਪੇਡਾਂ। ਆ ਤੇ ਕਿਦਾਂ ਸੇਮ ਹੈ ਯਾਰ, ਰੁਕ। ਕਿਦਾਂ ਯੂ ਰਿਮੈਂਬਰ ਕਿ ਸੜਕ ਤੇ ਹਾਥੀ ਦੇਖਿਆ? ਓ ਯੇ 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 ਯੇ, ਲੈ ਇੰਡੀਆ ਕਿਦਾਂ ਗ੍ਰੇਟ ਆ, ਇੱਥੇ ਤਾਂ ਹਾਥੀ ਵੀ ਮੰਗਲ ਲਾਇਆ ਆ। ਅੰਕਲ ਯੂ ਕੈਨਟ ਬਿਲੀਵ, ਮੈਂ ਤਾਂ ਨਾ ਕਿਦਾਂ ਸਾਰਾ ਕੁਝ ਰੱਬ ਤੇ ਸਿੱਟ ਕੇ ਬੈਕ ਤੇ ਪੈ ਗਿਆ ਜਾ ਕੇ। ਮੈਂ ਕਿਹਾ ਜੇ ਤਾਂ ਠੀਕ ਠਾਕ 8 ਪਏ ਫੇਰ ਤਾਂ ਕਿਦਾਂ ਦਾਦਾ ਜੀ ਦੇ ਘਰ, ਨਹੀਂ ਤਾਂ ਵਾਹਿਗੁਰੂ ਜੀ ਦੇ ਘਰ। ਨਾਈਸ ਹਾਊਸ ਹੈ। ਰੂਪਸ ਕਿਦਾਂ ਲੰਡਨ 'ਚ ਹੁੰਦਾ ਨਾ 4-5 ਮਿਲੀਅਨ ਦਾ ਹੋਣਾ ਸੀ। ਓ ਯੇ, ਓ ਲੰਡਨ ਨੂੰ ਛੱਡੋ ਮਾਲਕੋ, ਵਾਪਸ ਇੱਥੇ ਆ ਜਾਓ। ਪੰਜਾਬ 'ਚ ਤਾਂ ਕੋਠੀ ਤੇ ਕੋਠੀ ਚੜੀ ਪਈ ਹੈ, ਕਿੰਨੇ ਦੀ ਗਿਣਤੀ ਕਰੋਗੇ? ਕਿਦਾਂ ਅੰਕਲ ਜੀ, ਸੌਰੀ, ਦਾਦਾ ਜੀ ਕੌਣੀ ਆ? ਇਹ ਖੋਜੀ ਹੈ। ਨਹੀਂ, ਖੋਜੀ ਮਤਲਬ ਠੀਕ ਆ, ਖੋਜੀ ਮਤਲਬ ਕੌਣ ਹੁੰਦੇ ਆ? ਖੋਜੀ ਮੇਰਾ ਨਾਂ ਹੈ ਬਈ। ਕਿਦਾਂ ਤੂੰ ਚੁੱਪ ਕਰ ਸਕਦੇ ਆ, ਗੱਲ ਕਰ ਲੈਂਦੇ? ਓ ਅੱਛਾ ਅੱਛਾ, ਮੈਂ ਸਮਝ ਗਿਆ ਬਈ, ਇਹ ਘਰ ਦਾ ਚੌਧਰੀ ਹੈ, ਇਹਦੇ ਬਗੈਰ ਤਾਂ ਮੈਂ ਵੀ ਕਿਸੇ ਕੰਮ ਦਾ ਨਹੀਂ। Oh, okay, okay, okay. Now I got the point. You mean to say, short man, big gun. ਹੁਣ ਜਮਾ ਠੀਕ ਸੀ ਭਲਾਈ ਹੈ। So smart, hmm? Beautiful. Roops, ਕਿੱਦਾਂ ਲੱਗਦਾ ਤੇਰਾ ਦਾਦਾ ਜੀ ਦਾ ਕਿੰਗਿਆ? Such a big house. ਨੌਕਰਾਂ ਦੀ ਕਿੱਦਾਂ ਪਲਟਣੀ ਆ? ਕਿੱਦਾਂ ਮੈਂ ਇੱਥੇ ਜੰਮਣਾ ਸੀ ਨਾ, ਕਿੱਦਾਂ ਮੈਂ ਇੱਥੇ ਰਹਿਣਾ ਸੀ, ਜਾਣਾ ਨਹੀਂ ਸੀ। ਹੂੰ, ਕੀ ਸੋਚਦਾ ਆ? ਮੈਂ ਹੈਰਾਨ ਆ, ਮੇਰੇ ਡੈਡ ਇੰਨੀ ਪ੍ਰੋਪਰਟੀ, ਇੰਨੀ ਨਾਈਸ ਪਲੇਸ ਛੱਡ ਕੇ ਯੂਕੇ ਕੀ ਕਰਨ ਗਏ ਸੀ? ਮੈਰਿਜ ਕਰਾ ਲਈ ਸੀ, ਮਨੀ ਅਰਨ ਕਰ ਲਿਆ ਸੀ, ਵਾਪਸ ਆ ਜਾਂਦੇ ਸ਼ਾਇਦ ਲਾਈਫ ਬਚ ਜਾਣੀ ਸੀ। ਹੇ ਡੂਡ, ਡੋਨਟ ਬੀ ਸੈਡ। ਕਿੱਦਾਂ ਆਪਾਂ ਇੱਥੇ ਰਹਿਣਾ ਹੈ ਹੁਣ? ਦੇਖਣ ਨੂੰ ਬਿਊਟੀਫੁਲ ਲੱਗਦਾ ਹੈ ਮਾਲਕ, ਜੋ ਤਾਂ ਪੈਂਦੀ ਹੈ ਸਰਦੀਆਂ 'ਚ ਧੁੰਦ, ਉਹ ਤਾਂ ਲੱਗਦਾ ਨਿਰਾ ਸਵਰਗ। ਜਦੋਂ ਜੇਠਾੜ ਦੇ ਮਹੀਨੇ 'ਚ ਕੜਕਦੀ ਧੁੱਪ 'ਚ ਛੱਲੀ ਵਾਂਗੂ ਭੁੱਜਦਾ ਨਾ ਪਿੰਡਾਂ, ਤੇ ਉੱਪਰੋਂ ਲੱਗਦਾ ਬਿਜਲੀ ਦਾ ਕੱਟ, ਫੇਰ ਨਹੀਂ ਕੋਈ ਇੱਥੇ ਰਹਿਣਾ ਮੰਗਦਾ, ਹਫ਼ਤਾ ਨਹੀਂ ਟਿਕਾਉਣਾ, ਜੀ ਬਾਹਰ ਆਜੂ। ਤੂੰ ਚੰਗਾ ਬੰਦਾ ਹੈ, ਜਿੱਥੇ ਰਹਿਣਾ ਉਹਨੂੰ ਹੀ ਬੈਠ ਕੇ ਹੀ ਜਾਂਦੇ ਆ। ਮਾਲਕ ਤੁਸੀਂ ਬਾਹਰ ਲੈਂਦੇ ਹੋ ਨਜ਼ਾਰੇ, ਇੱਥੇ ਤਾਂ ਚਾਰ ਦਿਨਾਂ ਦਾ ਮੇਲਾ ਹੀ ਚੰਗਾ ਜੀ। ਐਸ਼ਾਂ ਕਰਦਾ ਹੈ ਇੱਥੇ ਤੂੰ, ਜੇ ਉੱਥੇ ਦਾ ਨਜ਼ਾਰਾ ਦੇਖਿਆ 1 ਮਹੀਨਾ ਨਹੀਂ ਰਹਿ ਸਕਦਾ ਉੱਥੇ ਤੂੰ। ਤੁਸੀਂ ਲੈ ਕੇ ਤਾਂ ਜਾਓ ਮਾਲਕੋ, ਕੁੱਤਾ ਹੋਵੇ ਜਿਹੜਾ ਵਾਪਸ ਮੁੜੇ, ਮੈਂ ਤਾਂ ਤੁਹਾਡੇ ਪੈਰ ਧੋ ਧੋ ਪਿਉ। ਪਹਿਲਾਂ ਸਾਰੇ ਕਿੱਦਾਂ ਇੱਦਾਂ ਹੀ ਕਹਿੰਦੇ ਆ, ਉੱਥੇ ਜਾ ਕੇ ਫਿਰ ਕਹਿੰਦੇ ਆ ਤੂੰ ਕੌਣ ਹੈ ਵੀਰ ਜੀ, ਸਾਈਡ ਨੂੰ ਹੋ ਜਾ। ਪਰ ਆਪਾਂ ਉਹਨਾਂ 'ਚ ਨਹੀਂ ਮਾਲਕੋ,
एक बार जहाज का चढ़ाओ फिर तुम जिम्मे कहो मैं कर लेंगे कि बार दीड़ा या यार बंदे दे है ना बाहर जाना से कि पुठा लटकन तैयार है कर देना काम तेरा देख ला है ना ना दसिया तू अपना यस आई रिमेंबर दैट कौशी कौशी जिम्मे मर्जी सीप ला लो मालको पर बारह वाली गल चेते रखियो मैं 24 घंटे थोड़ी सेवा च हाजिर हाँ जेड़ा काम होया मैंने दसो मैं जाऊं भाई जी डोंट यू वरी हां थैंक यू सो मच हे डूड नाउ आई गॉट द की किदे दी चाबी मेरे हाथ लग गई है इनू किदा हुण बाद दा छल्ला पाके रखना देखी किदा काम दा अगे पीछे हाँ जी दादी जी की वेख दिया दादी जी तैनू वेख रहा पुत्र तेरा रंग टंग उठना बैठना सब मेरे गुरनाम वर्गा है तेरे डैडी वर्गा जदों ओ इत्थों गया सी ना जमा तेरे वर्गा सी मैं उन्हें एयरपोर्ट छड़न गया मैं अखां पर ही खड़ा सी मैं कहन लगा बापू जी मैं पक्का थोड़ी जा रहा मैं गया ते आया वो गया सी पुत्र पर आया तू है दादा जी उन्हें बहुत याद आउंदी है ना उन्हें भुलिया ही कदों सी पुत्र 24 ਸਾਲਾਂ ਦਾ ਸੀ ਜਦੋਂ ਇੱਥੋਂ ਗਿਆ ਹੈ ਤੇਰੀ ਦਾਦੀ ਤੇ ਉਹਦੇ ਵਿਯੋਗ ਚ ਪੂਰੀ ਹੋ ਗਈ ਜਾਣ ਕਿਉਂ ਦਿੱਤਾ ਸੀ ਤੁਸੀਂ ਉਹਨਾਂ ਨੂੰ ਯੂਕੇ ਬਾੜਾ ਜਿੱਤੀ ਸੀ ਪੁੱਤਰ ਇੱਕ ਵਾਰ ਗੱਲ ਦਿਲ ਚ ਆ ਜਾਏ ਫਿਰ ਪੂਰੀ ਕਰਕੇ ਹੀ ਹਟਦਾ ਸੀ ਬਾਈ ਜੀ ਲੰਡਨ ਤਾਂ ਘਰ ਇਦੋਂ ਹੀ ਵੱਡੇ ਹੁੰਦੇ ਹੋਣੇ ਜੀ ਕਿੱਦਾਂ ਚੁੱਪ ਹੀ ਰਹਿੰਦੇ ਤੂੰ ਆ ਘਰ ਜਿੱਡਾ ਤਾਂ ਲੰਡਨ ਹੀ ਆ ਸਾਰਾ ਦਾਦਾ ਜੀ ਕਿੱਦਾਂ ਕਹਿੰਦੇ ਤੁਸੀਂ ਕਿੱਦਾਂ ਜਵਾਨੀ ਦੇ ਵਿੱਚ ਆ ਚਲੀਜ ਹੁੰਦੇ ਸੀ ਕਿੱਦਾਂ ਮੈਂ ਤਾਂ ਹੁਣ ਵੀ ਚੁੱਪ ਰਿਹਾ ਕੁੱਲਣਾ ਚਬਰ ਕੁੱਲਣਾ ਆਈ ਕੈਨਟ ਅੰਡਰਸਟੈਂਡ ਇਹ ਠੇਠ ਪੰਜਾਬੀ ਹੈ ਜੀ ਸਮਝੇ ਨਹੀਂ ਸਮਝਾ ਦਾਂਗੇ ਪਰ ਮੈਨੂੰ ਜੀ ਮਾਈ ਗੋਡਨੈਸ ਜਾ ਪੁੱਤਰ ਤੂੰ ਆਪਣਾ ਕੰਮ ਕਰ ਜੀ ਹੋਰ ਉਹ ਆਪਣਾ ਕਰ ਕਿਸਾ ਲੱਗਾ ਗ੍ਰੇਟ ਹੈ ਦਾਦਾ ਜੀ ਤਾਂ ਤਾਂ ਉੱਥੇ ਲੋਕਾਂ ਨੇ ਡਰਾਤਾ ਸੀ ਹਾਂ ਬਟ ਇਹ ਡਿਫਰੈਂਟ ਹੈ ਆਈ ਲਾਈਕ ਇਟ ਅ ਡੀਜੇ ਵੀ ਹੈਪੀ ਹੈ ਮੈਂ ਤਾਂ ਤਾਂ ਮੰਨਾਂ ਜੇ ਤੂੰ ਡੀਜੇ ਨੂੰ ਇੱਥੋਂ ਦਾ ਪਾਣੀ ਪਿਆ ਦੇ No ways. ਕਿਦਾਂ ਮੈਂ ਤੁਹਾਡੀ ਹਰ ਗੱਲ ਕਿਦਾਂ ਮੰਨਦਾ ਆ ਪਰ ਆ ਪਾਣੀ ਵਾਲੀ ਗੱਲ ਮੈਂ ਨਹੀਂ ਮੰਨ ਸਕਦਾ ਆ ਕਿਦਾਂ ਦਾਦਾ ਜੀ ਮੈਂ ਆਪਣੀ ਮੌਮ ਦੀ ਗੱਲ ਇਗਨੋਰ ਨਹੀਂ ਕਰ ਸਕਦਾ ਆ ਮੇਰੀ ਮੌਮ ਕਹਿੰਦੀ ਕਿਦਾਂ ਇੰਡੀਆ ਜਾ ਕੇ ਤੂੰ ਜੋ ਮਰਜ਼ੀ ਕਰਨਾ ਆ ਪਰ ਉੱਥੇ ਪਾਣੀ ਨਹੀਂ ਪੀਣਾ ਕਿਦਾਂ ਪਾਣੀ 'ਚ ਨਾ ਜਾਮ ਸੁਣਦੇ ਆ ਜੀ ਨਾ ਚਲੋ ਛੱਡੋ ਜੀ ਕਿਉਂ ਪਾਣੀ 'ਚ ਮਧਾਣੀ ਪਾਉਂਦੇ ਹੋ ਦਾਦਾ ਜੀ ਰੋਟੀ ਲਾਈਏ ਫਿਰ ਕੀ ਗੱਲ ਭੁੱਖ ਨਹੀਂ ਜੀ ਅੱਛਾ ਲਾਤੀ ਸੀਪ ਤੁਸੀਂ ਬੈਠੋ ਜੀ ਮੈਂ ਉਹਨਾਂ ਹੋਣੀ ਭਾਈ ਪਤਾ ਨਹੀਂ ਉੱਥੇ ਤੁਸੀਂ ਕੀ ਖਾਂਦੇ ਪੀਂਦੇ ਹੋਣੇ ਹੋ ਇੱਥੇ ਤਾਂ ਦੇਸੀ ਰੋਟੀ ਪਾਣੀ ਮਿਲੇਗਾ ਕਿੱਦਾਂ ਆਈ ਲਾਈਕ ਦੇਸੀ ਰੋਟੀ ਪਰ ਇੱਥੇ ਦੇਸੀ ਪਾਣੀ ਨਹੀਂ ਲਾਈਕ ਕਰਦਾ ਆ ਮੈਂ ਉੱਥੇ ਤਾਂ ਕਿੱਦਾਂ ਘਰੇ ਘੱਟੇ ਬਣਦਾ ਆ ਨਾ ਕਿੱਦਾਂ ਟੂ ਮਚ ਟਾਈਮ ਲੱਗਦਾ ਆ ਬਣਾਉਣ ਤੇ ਉੱਥੇ ਤਾਂ ਕਿੱਦਾਂ ਬਾਹਰ ਹੀ ਆਰਡਰ ਕਰ ਲਈਦਾ ਦਾਦਾ ਜੀ ਅੱਜ ਮੈਂ ਤੁਹਾਡੀ ਇੱਕ ਨਹੀਂ ਸੁਣਨੀ ਬਾਈ ਜੀ ਹੁਣ ਤੁਸੀਂ ਆ ਗਏ ਹੋ ਸਮਝਾਓ ਇਹਨਾਂ ਨੂੰ ਦੇਖੋ ਡਾਕਟਰ ਨੇ ਕਿਹਾ ਵੀ ਸਰਦੀਆਂ 'ਚ ਦੋ ਪੈਗ ਲਾ ਲਿਆ ਕਰੋ ਇਹਨਾਂ ਨੂੰ ਖੰਘ ਰਹਿੰਦੀ ਹੈ ਸਮਝਾਓ ਤੁਸੀਂ ਕੁਝ ਦਾਦਾ ਜੀ ਜੇ ਡਾਕਟਰ ਨੇ ਕਿਹਾ ਫਿਰ ਤਾਂ ਤੁਹਾਨੂੰ ਜ਼ਰੂਰ ਪੀਣੀ ਚਾਹੀਦੀ ਆ ਹੈ ਨਹੀਂ ਕਾੜੀ ਬੜੀ ਲੱਗਦੀ ਹੈ ਪੁੱਤਰ ਕਿੱਦਾਂ ਮੇਰਾ ਦਾਦਾ ਕਹਿੰਦਾ ਹੈ ਨਾ ਕਿੱਦਾਂ ਨਾਸਾ ਘੁੱਟ ਕੇ ਸਿੱਟ ਲਿਆ ਕਰ ਤੁਸੀਂ ਵੀ ਇੱਦਾਂ ਕਰ ਲਓ ਨਾਸਾ ਘੁੱਟ ਕੇ ਜੀ ਆਏ ਤਾਂ ਜਮਾ ਕੌੜੀ ਨਹੀਂ ਲੱਗੀ ਆ ਲਓ ਜੀ ਲੈਟ ਮੀ ਕਿੱਦਾਂ ਮੈਂ ਤਾਂ ਨਹੀਂ ਪੀਣੀ ਆਈ ਡੋਂਟ ਲਾਈਕ ਇਟ ਯੂ ਨੋ ਕਿੱਦਾਂ ਮੈਂ ਤਾਂ ਦਾਦਾ ਜੀ ਨੂੰ ਦੇਣ ਲੱਗੀ ਆ ਚਲੋ ਹੁਣ ਮੈਂ ਤੁਹਾਡੇ ਨਾਲ ਲੜਾਈ ਤੇ ਨਹੀਂ ਨਾ ਕਰ ਸਕਦਾ ਕੌੜੀ ਲੱਗੀ ਜੀ ਹੁਣ ਦਵਾਈ ਤਾਂ ਪੀਣੀ ਤਾਂ ਪੈਣੀ ਹੈ ਨਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ
मैं तो जदों का पता लग गया ना भी रूप आया होया मैं तो एक बिंद नहीं रुक होया सुखना कित्थे आ मेरा भतीजा इत्थे ही है घरे ही है ओ आ गया मैं पुत्र तेरी भुआ मिलन आई है तेनू सत श्री अकाल भुआ जी सत श्री अकाल सत श्री अकाल एक तारा उगे सबे लज्जा तोए बापू जी ए तो बड़े तड़े मेरे वीरे अर गए जादा रे पुत आज आज आनी अमाने आज मेरा बच्चा मेरा वीर मार ले मुल्क की गया मुड़ के कर दी दली ते पैर ही नहीं रखा पुत्र असी ए दुख नु किवें चले तेनु किवें दसी ओए हुन छड परा साडा रूप आ गया ना साडे कोल हैं हां ता गया पर हुन मैं नु कल्ले नहीं जान देना ब्याह करके भेजो हुन मैं इधर ओ नो 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 ब्याह शाह भुआ जी मैं ते इत्थे सिर्फ थोनू मिलना है नी क्यों नहीं कराउणा ब्याह और झाकदियां नु रब सावल लाउंदा पुत्र सोनी तो सोनी कुड़ी पई है पंजाब च तू जीरे मर्जी वाल उंगल कर दे मैं ओही लिया दू नो वे भुआ जी ਤੁਸੀਂ ਮੇਰੀ ਕੁੜੀ ਨਹੀਂ ਲੱਭਣੀ ਓਕੇ ਵੇ ਮੈਂ ਕੀ ਲੱਭਣੀ ਆ ਪੁੱਤਰ ਤੈਨੂੰ ਆਪੇ ਕੋਈ ਨਾ ਕੋਈ ਲੱਭ ਜਾਣੀ ਹੈ ਇੱਕ ਗੱਲ ਦੱਸਾਂ ਪੰਜਾਬ ਦੀਆਂ ਕੁੜੀਆਂ ਬਾਹਰ ਜਾ ਕੇ ਕੰਮ ਬਹੁਤ ਕਰਦੀਆਂ ਨੇ ਘਰਦਿਆਂ ਦੀ ਸੇਵਾ ਵੀ ਬੜੀ ਕਰਦੀਆਂ ਨੇ ਤੇ ਹਾਈ ਐਵਰੀਬਾਡੀ ਵੇ ਆ ਕਿੱਥੋਂ ਲੈ ਆਇਓ ਗ੍ਰੈਂਡਪਾ ਹਾਊ ਆਰ ਯੂ ਡੂਇੰਗ ਹੇ ਬਡੀ ਹਾਊ ਆਰ ਯੂ ਇਹ ਡੀਜੇ ਹੈ ਜੀ ਮੇਰਾ ਫਰੈਂਡ ਬਾਹਰੋਂ ਆਇਆ ਮੇਰੇ ਨਾਲ ਇਹ ਪੁਆ ਜੀ ਹੇ ਪੁਆ ਸਤਿ ਸ਼੍ਰੀ ਅਕਾਲ ਗੁੱਡ ਟੂ ਸੀ ਯੂ ਜੀ ਉਧਰ ਹੈ ਅੱਬਾ ਜੀ ਪੂਆ ਨੀ ਪੂਆ ਕਿੱਦਾਂ ਮੈਨੂੰ ਪਤਾ ਆ ਪੂਆ ਪੂਆ ਦਾ ਇੱਕ ਫੁੱਫੜ ਵੀ ਹੁੰਦਾ ਫੁੱਫੜ ਨੀ ਫੁੱਫੜ ਤੂੰ ਕਿੱਦਾਂ ਯੂਕੇ ਜਾਣਾ ਮੰਗਦਾ ਆ ਕਿ ਨਹੀਂ ਮੰਗਦਾ ਤਾਂ ਫਿਰ ਚੁੱਪ ਕਰਕੇ ਬਹਿਣਾ ਆ ਵਿੱਚ ਕਿੱਦਾਂ ਬੋਲਦਾ ਹਾਏ ਮੈਂ ਮਰ ਜਾ ਕਿੰਨਾ ਸੋਹਣਾ ਜਵਾਨ ਤੇ ਆ ਬਣਿਆ ਕੀ ਫਿਰਦਾ ਹੈ ਪੂਆ ਜੀ ਆਏ ਨੀ ਲੱਗਦਾ ਜਿਵੇਂ ਪਹਾੜੀ ਕਾ ਮੋਰ ਦੇ ਕੱਪੜੇ ਪਾ ਕੇ ਮੇਲੇ ਨੂੰ ਜਾਂਦਾ ਹੋਵੇ ਗਾ ਜੀ ਸੌਰੀ ਮੈਂ ਬਾਹਰ ਜਾਣਾ ਮੰਗਦਾ ਸਟੂਪਿਡ ਉਹ ਮੇਰੀ ਕਜ਼ਨ ਕਿੱਦਾਂ ਹੈ ਪੂਆ ਜੀ ਦੀਪੀ ਕਿੱਥੇ ਆ ਉਹ ਪੁੱਤਰ ਕਾਲਜ ਚ ਪੜ੍ਹਦੀ ਹੈ ਮੈਂ ਦੱਸਿਆ ਉਹਨੂੰ ਤੇਰੇ ਬਾਰੇ ਉਹ ਤੈਨੂੰ ਮਿਲਣ ਜ਼ਰੂਰ ਆਊਗੀ ਮੇਰਾ ਵੀ ਜੀ ਕਰਦਾ ਹੈ ਉਹਨੂੰ ਮਿਲਣੇ ਨੂੰ ਕਾਕਾ ਤੇਰਾ ਵਿਆਹ ਹੋਇਆ ਕਿ ਨਹੀਂ ਨਾ ਪੂਆ ਕਿਦਾਂ ਮੈਂ ਮੰਗਦਾ ਆ ਚਲ ਕੋਈ ਨਹੀਂ ਜੇ ਮੰਗਿਆ ਗਿਆ ਤਾਂ ਵਿਆਹਿਆ ਵੀ ਜਾਏਗਾ ਕਿੱਥੇ ਮੰਗਿਆ ਕਾਕਾ ਮੰਗਿਆ ਕਿਤੇ ਨਹੀਂ ਪੂਆ ਮੰਗਣਾ ਮੰਗਦਾ ਇਹਨੂੰ ਵੀ ਕਰਾਓ ਕਿਤੇ ਕੋਈ ਸਾਥ ਕੋਈ ਨਹੀਂ ਇਹਨੂੰ ਵੀ ਰੂੰਗੇ ਚ ਲੱਭ ਦਿਆਂਗੇ ਕੋਈ ਇਹ ਰੂੰਗਾ ਕਿੱਦਾਂ ਸਿੱਟੀ ਹੈ ਲੈ ਕਰ ਲੈ ਗੱਲ ਪੂਆ ਕੁੜੀ ਨੂੰ ਕੀ ਕਹਾਂਗੇ ਵੀ ਤੇਰੇ ਲਈ ਕੀ ਲੱਭਿਆ ਲੈ ਬਾਹਰੋਂ ਆਇਆ ਸੁੱਖ ਨਾਲ ਹੈ ਹੋਰ ਕੁੜੀਆਂ ਨੂੰ ਕੀ ਚਾਹੀਦਾ ਇੱਥੇ ਤੂੰ ਖੋਜੀ ਦੇ ਮੂੰਹ ਨਾ ਲੱਗਿਆ ਕਰ ਕਾਕਾ ਇਹਦਾ ਤਾਂ ਉਹ ਹਿਸਾਬ ਹੈ ਵੀ ਇੱਕ ਸੱਪ ਤੇ ਦੂਜਾ ਉੱਡਣਾ ਖੋਪੇ ਤਾਂ ਲਾ ਲੈ ਆਮ ਸੋ ਸੌਰੀ ਮੈਨ ਆਮ ਸੋ ਸੌਰੀ ਪਰ ਕਿਦਾਂ ਮੈਨੂੰ ਇਹ ਦੱਸੋਗੇ ਕਿਦਾਂ ਕੀ ਆ ਓਏ ਭਰੀ ਹੈ ਭਰੀ ਆ ਇਹ ਮਤਲਬ ਕਾਦੇ ਨਾ ਭਰੀ ਆ ਓਏ ਹਰੇ ਦੀ ਭਰੀ ਹੈ ਆਮ ਸੋ ਸੌਰੀ ਮੈਨ ਸੋ ਸੌਰੀ ਕਿਦਾਂ ਮੈਂ ਤੁਹਾਨੂੰ ਪੁੱਛਣਾ ਮੰਗਦਾ ਆ ਕਿ ਸੱਟ ਕਿੱਥੇ ਆ ਸੱਟ ਤਾਂ ਗੋਡੇ ਤੇ ਲੱਗੀ ਸੀ ਤੈਨੂੰ ਸੱਟ ਦਾ ਕਿਵੇਂ ਪਤਾ ਨਾ ਕਿਦਾਂ ਮੈਂ ਸੱਟ ਦੀ ਗੱਲ ਨਹੀਂ ਕਰਦਾ ਆ ਕਿਦਾਂ ਮੈਂ ਪੁੱਛਦਾ ਆ ਕਿ ਸੱਟ ਕਿਦਾਂ ਬਹੁਤ ਬੈਕਟਰੀ ਹੁੰਦਾ ਆ ਉਹਦੇ ਵਿੱਚ ਸਾਰੇ ਪਿੰਡ ਦੇ ਕਿਦਾਂ ਵੇਲੜ ਬੈਠੇ ਹੁੰਦੇ ਗੱਲਾਂ ਕਰਦੇ ਆ ਅੱਛਾ ਸੱਤ ਦੀ ਗੱਲ ਕਰਦਾ ਹਾਂ ਸਾਥੀ ਪਾਸ਼ਾ ਦਾ ਹੀ ਆ ਓਹੋ ਤੁਤਲਾ ਲੱਗਦਾ ਵਿਚਾਰਾ ਤੂੰ ਆਏ ਕਰ ਇਥੋਂ ਖੱਬੇ ਹੋ ਜਾ ਗਾਂ ਬੱਜ ਖਾਣਾ ਦਾ ਘਰ ਤੋਂ ਫਿਰ ਸੱਜੇ ਹੋ ਜੀ ਅੱਗੇ ਮਗਰ ਫੌਜੀ ਦਾ ਘਰ ਟੱਪ ਕੇ ਨਾ ਉਹਦੇ ਨਾਲ ਹੀ ਫੱਕੂ ਦਾ ਘਰ ਹੈ ਉਹਦੇ ਬਿਲਕੁਲ ਸਾਹਮਣੇ ਹੈ ਚੰਗਾ ਸਤਿ ਸ੍ਰੀ ਅਕਾਲ What the hell you doing man ਕਿੱਦਾਂ ਮੇਰਾ ਰਸਤਾ ਪੁੱਛਿਆ ਜਾ ਕਿੱਦਾਂ ਮੈਨੂੰ ਘੁੰਮਣ ਕੇਰੀ ਚ ਪਾ ਗਿਆ ਜਾ ਕਿੱਦਾਂ ਇੱਧਰ ਕਿਹੜਾ ਫੱਗਣ ਫੌਜੀ ਆ ਤੇ ਇੱਧਰ ਕਿੱਧਰ ਓ ਮਾਈ ਗਾਡ ਕਿਦਾਂ ਹੀ ਲੱਗਦੀ ਮੈਨੂੰ ਸੱਠ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਕਿੱਦਾਂ ਤੁਸੀਂ ਮਾਈਨ ਨਹੀਂ ਕਰਦੇ ਆ ਤੇ ਮੈਂ ਤੁਹਾਡਾ ਵੀਡੀਓ ਬਣਾ ਸਕਦਾ ਹਾਂ ਜੀ ਉਹ ਕਾਕਾ ਤੂੰ ਪਹਿਲਾਂ ਇਹ ਦੱਸ ਤੂੰ ਡਾਲਰ ਪਾਉਂਦਾ ਕਿੱਦਾਂ ਅੰਕਲ ਮੈਂ ਸਮਝਿਆ ਨਹੀਂ ਅੰਡਰਸਟੈਂਡ ਨਹੀਂ ਕੀਤਾ ਕੀ ਪਾਸ਼ਾ ਦੇ ਆ ਤੁਸੀਂ ਓਏ ਇਹਦੇ ਕਹਿਣ ਦਾ ਮਤਲਬ ਇਹ ਹੈ ਵੀ ਡਾਲਰ ਵਾਲੇ ਮੁਲਕ ਤੋਂ ਆ ਕੇ ਪਾਉਂਡ ਵਾਲੇ ਤੋਂ ਸੋ ਨਹੀਂ ਇਹ ਤਾਂ ਅੰਕਲ ਕਿੱਦਾਂ ਮੈਂ ਪਾਉਂਡ ਆ ਜੀ ਮੈਂ ਯੂਕੇ ਤੋਂ ਆਇਆ ਹਾਂ ਯੂਕੇ ਮਤਲਬ ਉੱਤਰ ਕਾਸ਼ੀ ਤੋਂ ਓਏ ਇਹਦਾ ਮਤਲਬ ਹੈ ਵੀ ਤੂੰ ਆਇਆ ਕਿਵੇਂ ਹੈ
ਕਿੱਦਾਂ ਮੈਂ ਹੁਣ ਲੰਡਨ ਤੋਂ ਤੜਕੇ ਤਾਂ ਆਣਾ ਨਹੀਂ ਸੀ ਜੀ, ਕਿੱਦਾਂ ਆਇਆ ਤਾਂ ਪਲੇਨ ਤੇ ਆ, ਕਿੱਦਾਂ ਪੈਂਦਾ ਬਈ ਉਹ ਕਾਕਾ ਪੁੱਛਦਾ ਵੀ ਤੂੰ ਘੁੰਮਣ ਫਿਰਨ ਆਇਆ ਕਿ ਵਿਆਹ ਕਰਾਉਣਾ ਆ। ਨਾ ਕਿੱਦਾਂ ਘੁੰਮਣ ਫਿਰ ਨੀ ਆਇਆ ਜੀ, ਵਿਆਹ ਦਾ ਇਰਾਦਾ ਹੈ ਨੀ ਜੀ ਕੋਈ। ਕਿੱਦਾਂ ਮੈਂ ਪੰਜਾਬ ਦੇ ਪਿੰਡ ਦੇਖਣ ਆਇਆ, ਸੱਥ ਦੇਖਣੀ ਸੀ ਕਿਤੇ, ਕਿੱਦਾਂ ਪਿੰਡ ਦੇ ਸਾਰੇ ਵੇਲੜ ਕਿੱਦਾਂ ਇੱਥੇ ਇਕੱਠੇ ਹੁੰਦੇ ਆ। ਓਏ ਕਾਕਾ ਅਸੀਂ ਵੇਲੜ ਨੀ, ਪੂਰੇ ਪਿੰਡ ਦੀ ਖਬਰ ਰੱਖੀ ਦੀ ਹੈ ਵੀ ਕਿਹੜਾ ਆਉਂਦਾ ਕਿਹੜਾ ਜਾਂਦਾ ਹੈ। ਨਾਲੇ ਸੱਥ ਨੀ ਪਿੰਡ ਦਾ ਕਲੱਬ ਆ। ਪੰਜਾਬ ਦੀ ਰਾਜਨੀਤੀ ਪਿੰਡ ਦੀਆਂ ਸੱਥਾਂ ਤੋਂ ਸ਼ੁਰੂ ਹੁੰਦੀ ਆ। ਓ ਕਾਕਾ ਕਿਤੇ ਤੂੰ ਗੁਰਦਿੱਤ ਸਿੰਘ ਦਾ ਪੋਤਾ ਤਾਂ ਨੀ? ਨੀ ਕਿੱਦਾਂ ਤੁਸੀਂ ਥੋੜਾ ਜਿਹਾ ਗਲਤ ਗੈਸ ਕੀਤਾ ਆ, ਮੈਂ ਇਹਦੇ ਪੋਤੇ ਦਾ ਫਰੈਂਡ ਆ। ਫੇਰ ਠੀਕ ਆ, ਉਹ ਨਹੀਂ ਤਾਂ ਗੁਰਦਿੱਤ ਸਿੰਘ ਨੂੰ ਲਾਭਾ ਦੇਣਾ ਪੈਣਾ ਸੀ। ਕਾਹਦੇ ਵਾਸਤੇ ਜੀ? ਉਹਨੂੰ ਕਹਿਣਾ ਸੀ ਬਈ ਉਹ ਤਾਂ ਤੁਹਾਡਾ ਟੱਬਰ ਠੀਕ ਠਾਕ ਹੈ, ਆ ਨੀਲ ਕੱਠ ਜਾ ਕਿੱਥੋਂ ਆ ਗਿਆ। ਗੁੱਡ ਟੂ ਸੀ ਯੂ ਗਾਇਸ, ਕਿਦਾਂ ਮੈਂ ਤੁਹਾਡੇ ਬਾਰੇ ਸੁਣਿਆ ਸੀ ਤੁਸੀਂ ਉਦਾਂ ਹੀ ਆ, ਸਾਰੇ ਫਨੀ ਆ ਤੁਸੀਂ, ਆਈ ਰੀਲੀ ਐਪਰੀਸ਼ੀਏਟ ਐਪਰੀਸ਼ੀਏਟ। ਕਿਦਾਂ ਹੁਣ ਮੈਂ ਚੱਲਦਾ ਹਾਂ? ਉਹ ਕਾਹਦੇ ਚੱਲਦਾ ਹੈ, ਸੈਲਾਂ ਤੇ ਕੇ ਬਿਜਲੀ ਤੇ? ਪਹਿਲਾਂ ਤਾਂ ਪਤਾ ਨੀ ਕਿੱਦਾਂ ਚੱਲਦਾ ਸੀ ਜੀ, ਜੇ ਹੁਣ ਇੰਡੀਆ ਚ ਆਇਆ ਹੁਣ ਤਾਂ ਕਿਤੇ ਧੱਕੇ ਤੇ ਚੱਲਣਾ ਪੈਣਾ ਹੀ ਆ। ਬਈ ਕਣਤਾ ਹੈ ਮੁੰਡੇ ਚ। ਬਈ ਇੱਕ ਹੋਰ ਗੱਲ ਹੈ, ਜੇ ਕਦੇ ਚਾਰ ਪੰਜ ਦਿਨ ਆਪਣੇ ਚ ਬਹਿ ਜੇ ਨਾ ਪੂਰੇ ਲੰਡਨ ਨੂੰ ਮੂਹਰੇ ਲਾ ਰਹੇ। ਆਓ ਜੀ ਦੀਪੀ ਭੈਣ ਜੀ, ਵੈਲਕਮ, ਹੈਪੀ ਟੂ ਸੀ ਯੂ। ਵਾਹ ਖੋਜੀ, ਲੱਗਦਾ ਹੈ ਅੱਜ ਕੱਲ ਅੰਗਰੇਜ਼ੀ ਦੀ ਖੋਜ ਕਰ ਰਹੇ ਹੈ। ਹਾਂਜੀ, ਉਹ ਰੂਬਾਈ ਨਾਲ ਨਾ ਬਾਹਰੋਂ ਇੱਕ ਕੁੱਕੜ ਆਇਆ, ਉਹਦੀ ਛਾਣਬੀਣ ਚੱਲ ਰਹੀ ਹੈ ਜੀ। ਅੱਛਾ ਜੀ, ਰੀਤ ਹਾਂ ਆਣਾ ਬਾਹਰ, ਤੈਨੂੰ ਆਪਣੇ ਨਾਨਾ ਜੀ ਨਾਲ ਮਿਲਾਉਂਦੀ ਹਾਂ। ਗ੍ਰੇਟ, ਰੀਤ ਤੈਨੂੰ ਦੱਸਿਆ ਸੀ ਨਾ ਮੇਰਾ ਕਜ਼ਨ ਬਾਹਰੋਂ ਆਇਆ ਹੋਇਆ, ਚਲਾ ਤੈਨੂੰ ਉਹਦੇ ਨਾਲ ਮਿਲਾਉਂਦੀ ਹਾਂ। ਦੀਪੀ ਅੱਜ ਨਹੀਂ ਹਾਂ, ਮੈਂ ਲੇਟ ਹੋ ਜਾਣਾ, ਕਿਸੇ ਹੋਰ ਦਿਨ। ਚਾਹ ਪੀਤੇ ਬਿਨਾਂ ਤਾਂ ਅਸੀਂ ਚਾਹ ਨਹੀਂ ਦੇਣਾ। ਚਾਹ ਪਲੀਜ਼ ਪਲੀਜ਼, ਚਾਹ ਨਹੀਂ ਯਾਰ। ਨਾ ਜੀ ਨਾ, ਦੇਖੋ ਸਰਦਾਰ ਗੁਰਦਿੱਤ ਸਿੰਘ ਹੋਰਾਂ ਦੀ ਦੇਹੜੀ ਤੇ ਕੋਈ ਬਿਨਾਂ ਚਾਹ ਪੀਤਾ ਮੁੜ ਜੇ ਤਾਂ ਦਾਦਾ ਜੀ ਮੈਨੂੰ ਚਾਹ ਟਾ ਸਿਖਾ ਦਿੰਦੇ ਨੇ। ਆ ਮਨਾ ਨਾ ਕਰਿਓ, ਆਜੋ ਪਲੀਜ਼। ਚਲ ਓਕੇ। ਛੋਟੇ ਸਰਦਾਰ ਜੀ, ਰੂਪ ਬਾਈ ਜੀ, ਬਾਈ ਦੀਪੀ ਭੈਣ। ਓ ਦੀਪੀ, ਹਾਂ ਤੂੰ ਤਾਂ ਚਵਾਂ ਫੋਟੋ ਵਰਗੀ ਲੱਗਦੀ ਹੈ। ਬਾਈ ਜੀ ਇਹ ਫੋਟੋ ਵਰਗੀ ਨਹੀਂ, ਫੋਟੋ ਇਹਦੇ ਵਰਗੀ ਲੱਗਦੀ ਹੈ। ਰੀਤ ਆਣਾ ਇੱਥੇ। ਰੂਪ ਵੀਰੇ ਇਹ ਮੇਰੀ ਬੈਸਟ ਫਰੈਂਡ ਹੈ ਰੀਤ, ਅਸੀਂ ਦੋਵੇਂ ਇਕੱਠੇ ਪੜ੍ਹਦੇ ਹਾਂ। ਓ ਹੈਲੋ। ਓ ਹੈਲੋ, ਵਾਓ। Hey dude, how you doing? ਤੇ ਮੇਰਾ ਫਰੈਂਡ ਹੈ ਡੀਜੇ। ਯੇ ਤੇ ਦੀਪੀ ਕਜ਼ਨ। ਹੇ ਹੈਲੋ। ਤੇ ਆ ਪ੍ਰੀਤ। ਹੇ ਓ ਨੋ, ਇਟਸ ਰੀਤ, ਸੌਰੀ ਰੀਤ। ਸੋ ਯੰਗ ਲੇਡੀਜ਼, ਹਾਊ ਆਰ ਯੂ? ਹਾਈ। ਹੋਰ ਫੇ ਵੀਰੇ ਕਿਹੋ ਜਿਹਾ ਲੱਗ ਰਿਹਾ ਇੱਥੇ ਆ ਕੇ? ਵਧੀਆ ਯਾ, ਮੈਨੂੰ ਤਾਂ ਕਿੱਦਾਂ ਜੇ ਲੱਗ ਰਿਹਾ ਯਾ ਲੱਗ ਜੂਗਾ ਫਿਰ ਦੱਸ ਦਵਾਂਗੇ। ਅਬ ਵੈਸੇ ਮੈਂ ਲਾਈਕ ਕੀਤਾ ਯਾ, ਮੈਂ ਤਾਂ ਰਹਿਣਾ ਮੰਗਦਾ ਯਾ ਜੀ। ਚਲ ਰਹਿ ਜੀ ਹੁਣ। ਬਾਈ ਜੀ ਇਹਨਾਂ ਨੂੰ ਇੱਥੇ ਰਹਿਣ ਦੋ, ਮੈਨੂੰ ਲੈ ਜਾਓ ਬਾਹਰਲੀ ਟਿਕਟ ਕਟਾ ਕੇ, ਸਭ ਬਰਾਬਰ। ਲੈ ਬਰਾਬਰ ਕਿੱਦਾਂ ਹੋ ਗਿਆ ਸਾਹਿਬ, ਕਿੱਦਾਂ ਤੇਰਾ ਮੇਰਾ ਢਾਈ ਫੱਟ ਦਾ ਫੜ ਕੇ ਆ। ਚਲੋ ਆ, ਕਿੱਦਾਂ ਮੈਂ ਜੋਕਾ ਮਾਰਦਾ ਯਾਰ ਤੇ, ਇਹ ਤਾਂ ਬਣੀ ਗਾ ਸ਼ਾਟਮੈਨ ਜੀ। ਦਾਦਾ ਜੀ ਦੀਪੀ ਆਈ ਆ। ਆਈ ਲਾਈਕ ਦੈਟ। ਦੇਖੋ ਜੀ, 100 ਹੱਥ ਰਸਾ ਸਿਰੇ ਤੇ ਗੱਡ। ਰੂਪ ਪੁੱਤ, ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊ, ਵੇ ਇੱਥੋਂ ਵਰਗੀਆਂ ਕੁੜੀਆਂ ਤੈਨੂੰ ਹੋਰ ਕਿਤੇ ਨਹੀਂ ਲੱਭਣੀਆਂ, ਜਿਵੇਂ ਮਰਜ਼ੀ ਨਚਾਈ ਜਾਓ ਉਵੇਂ ਨੱਚੀ ਜਾਣਗੀਆਂ। ਕਿਉਂ ਬਾਪੂ ਜੀ? ਭੂਆ ਜੀ ਮੈਰਿਜ ਕਰਾਉਣ ਲਈ ਕੁੜੀ ਵੀ ਤਾਂ ਪਸੰਦ ਆਉਣੀ ਚਾਹੀਦੀ ਆ। ਲੈ ਦੱਸ ਓ ਪੁੱਤਰ, ਗੁਲਾਬ ਨੂੰ ਮਹਿਕਦੀ ਕੀ ਘਾਟ, ਤੇਰੇ ਵਰਗੇ ਸੋਹਣੇ ਸੁਨੱਖੇ ਗੱਭਰੂ ਨੂੰ ਨਾ ਕਿਹੜੀ ਕਰੂਗੀ ਹੈ? ਮੈਂ ਆਪਣੀ ਪਸੰਦ ਦੀ ਗੱਲ ਕਰ ਰਿਹਾ ਭੂਆ ਜੀ। ਓ ਪੁੱਤਰ ਉਹ ਵੀ ਆਜੂ, ਪੰਜਾਬ ਦਾ ਕੁੜੀਆਂ ਮਗਰ ਮਗਰ ਤੁਰੀਆਂ ਫਿਰਦੀਆਂ ਬਾਹਰ ਜਾਣ ਨੂੰ, ਤੂੰ ਜਿਹਦੇ ਤੇ ਮਰਜ਼ੀ ਹੱਥ ਰੱਖੀ ਉਹੀ ਵਿਆਹ ਦੂੰਗੀ। ਆਂਟੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਕੁੜੀਆਂ ਦੀ ਵੀ ਰਾਏ ਲੈ ਲੈਣੀ ਚਾਹੀਦੀ ਆ ਕਿ ਉਹ ਕਿਹਦੇ ਨਾਲ ਵਿਆਹ ਕਰਾਉਣਾ ਚਾਹੁੰਦੀਆਂ ਨੇ? ਤੁਸੀਂ ਤਾਂ ਬਸ ਮੁੰਡਿਆਂ ਦੀ ਗੱਲ ਕਰੀ ਜਾਂਦੇ ਹੋ। ਬਈ ਮੁੰਡਿਆਂ ਦੀ ਕਾਹਦੀ ਬਰਾਬਰੀ, ਕੁੜੀਆਂ ਨੇ ਤਾਂ ਘਰੇ ਰਹਿ ਕੇ ਜਵਾਕ ਸਾਹਮਣੇ ਹੁੰਦੇ ਨੇ, ਆਖੇ ਉੱਥੇ ਜਾਈ ਭਲਿਆ ਜਿੱਥੇ ਪਿਓ ਦਾਦਾ ਚੱਲਿਆ। ਨਾਲੇ ਪੁੱਤਰ ਕੁੜੀਆਂ ਨੂੰ ਤਾਂ ਮਾਂ ਬਾਪ ਦੀ ਵਾਹੀ ਲੀਕ ਤੇ ਤੁਰਨਾ ਪੈਂਦਾ, ਕਿਉਂ ਬਾਪੂ ਜੀ? ਬਟ ਸਾਡੇ ਤਾਂ ਕਿੱਦਾਂ ਪੂਆ ਤੇ ਬਰਾਬਰ ਕੰਮ ਕਰਦੀਆਂ, ਜੌਬਾਂ ਤੇ ਜਾਂਦੀਆਂ, ਕਿੱਦਾਂ ਸ਼ੋਪਾਂ ਚਲਾਉਂਦੀਆਂ ਆ, ਸਾਡੇ ਤਾਂ ਕਿੱਦਾਂ ਫਰਕ ਹੀ ਨਹੀਂ ਕੋਈ। ਬਸ ਆਹੀ ਫਰਕ, ਜਦੋਂ ਇੱਥੇ ਵੀ ਕੁੜੀਆਂ ਕਮਾਉਣ ਲੱਗ ਪਈਆਂ ਤੇ ਕੋਈ ਫਰਕ ਨਹੀਂ ਰਹਿ ਜੂਗਾ। ਬਟ ਸਾਡੇ ਤਾਂ ਬਾਹਰ ਕਿੱਦਾਂ ਪੂਰੀ ਫਰੀਡਮ ਆ, ਕਿੱਦਾਂ ਟੀਵੀਆਂ ਨੂੰ ਪੂਰੀ ਖੋਲਿਆ ਕਿੱਦਾਂ। ਉਹ ਤਾਂ ਹੀ ਤਾਂ ਸਿਰ ਦੇ ਵਾਲ ਮੂੰਹ ਨੂੰ ਆਉਂਦੇ ਨੇ,
ਤਾਂ ਹੀ ਤਾਂ ਬਾਹਰਲੀਆਂ ਕੰਟਰੋਲ ਚ ਨਹੀਂ ਆਉਂਦੀਆਂ ਬੰਦਿਆਂ ਦੇ। ਕਿਉਂ ਬਾਪੂ ਜੀ? ਓ ਚੁੱਪ ਕਰ ਬਾਪੂ ਦੀ ਲੱਗਦੀ ਹੈ, ਬੱਚਿਆਂ ਨੂੰ ਕੁਝ ਖਾ ਪੀ ਲੈਣ ਦੇ। ਲਓ ਲਓ ਪੁੱਤਰ ਲਓ। ਯਾਦ ਦੇ ਬੇਟਾ ਕਿੱਦਾਂ ਮੱਖੀਆਂ ਡੱਬ ਡੱਬ ਕੇ ਮਰ ਲੱਗੀਆਂ ਆ। ਕਿਉਂ ਬਾਪੂ ਜੀ? ਓ ਬੀਰਿਆ ਗੱਲ ਸੁਣ। ਓ ਰਿਆ ਇਹ ਕੀਰੋ ਦਾ ਕੰਮ ਫੜਿਆ ਸਹੁਰਾ ਤੂੰ ਲੇਟ ਆਉਣ ਦਾ ਹੈ? ਉਹ ਇਹਨਾਂ ਬੇਜਵਾਨਾਂ ਨੂੰ ਇਸ ਵੇਲੇ ਪੱਠੇ ਪਾਏਗਾ, ਇਹ ਦੋ ਸਵਾਹ ਦੇਣਗੇ। ਜੇ ਕੱਲ ਤੋਂ ਲੇਟ ਆਇਆ ਨਾ ਤਾਂ ਐਸਾ ਛਤਰੌਲ ਫੇਰੂੰਗਾ ਕਿ ਨਾਨਕੇ ਯਾਦ ਆ ਜਾਣਗੇ। ਜਾ ਦਫਾ। ਕੀ ਤੁਸੀਂ ਨੌਕਰਾਂ ਨੂੰ ਸਾਰਾ ਦਿਨ ਗਾਲਾਂ ਕੱਢਦੇ ਰਹਿੰਦੇ ਹੋ? ਨੌਕਰ ਤਾਂ ਪਹਿਲਾਂ ਹੀ ਨਹੀਂ ਮਿਲਦੇ। ਉਹ ਭਲੀਏ ਲੋਕੇ, ਜੇ ਹੁਣ ਇਹ ਕੰਮ ਨਾ ਕਰਨ ਮੈਂ ਨਾ ਵਿਹਲਿਆਂ ਨੂੰ ਘਿਓ ਸ਼ੱਕਰ ਦੇਵਾਂ। ਇਹ ਜੇਲਾ ਕਿੱਥੇ? ਸਵੇਰ ਦਾ ਵੇਖਿਆ ਨੀ? ਉਹ ਠੀਕ ਨਹੀਂ ਪਿਆ, ਆਰਾਮ ਕਰ ਰਿਹਾ। ਨਾ ਆਰਾਮ ਨੂੰ ਕਿਹੜਾ, ਹੜਵਾ ਕੇ ਆਇਆ ਹੈ? ਨਸ਼ਾ ਜ਼ਿਆਦਾ ਡੱਫ ਲਿਆ ਹੋਣਾ, ਤਬੀਅਤ ਆਪੇ ਖਰਾਬ ਹੋਣੀ ਹੈ। ਹੁਣ ਤੁਸੀਂ ਐਵੇਂ ਨਾ ਲੜਨ ਲੱਗ ਪਈ ਉਹਦੇ ਨਾਲ। ਤੂੰ ਐਵੇਂ ਉਹਦੀ ਵਕਾਲਤ ਨਾ ਕਰਿਆ ਕਰ। ਸੁਣੇ ਜੈਲੀ, ਉਹ ਜੈਲੀ ਉਹ ਖੇਤ ਨਹੀਂ ਜਾਣਾ ਅੱਜ, ਟਿੱਬੀ ਵਾਲੇ ਖੇਤ ਚ ਯੂਰੀਆ ਛਿੜਕਣ ਦਾ ਆ। ਸਿਰ ਬਾਲਾ ਦੁਖੀ ਜਾਂਦਾ ਬਾਪੂ, ਉੱਠੇ ਨਹੀਂ ਜਾਂਦਾ। ਉੱਠਿਆ ਨਹੀਂ ਜਾਂਦਾ? ਓਏ ਚਾਹ ਪੀ ਕੰਡੇ ਤੇ ਹੋ ਤੇ ਖੇਤਾਂ ਨੂੰ ਗੇੜਾ ਮਾਰ ਕੇ ਆ, ਉੱਠਿਆ ਨਹੀਂ ਜਾਂਦਾ। ਆਪਣੇ ਘਰ ਆ ਰਹੀ ਸੀ ਤੇ ਮੈਂ ਕਿਹਾ ਮੈਂ ਵੀ ਆਪਣੇ ਘਰ ਹੋਵਾਂ। ਬਹੁਤ ਚੰਗਾ ਕੀਤਾ। ਉਹ ਮੇਰੀ ਭੈਣ ਆ ਗਈ। ਹਾਂ ਭੈਣੇ। ਵੀਰ ਜੀ ਤੁਸੀਂ ਮੈਨੂੰ ਪ੍ਰੋਮਿਸ ਕੀਤਾ ਸੀ ਨਾ ਕਿ ਤੁਸੀਂ ਸਭ ਕੁਝ ਛੱਡ ਦੋਗੇ। ਲੈ ਹੈ ਕਮਲੀ, ਸਭ ਛੱਡੇ ਵਾਂਗੂ ਹੀ ਹੈ, ਤਾਂ ਬਸ ਭੈਣੇ ਉਹੀ ਕਦੇ ਕਦਾਈ ਥੋੜਾ ਬਹੁਤ। ਕਮਲੀ ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦਾ ਕਿ ਨਸ਼ਾ ਨਹੀਂ ਛੱਡ ਹੁੰਦਾ? ਉਹ ਮੇਰੇ ਬਸ ਥੋੜੀ ਹੈ, ਨਹੀਂ ਛੱਡੇ ਜਾਂਦਾ। ਮੈਂ ਦੱਸ ਕੀ ਕਰਾਂ? ਮੈਂ ਕੀ ਕਰਾਂ ਕਹਿ ਕੇ ਨਹੀਂ ਸਰਨਾ ਪੁੱਤ ਮੇਰਿਆ, ਬੰਦਾ ਤਾਂ ਬਣਨਾ ਹੀ ਪਊ। ਵੈਸੇ ਵੀ ਉਮਰ ਹੋ ਗਈ ਆ ਤੇਰੀ, ਕਿਸੇ ਚੰਗੇ ਘਰ ਵਾਲੇ ਨੇ ਕੁੜੀ ਨਹੀਂ ਦੇਣੀ, ਫਿਰ ਚੱਕੀ ਜਾਈ ਕੰਧਾ ਕੰਨੀ। ਐਵੇਂ ਨਾ ਮੇਰੇ ਮੁੰਡੇ ਦੇ ਮਗਰ ਪੈ ਜਾ ਕਰੋ। ਹੁਣੇ ਹੁਣੇ ਕੁੜੀ ਘਰ ਆਈ ਹੈ, ਉਹ ਕੀ ਸੋਚੂਗੀ? ਚੱਲ ਰੀਤ, ਚੱਲ ਆਪਾਂ ਅੰਦਰ ਚੱਲੀਏ। ਉਹ ਮੇਰੇ ਕੰਨੀ ਕੀ ਚੱਕੀ ਜਾਣਾ ਹੈ? ਜਾ ਜਾ ਕੇ ਖੇਤਾਂ ਨੂੰ ਗੇੜਾ ਮਾਰ ਕੇ ਆ। ਉਹ ਜਾ। ਚੰਗਾ ਵੀਰੇ ਮੈਂ ਚੱਲਦੀ ਹਾਂ, ਪਰ ਤੁਸੀਂ ਸਾਡੇ ਕਾਲਜ ਜ਼ਰੂਰ ਆਣਾ। ਓ ਯੈਸ ਸ਼ੋਰ, ਜ਼ਰੂਰ ਆਵਾਂਗੇ, ਮੈਂ ਡੀਜੇ ਨੂੰ ਵੀ ਲੈ ਕੇ ਆਵਾਂਗਾ ਨਾਲ। ਹੈ ਓਕੇ, ਫਿਰ ਮੈਂ ਰਸਤੇ ਚੋਂ ਰੀਤ ਨੂੰ ਵੀ ਪਿਕ ਕਰਨਾ ਆ। ਰੀਤ? ਹਾਂ ਓਕੇ ਓਕੇ, ਜਿਹੜੀ ਕੱਲ ਨਾਲ ਆਈ ਸੀ। ਹਾਂ ਓਕੇ, ਨੇੜੇ ਰਹਿੰਦੀ ਆ? ਹਾਂ ਬਸ ਲੱਗੇ ਤੇ ਪਿੰਚ ਰਹਿੰਦੀ ਆ। ਹਾਂ ਓਕੇ, ਕੌਨਫੀਡੈਂਟ ਕੁੜੀ ਆ, ਗੱਟਸੀ। ਹਾਂ ਮਿਲਾਦਾ ਫੇਰ। ਮਾਂ ਹੀ ਪੁੱਛ ਰਿਹਾ ਸੀ ਯਾਰ। ਯਾ ਵੈਸੇ ਰੀਤ ਹੈ ਬਹੁਤ ਚੰਗੀ ਕੁੜੀ, ਪੜ੍ਹਾਈ 'ਚ ਵੀ ਬ੍ਰਿਲੀਅੰਟ ਆ। ਓ ਯੇ ਯੈਸ, ਗੈਟ ਆਊਟ ਆਫ ਹੇਅਰ, ਕਮ ਔਨ। ਚਲ ਦੇਖ, ਬਾਏ ਬਾਏ। You got some problem? ਇਹ ਤੇਰਾ ਵੇੜਾ ਬਈ, ਇਹ ਤੇਰਾ ਆ ਗਿਆ ਸੀ ਮੇਰੇ ਟਿਕਟ ਦੇ ਹੇਠਾਂ। ਮੇਰੇ ਸਿਰ ਤਾਂ ਪਾਤੀ ਸੀ ਨਾ 302, ਤੇ ਤੂੰ ਵੇਖ ਕੇ ਨਹੀਂ ਤੁਰਿਆ ਜਾਂਦਾ, ਕੀ ਜਲੂਸ ਕੱਢੀ ਫਿਰਦਾ? ਕਿਹੜੇ ਗ੍ਰਹਿ ਤੋਂ ਚੁਰਿਆ ਵੇ ਤੂੰ? This is too much. ਕਿੱਦਾਂ ਮੈਨੂੰ ਜਲੂਸ ਦੱਸਦੀ ਆ ਆਂਟੀ? ਕਿੱਦਾਂ ਆਪਣੇ ਆਪ ਨੂੰ ਵਾਚ ਕੀਤਾ ਜਾਂ ਕਦੇ? ਜੇ ਤੂੰ ਮੈਨੂੰ ਆਂਟੀ ਕਹਿੰਦਾ, ਖੜ ਜਾ, ਤੈਨੂੰ ਦੇਵਾਂ ਧਨੇਸੜੀ। ਤੈਨੂੰ ਧੋਣ ਫੜ ਕੇ ਨਾ ਤੇਰੇ ਮਾਂ ਸੇਖ ਨੂੰ ਮੈਂ ਤੈਨੂੰ ਦੱਸਾਂ। What does this mean? ਟੌਣ, ਧਨੇਸੜੀ, ਮੌੜ, ਕੀ ਆ ਸਾਰਾ ਕੁਛ? ਤੂੰ ਤਾਂ ਕੁਛ ਵੀ ਨੀ ਜਾਣਦਾ, ਕਿਤੇ ਬਲੇਚਰ ਦਾ ਨੀ ਆਇਆ ਤੂੰ? ਯੈਸ ਬਾਹਰੋਂ ਆਇਆ ਆ ਮੈਂ। ਇਟਸ ਓਕੇ, ਕਿੱਦਾਂ ਫੋਟੋ ਕਾਢ ਲੈਂਦੇ, ਮੈਨੂੰ ਇੱਕ ਬਣਾ ਲੈ। ਬੇ ਫੋਟੋ ਰੱਖੀ, ਫੋਟੋ ਤਾਂ ਕਿਹੜਾ ਹੀ ਕਰਾਈ ਸੀ ਪਿੱਦੀ ਦੇ ਪਿਓ ਨਾਲ ਵਿਆਹ ਵੇਲੇ, ਤੇ ਦੂਜੇ ਦਿਨ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ। ਬੜਾ ਬੈਡ ਰਿਕਾਰਡ ਹੈ ਆਂਟੀ ਤੇਰਾ। ਵੈਸੇ ਜੇ ਕਿਤੇ ਤੂੰ ਲੰਡਨ ਦੀ ਆਕਸਫੋਰਡ ਸਟਰੀਟ ਤੇ ਜਾ ਕੇ ਐਸੇ ਲੋਕ ਦੇ ਵਿੱਚ ਖੜੀ ਹੋ ਜਾਵੇ ਨਾ ਕਿਤੇ, ਤੇ ਲੋਕਾਂ ਤੈਨੂੰ ਖੜ ਖੜ ਕੇ ਦੇਖਣਾ ਆ ਕਿ ਇੰਡੀਆ ਦਾ ਕਾਰਟੂਨ ਕਿੱਥੋਂ ਆਇਆ ਆ। ਕਾਰਟੂਨ ਕੀ ਹੁੰਦਾ ਨੇ? ਤੂੰ ਮਸ਼ਕਰੀਆਂ ਨਾ ਕਰ, ਮੈਨੂੰ ਤੈਨੂੰ ਦੱਸਾਂ। ਲੈ ਮੈਂ ਕਿੱਦਾਂ ਮਾਨਣਾ ਹੈ ਤੈਨੂੰ ਮਸ਼ਕਰੀਆਂ ਕਰਕੇ? ਕਿੱਦਾਂ ਮੈਂ ਤੇ ਇੱਕ ਫੋਟੋ ਕਾਣੀ ਆ ਬਸ, ਮੈਂ ਉੱਥੇ ਬਾਹਰ ਜਾ ਕੇ ਤੇਰੀ ਅਖਬਾਰਾਂ ਦੇ ਵਿੱਚ ਕਿੱਦਾਂ ਫੋਟੋ ਲਾਉਣੀ ਆ? ਤੂੰ ਮੇਰੀ ਫੋਟੋ ਅਖਬਾਰ 'ਚ ਛਪਾਉਣਾ? ਖੜ ਜਾ, ਦੱਸ ਦੇ ਮੂੰਹ ਹੋਣਾ। ਜੇ ਤੇਰੇ ਵਰਗੇ ਆਵਾਰਾ ਬੈਠ ਕੇ ਨੂੰ ਜੇਤੋ ਦੀ ਮੰਡੀ ਤੇ ਨਾ ਵੇਚ ਜਾਂਦਾ ਤਾਂ ਮੈਨੂੰ ਕੌਣ ਸਮਝੂ? ਤੂੰ ਸਮਝਦਾ ਕੀ ਵੀ ਆਪਣੇ ਆਪ ਨੂੰ ਵੱਡਾ ਬਣਿਆ ਫਿਰਦਾ ਇਹ? Hey, watch it, I'll kill you. What type of lady she is? ਕਿੱਦਾਂ ਫੌਂਕੀ, ਤਾਂ ਮੈਂ ਇੰਗਲੈਂਡ 'ਚ ਵੀ ਬੜੇ ਦੇਖੇ ਆ, ਪਰ ਇਹ ਕਿੱਦਾਂ ਆਂਟੀ ਠੀਕ ਆ?
ਤੁਸੀ ਦੇਖਿਆ ਮਿਸ ਵਰਲਡ ਪੰਜਾਬਣ ਹਾਂ 16 ਚੋਂ 12 ਕੁੜੀਆਂ ਰੈਂਪ ਤੋਂ ਡਿੱਗੀਆਂ ਤੇ ਨਾਲ ਯਾਰ ਸਪੋਰਟ ਦੀ ਗੇਟ ਆ ਗਈ ਦੀਪੀ ਆ ਬੈਠ ਹਾਈ ਰੀਤ ਹਾਈ ਤੂੰ ਅੱਜ ਕਲਾਸ ਨਹੀਂ ਆਈ ਉਹ ਛੱਡ ਯਾਰ ਉਹ ਪ੍ਰੋਫੈਸਰ ਵਿਰਕ ਨਾ ਬਹੁਤ ਬੋਰ ਕਰਦਾ ਹੈ ਦੀਪੀ ਹਾਂ ਉਹ ਦੇਖ ਤੇਰਾ ਕਜ਼ਨ ਆ ਰਿਹਾ ਭਾਈ ਕੁਝ ਵੀ ਕਹੋ ਸਟਾਈਲ ਤਾਂ ਹੈ ਬਾਹਰ ਲਿਆਂਦਾ ਦੂਰੇ ਪਤਾ ਲੱਗ ਜਾਂਦਾ ਆਉਂਦਿਆਂ ਦਾ ਕੋਈ ਮਿਕਸ ਵੈਜ ਵਾਂਗੂ ਅੱਡੋ ਅੱਡ ਕੱਪੜੇ ਇਕੱਠੇ ਕਰਨੇ ਆ ਤੈਨੂੰ ਪਵਾ ਦਿੰਦੇ ਆ ਇੰਨਾ ਵਰਗਾ ਹੀ ਲੱਗੇਗਾ ਓ ਯਾਰ ਅਸੀਂ ਇਹਨਾਂ ਦੀ ਨਾ ਥੋੜੀ ਜਿਹੀ ਖਿਚਾਈ ਕਰਾਂਗੇ ਮਾਈਂਡ ਨਾ ਕਰੀ ਹੈ ਓਕੇ ਬਸ ਜ਼ਿਆਦਾ ਨਹੀਂ ਲਿਮਿਟ ਹਾਂ ਪੱਕਾ ਹਾਈ ਕੀ ਹਾਲ ਚਾਲ ਵਧੀਆ ਹੈ ਡੀਜੋ ਨੂੰ ਮਿਲਿਆ ਤੁਸੀਂ ਹਾਂਜੀ ਹਾਈ ਸਤਿ ਸ਼੍ਰੀ ਅਕਾਲ ਆਓ ਮੈਂ ਤੁਹਾਨੂੰ ਆਪਣੇ ਫਰੈਂਡਸ ਨਾਲ ਮਿਲਾਉਂਦੀ ਆ ਹਾਂਜੀ ਇਹ ਵਿਕੀ ਹੈ ਸਤਿ ਸ਼੍ਰੀ ਅਕਾਲ ਸਰ ਇਹ ਨਿੰਦੀ ਹੈ ਹੈਲੋ ਸਤਿ ਸ਼੍ਰੀ ਅਕਾਲ ਸਿਟ ਹੈਲੋ ਰੀਤ ਨੂੰ ਤਾਂ ਤੁਸੀਂ ਮਿਲ ਹੀ ਚੁੱਕੇ ਆ ਇਹ ਅਪੂਰਵ ਹੈ ਤੇ ਇਹ ਪ੍ਰਿਯੰਕਾ ਮਾਈ ਸਬ ਡੀਜੇ ਰੂਪ ਹੋਰ ਜੀ ਦੱਸੋ ਕਿਵੇਂ ਲੱਗਿਆ ਤੁਹਾਨੂੰ ਸਾਡਾ ਪੰਜਾਬ ਗੁੱਡ ਹੈ ਨਾਈਸ ਹੈ ਯਾ ਤੇ ਤੁਸੀਂ ਤੁਹਾਡੇ ਕੀ ਖਿਆਲ ਆ ਆਲ ਰਾਈਟ ਯਾ ਪਰ ਜਿੱਦਾਂ ਸਾਰਾ ਦਿਨ ਸੜਕਾਂ ਦੇ ਉੱਤੇ ਕਿਦਾਂ ਪੈ ਪੈ ਚੈ ਚੈ ਕਾਂ ਕਾਂ ਕਿਦਾਂ ਬਹੁਤ ਡਿਸਟਰਬ ਕਰਦਾ ਹੀ ਆ ਕਿਦਾਂ ਗਾਵਾਂ ਮੱਝਾਂ ਕਿਦਾਂ ਕੁੱਤੇ ਬਿੱਲੀਆਂ ਸਭ ਸੜਕਾਂ ਤੇ ਹੀ ਆ ਇਵਨ ਹਾਥੀ ਯਾ ਜੇ ਯੂਕੇ ਚ ਇਦਾਂ ਹੋ ਜੇ ਤਾਂ ਸ਼ਾਮ ਤੱਕ ਸਾਰਾ ਸਿਸਟਮ ਖੜ ਜੇ ਯਾ ਕੀ ਖੜ ਜੇ ਸਟਕ ਹੋ ਜੇ ਸਿਸਟਮ ਸਟਕ ਯੂ ਅੰਡਰਸਟੈਂਡ ਸਟਕ ਹਾਂਜੀ ਸਟਕ ਓਏ ਕੈਮਰਾ ਕੰਪਲਸਰੀ ਹੁੰਦਾ ਐਨਆਰਆਈਸ ਲਈ ਨਾਟ ਐਟ ਆਲ ਕਿਤੇ ਮੈਂ ਪੰਜਾਬ ਦੀ ਹਿਸਟਰੀ ਨੂੰ ਬਹੁਤ ਲਾਈਕ ਕਰਦਾ ਹਾਂ ਮੈਂ ਕਿਤੇ ਜਾਣਨਾ ਮੰਗਦਾ ਹਾਂ ਕਿ ਸਾਡਾ ਬੈਕਗ੍ਰਾਉਂਡ ਕੀ ਆ ਫੇ ਤਾਂ ਸਾਡੀ ਕੁਲਵੰਤ ਕੌਰੀ ਤੁਹਾਡੀ ਹੈਲਪ ਕਰ ਸਕਦੀ ਹੈ ਕਿਉਂ ਕੁਲਵੰਤ ਸਤਿ ਸ੍ਰੀ ਅਕਾਲ ਇਹ ਨਾ ਐਕਚੁਅਲੀ ਹਿਸਟਰੀ ਚ ਪੀਐਚਡੀ ਕਰ ਰਹੀ ਹੈ ਤੇ ਦਾ ਟੌਪਿਕ ਹੈ ਵਿਦੇਸ਼ੀ ਪੰਜਾਬੀਆਂ ਦੇ ਕੱਪੜਿਆਂ ਦੇ ਰੰਗ ਦਾ ਪੰਜਾਬੀਆਂ ਉੱਤੇ ਪ੍ਰਭਾਵ ਨਾਈਸ ਟੌਪਿਕ ਆ ਕਿਦਾ ਇਹਦੇ ਤੇ ਤੇ ਮੈਂ ਤੁਹਾਡੇ ਨਾਲ ਸੈਪਰੇਟ ਬਹਿ ਕੇ ਗੱਲ ਕਰਨਾ ਮੰਗਦਾ ਹਾਂ ਇੱਕ ਤਾਂ ਤੁਸੀਂ ਮੰਗਦੇ ਬਹੁਤ ਹੋ ਤੁਸੀਂ ਕੁਲਵੰਤ ਤੋਂ ਬਾਅਦ ਮਿਲ ਲਿਓ ਪਹਿਲਾਂ ਆ ਤਾਂ ਦੱਸੋ ਤੁਸੀਂ ਪੀਓਗੇ ਕੀ ਯਾ ਕੈਨ ਆਈ ਗੈਟ ਵਨ ਰੈਡ ਬੁਲ ਨਹੀਂ ਕੋਲਡ ਡਰਿੰਕ ਵਗੈਰਾ ਕੁਝ ਵੀ ਓਏ ਰਾਜੂ ਦੋ ਕੋਲਡ ਡਰਿੰਕ ਦੋ ਪਲੇਟ ਵਗੈਰਾ ਕੁਝ ਲਿਆ ਬਈ ਤੁਹਾਡਾ ਕੈਂਪਸ ਬਹੁਤ ਵਧੀਆ ਹੈ ਨਾਈਸ ਹੈ ਸਵੇਰ ਦੀ ਸੈਰ ਤਾਂ ਵਧੀਆ ਰਹਿੰਦੀ ਹੈ ਡੀਜੇ ਬਾੜੀ ਕੀ ਸੋਚਦਾ ਆ ਹਾਂ ਤੇ ਮੈਂ ਸੋਚਦਾ ਆ ਕਿਹੜੇ ਟੂਰ ਅਸੀਂ ਕੱਢ ਕੇ ਆਏ ਆ ਨਾ ਇਹਨੇ ਕੋਈ ਨਾ ਕੋਈ ਹਿਸਟਰੀ ਕ੍ਰੀਏਟ ਕਰਨੀ ਕਰਨੀ ਆ ਮੈਨੂੰ ਤਾਂ ਲੱਗਦਾ ਤੈਨੂੰ ਹਿਸਟਰੀ ਵਾਲੀ ਨੇ ਐਡਮਿਸ਼ਨ ਦੇਤੀ ਆ ਯੂ ਕਿਡਿੰਗ ਪਰ ਤੈਨੂੰ ਦਿਲ ਦੀ ਗੱਲ ਕਰਦਾ ਆ ਮੈਂ ਕਿਤੇ ਮੇਰਾ ਦਿਲ ਕਰਦਾ ਆ ਹਿਸਟਰੀ ਵਾਲੀ ਕੋਲ ਐਡਮਿਸ਼ਨ ਫਾਰਮ ਭਰਨ ਦਾ ਪਰ ਇਹ ਗੱਲ ਤੂੰ ਮੰਨਦਾ ਹੀ ਆ ਤੇਰਾ ਤਾਂ ਕਿਦਾਂ ਸਮਥਿੰਗ ਸਮਥਿੰਗ ਹੋਇਆ ਯਾਰ ਓ ਯੇ ਨੌਨਸੈਂਸ ਮੈਨੂੰ ਤਾਂ ਲੱਗਦਾ ਮੇਰੀ ਰੈਗੀ ਕੀ ਹੋ ਜਾਂਦੀ ਸੀ ਉੱਥੇ ਨਾ ਬੜੀ ਯੂ ਸੀਰੀਅਸ ਸੀਰੀਅਸ ਆਈ ਨੋ ਦੈਟ ਯਾ ਇਹ ਗੱਲ ਦੱਸਾਂ ਰੀਤ ਬੜੀ ਸਟ੍ਰੇਟ ਫਾਰਵਰਡ ਹੈ ਜੋ ਦਿਲ 'ਚ ਆਂਦਾ ਕਹਿ ਦਿੰਦੀ ਆ ਨਾਲੇ ਸੋਹਣੀ ਬਹੁਤ ਹੈ ਬਈ ਯੂ ਨੋ ਕਲਵੰਤ ਦੀ ਕਿਤੇ ਇੱਕ ਪ੍ਰੋਬਲਮ ਹੀ ਆ ਉਹ ਗੱਲਾਂ 'ਚ ਵੀ ਹਿਸਟਰੀ ਦਾ ਲੈਕਚਰ ਕਰੀਅਨ ਕਰਦੀ ਆ ਕਿੱਦਾਂ ਮੈਂ ਕੋਈ ਵੀ ਗੱਲ ਕਰਦਾ ਹਾਂ ਨਾ ਕਮਾ ਕੇ ਫਿਰ ਉੱਥੇ ਲੈ ਆਉਂਦੀ ਆ ਕਿੱਦਾਂ ਮੈਂ ਤਾਂ ਬਹੁਤ ਕਨਫਿਊਜ਼ ਹੀ ਹਾਂ ਤੂੰ ਉਹਦੀਆਂ ਅੱਖਾਂ ਵੇਖੀਆਂ ਨੇ ਤੇ ਉਹਦੀ ਸਮਾਈਲ ਬਿਊਟੀਫੁਲ ਬੜੀ ਬਿਊਟੀਫੁਲ ਤੇ ਨਾਂ ਵੀ ਕਿੰਨਾ ਸੋਹਣਾ ਹੈ ਨਾ ਰੀਤ ਕੱਲ ਲਾ ਕੇ ਉਹਨੂੰ ਪਾਂਡਾ ਕਿਤੇ ਮੈਂ ਸੋਚਦਾ ਹਾਂ ਕੁਲਵੰਤ ਦੀ ਪ੍ਰੇਸ ਕੱਢਦਾ ਹੀ ਆ ਕੌਣ ਕੁਲਵੰਤ ਇਹ ਮੈਨ ਹਲ ਕਲੀਅਰ ਮੈਨੂੰ ਮਾਰਨ ਦਾ ਕੰਟਰੈਕਟ ਲਿਆ ਆ ਦੇਖ ਨੀ ਕਿਹਨੇ ਬੋਲਦਾ ਜੇ ਹੁਣ ਬੋਲਿਆ ਨਾ ਤਾਂ ਖੇਤ ਚ ਗੱਡੂ ਡਰਨਾ ਮੈਂ ਕਹਿੰਦਾ ਤੈਨੂੰ ਦੱਸਾਂ ਵਾਹਿਗੁਰੂ ਆਂਟੀ ਕਿੱਦਾਂ ਮੈਨੂੰ ਤੇਰੀ ਲੈਂਗੁਏਜ ਬਹੁਤ ਗੱਡ ਲੱਗਦੀ ਆ ਕਿਤੇ ਡਿਫਰੈਂਟ ਚੀਜ਼ ਆ ਤੂੰ ਤ
ਮੁੜਕੇ ਨਹੀਂ ਮੈਂ ਕਿਸੇ ਨੂੰ ਵੇਖਣ ਦਾ ਤੈਨੂੰ ਦੱਸਾਂ ਕਿਵੇਂ ਚਬਰ ਚਬਰ ਬੋਲੀ ਜਾਂਦਾ ਮੈਂ ਬੰਦ ਕਰ ਦਿੰਦਾ ਜੇ ਇਹਨੂੰ ਜੇ ਮੇਰੀ ਫੋਟੋ ਖਿੱਚੀ ਹੈ ਨਾ ਤਾਂ ਗੋਡੇ ਹੱਥ ਦੇ ਨੂੰ ਮੈਂ ਤੈਨੂੰ ਦੱਸਾਂ ਲੱਛਣ ਕਰਦਾ ਫਿਰਦਾ ਏ ਵਾਚ ਇਟ ਇਹਨੇ ਤਾਂ ਕਿੱਦਾਂ ਮੈਨੂੰ ਲੱਗਦਾ ਪੀਤੀ ਦਾ ਬਾਪੂ ਵੀ ਟਰੈਕਟਰ ਥੱਲੇ ਦੇਖ ਕੇ ਮਾਰਿਆ ਹੋਣਾ ਇਹਨੂੰ ਤਾਂ ਕਿੱਦਾਂ ਲੰਡਨ ਛੱਡ ਦੇਈ ਨਾ ਟਰੈਕਟਰ ਤੇ ਕਿੱਦਾਂ ਮਰਸੀਡੀਆਂ ਸਾਈਡ ਨੂੰ ਲਵਾ ਦੇਵੇ ਸੱਥ ਵਿੱਚ ਸੀ ਪਖੇਡਾਂ ਬਾਬਿਆਂ ਦੀ ਢਾਣੀ ਨਾਲ ਤਾਏ ਨੇ ਬਣਾ ਤੇ ਤੇਰਾ ਯੱਕਾ ਪਾ ਕੇ ਰਾਣੀ ਨਾਲ ਦੇਖੋ ਦੇਖੋ ਉਹ ਡੀਜੇ ਬਾਈ ਲੈ ਉਹ ਠੀਕ ਹੋ ਗਿਆ ਬਾਈ ਤੁਹਾਡੀ ਫਿਲਮ ਬਣੂਗੀ ਫਿਲਮ ਤਾਇਆ ਸਮਾਰ ਕੇ ਆਏ ਆਏ ਕਰਕੇ ਬੈਠ ਬਾਈ ਕਿਧਰੋਂ ਮਿਸਟਰ ਕੌ ਜੀ ਜੀ ਤੂੰ ਇੱਥੇ ਕੀ ਕਰਦਾ ਹੀ ਆ ਬਾਈ ਕਦੇ ਕਦੇ ਆ ਜਾਏਗਾ ਇੱਥੇ ਸੀਪ ਲਾਉਣ ਇੱਕ ਮਿੰਟ ਖੜ ਜਾਓ ਤੁਹਾਡੀ ਪਹਿਲਾਂ ਇੰਟਰੋਡਕਸ਼ਨ ਕਰਾ ਦਾਂ ਫਿਰ ਕਹੋਗੇ ਮਿਲਾਇਆ ਹੀ ਨਹੀਂ ਇਹ ਹੈ ਡੀਜੇ ਬਾਈ ਇੰਗਲੈਂਡ ਤੋਂ ਮੇਰਾ ਪੱਕਾ ਬੈਸਟ ਫਰੈਂਡ ਬਾਲਾ ਮੋਹ ਕਰਦਾ ਮੇਰਾ ਮੈਨੂੰ ਕਹਾ ਤੈਨੂੰ ਲੰਡਨ ਨੂੰ ਨਾਲ ਲੈ ਕੇ ਜਾਣਾ ਮੈਂ ਕਿਹਾ ਲੈ ਜਾ ਭਾਈ ਸਾਡਾ ਕੀ ਹੈ ਕਿਉਂ ਬਾਈ ਜੀ ਉਦਾਂ ਤਾਂ ਸਾਊਥ ਹਾਲ ਚ ਕੀ ਤਾਂ ਪੰਜਾਬੀ ਬਹੁਤ ਆ ਪਰ ਕਿਦਾਂ ਇਹਦੇ ਅਰਗਿਆਂ ਦੀ ਘਾਟ ਆ ਉੱਥੇ ਫੇਰ ਤਾਂ ਸਾਡਾ ਜਾਣਾ ਬਣਦਾ ਬਾਈ ਕਿਦਾਂ ਚੁੱਪ ਕਰ ਜਾ ਤੂੰ ਮੈਂ ਕਿਦਾਂ ਇਹਨਾਂ ਨਾਲ ਗੱਲਾਂ ਕਰਨੀਆਂ ਮੰਗਦਾ ਹਾਂ ਕਰ ਲੈ ਨਾਲੇ ਸੱਥ ਚ ਗੱਲਾਂ ਹੀ ਹੁੰਦੀਆਂ ਨੇ ਥੈਂਕ ਯੂ ਵੈਰੀ ਮੱਚ ਕਿਦਾਂ ਅੰਕਲ ਜੀ ਮੈਂ ਨਾ ਤੁਹਾਡੀ ਫਿਲਮ ਬਣਾਉਣ ਲੱਗਿਆ ਹਾਂ ਕਿਦਾਂ ਤੁਸੀਂ ਕੈਮਰੇ ਚ ਦੇਖ ਕੇ ਗੱਲ ਕਰਨੀ ਆ ਓਕੇ ਲੈ ਪੁੱਛ ਕੀ ਪੁੱਛਦਾ ਮੈਨੂੰ ਪੂਰਾ ਹਿਸਾਬ ਹੈ ਦੈਟਸ ਗ੍ਰੇਟ ਅੰਕਲ ਕਿੱਦਾਂ ਤੇਰਾ ਨਾਂ ਕੀ ਆ ਪਹਿਲਾਂ ਦੱਸ ਦੇ ਮੇਰਾ ਨਾਂ ਹੈ ਜੀ ਇਹਨੂੰ ਕੜਾਹ ਖਾਣਾ ਕਹਿੰਦੇ ਨੇ 2.5 ਕਿਲੋ ਛੱਕ ਜਾਂਦਾ ਇਕੱਲਾ ਹੀ ਕਿੱਦਾਂ ਅੰਕਲ ਹੁਣ 2.5 ਕਿਲੋ ਕੜਾਹ ਖਾਣਾ ਹੈ ਨਾ ਤੇ ਮੈਨੂੰ ਦੱਸਣਾ ਮੈਂ ਤੇਰੀ ਕੜਾਹ ਖਾਂਦੇ ਦੀ ਫਿਲਮ ਬਣਾਉਣੀ ਆ ਅੰਕਲ ਜਿੱਦਾਂ ਤੂੰ ਜੰਮਿਆ ਕਦ ਸੀਗਾ ਜਦੋਂ ਇਹ ਜੰਮਿਆ ਸੀ ਲੰਬੜਾ ਦੇ ਕਾਣੇ ਦੀ ਜਨ ਚੜੀ ਸੀ ਵੀ ਬਾਕੀ ਦਾ ਤੂੰ ਲਾ ਲੈ ਕਹਿੰਦੇ ਨੇਰੀਆਂ ਰਾਤਾਂ ਸੀ ਤਾਂ ਹੀ ਤਾਂ ਪਿੰਡ ਚ ਨੇਰ ਵਾਪਰਿਆ ਏ ਕਿਤੇ ਸਾਰੇ ਜਿੰਮ ਕਹਿ ਰਹੀ ਆ ਇੱਥੇ ਅੰਕਲ ਤੁਸੀਂ ਕੰਮ ਕੀ ਕਰਦੇ ਆ ਕੰਮ ਤਾਂ ਸੁੱਖ ਨਾਲ ਕਦੇ ਨਿਬੜਿਆ ਹੀ ਨਹੀਂ ਤੜਕੇ ਆ ਜਾਈਦਾ ਆਥੜ ਹੋ ਜਾਂਦਾ ਤੇਰੇ ਸਾਹਮਣੇ ਪਿਛਲੇ 20 ਵਰਿਆਂ ਤੋਂ ਇਹੀ ਚਲੀ ਜਾਂਦਾ ਸਲੈਸ ਬਹੁਤ ਹੋ ਗਿਆ ਵੀ ਝੇਟਾਂ ਹੁਣ ਮੈਨੂੰ ਟਾਈਮ ਦਿਓ ਬਾਈ ਜੀ ਮੇਰੇ ਕੰਨੀ ਕਰੋ ਕੈਮਰਾ ਮੈਂ ਲੋ ਨਸੀਬ ਸਤਿ ਸ੍ਰੀ ਅਕਾਲ ਇੰਗਲੈਂਡ ਮੈਂ ਖੋਜੀ ਬੋਲਦਾ ਪਿੰਡ ਤੇ ਡਾਕਖਾਨਾ ਫਰਮਾਹੀ ਮੈਂ ਬਹੁਤ ਛੇਤੀ ਇੰਗਲੈਂਡ ਆਉਣਾ ਮੰਗਦਾ ਮੈਨੂੰ ਬਸ 1 ਘੰਟੇ ਲਈ ਸੱਦ ਲੋ ਮੁੜ ਕੇ ਮੈਂ ਜਾਣਾ ਤੇ ਮੇਰਾ ਕੰਮ ਮੈਂ ਨਾ ਮੁੜਿਆ ਮੇਰੇ ਕਹੋ ਜੀ ਕਿਦਾ ਤੂੰ ਕੁਛ ਹੋਰ ਕਹਿਣਾ ਆ ਜਿਹੜਾ ਕੁਛ ਉਹ ਵੀ ਕਹਿ ਲਾ ਕਿਦਾਂ ਫਾਇਦਾ ਤਾਂ ਹੈ ਨਹੀਂ ਕੋਈ ਆ ਬੈਟਰੀ ਤਾਂ ਕਾਦੀ ਮੁੱਕੀ ਆ ਮੈਂ ਤਾਂ ਉਦਾਂ ਹੀ ਕਮਾਉਣਾ ਹੀ ਆ ਬਾਈ ਤੂੰ ਵੀ ਇੱਥੇ ਕੇ ਸੀਪ ਲਾਉਣੀ ਸਿੱਖ ਗਿਆ ਹੈ ਵਾਹ ਬਾਈ ਵਾਹ ਤੇ ਤੋ ਦੀਪੀ ਦਾ ਵਿਆਹ ਤੰਦੀਆਂ ਤੈਨੂੰ ਲੱਖ ਲੱਖ ਵਧਾਈਆਂ ਪੁੱਤਰ ਪਰ ਸਭ ਕੁਝ ਇੰਨੀ ਛੇਤੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੰਜੋਗ ਜ਼ੋਰਾਵਰ ਹੁੰਦੇ ਆ ਬਾਪੂ ਜੀ ਰਿਸ਼ਤਾ ਚੰਗਾ ਸੀ ਆਪਣੀ ਦੀਪੀ ਨੇ ਵੀ ਹਾਂ ਕਰਤੀ ਪਰ ਪੂਆ ਜੀ ਦੀਪੀ ਤਾਂ ਅਜੇ ਪੜ੍ਹਦੀ ਆ ਉਹਦੀ ਸਟੱਡੀ ਨਹੀਂ ਖਰਾਬ ਹੋਣੀ ਉਹ ਨਾ ਪੁੱਤਰ ਉਹ ਵੀ ਉਹਨਾਂ ਨੇ ਕਹਿਤਾ ਕਿ ਦੀਪੀ ਆਪਣੀ ਪੜ੍ਹਾਈ ਨਾਲੋਂ ਨਾਲ ਕਰ ਸਕਦੀ ਹੈ ਜਲੇਬੀਆਂ ਤੇ ਵੀ ਖੰਡ ਪਾ ਕੇ ਖਾਂਦੇ ਆ ਖਾਲਾ ਦੀਪੀ ਦਾ ਵਿਆਹ ਫਿਕਸ ਹੋ ਗਿਆ ਆਪਾਂ ਫਨ ਕਰਨਾ ਓ ਦੈਟਸ ਗ੍ਰੇਟ ਪੂਆ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਕਿਤੇ ਬਹੁਤ ਐਕਸਾਈਟਿਡ ਆ ਕਿਤੇ ਫੋਰ ਦਾ ਫਰਸਟ ਟਾਈਮ ਮੈਂ ਪੰਜਾਬ ਦਾ ਮੈਰਿਜ ਦੇਖਣਾ ਆ ਤੈਨੂੰ ਬਹੁਤ ਬਹੁਤ ਵਧਾਈਆਂ ਮੈਂ ਵਧਾਈਆਂ ਨਹੀਂ ਹੁੰਦਾ ਵਧਾਈਆਂ ਸੇਮ ਹੀ ਆ ਮੈਂ ਤਾਂ ਭਾਈ ਵਧਾਈਆਂ ਦੁੱਗਣੀਆਂ ਕਰਨ ਆਈਆਂ ਆਈ ਡੋਨਟ ਮਾਈਂਡ ਗੋ ਅਹੈਡ ਬਾਸ ਤੂੰ ਜਿਹਦੇ ਤੇ ਵੀ ਉਂਗਲੀ ਰੱਖੇਗਾ ਨਾ ਉਹੀ ਲਿਆ ਦੂੰਗੀ ਭੂਆ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਜਦੋਂ ਮੈਨੂੰ ਕੋਈ ਕੁੜੀ ਪਸੰਦ ਆਊਗੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਓਹੋ ਤੂੰ ਵਿਚੋਲ ਬਣਾ ਛੱਡ ਤੇ ਜਾ ਕੇ ਵਿਆਹ ਦੀਆਂ ਤਿਆਰੀਆਂ ਕਰ ਅਸੀਂ ਆ ਰਹੇ ਹਾਂ ਨਾਨਕਾ ਮੇਲ ਲੈ ਕੇ ਨਾਨਕਾ ਮੇਲ ਇਹ ਕਿੱਦਾਂ ਟ੍ਰੇਨ ਹੈ ਕੋਈ ਪੰਜਾਬ ਦੀ ਤੇ ਕਾਫੀ ਫਾਸਟ ਚੱਲਦੀ ਹੋਣੀ ਹੈ ਨਾਨਕਾ ਮੇਲ ਲਾਤੀ ਸੀ ਉਹ ਮਾਲਕੋ ਦਾਦਾ ਜੀ ਹੈ ਦੀਪੀ ਦੇ ਨਾਨਾ ਜੀ ਤੇ ਆਪਾਂ ਸਾਰਿਆਂ ਮੇਲ ਨਾਨੇ ਕਾ ਮੇਲ ਹੋ ਗਿਆ ਨਾ ਨਾਨਕਾ ਮੇਲ ਨਾ ਤੇ ਦਾਤਾ ਫੀ ਮਿਲਿਆ ਕਿੱਦਾਂ ਮੇਲ ਹੋ ਗਈ ਲੈ ਕਰ ਲੈ ਗੱਲ ਉਹ ਹਾਸੇ ਦੀ ਗੱਲ ਤਾਂ ਹੈ ਨਹੀਂ ਇਹ ਚ ਦੇਖਤਾ ਕਿਹੋ ਜੀ ਲੱਗੀ ਹੈ ਬਹੁਤ ਲੈ ਵੀ ਦੀਪੀ ਤੇਰਾ ਭਰਾ ਤਾਂ ਆ ਗਿਆ ਨੀ ਕੁੜੀਓ ਇਹ ਮੇਰਾ ਭਤੀਜਾ ਰੂਪ ਹੈ ਸੁਖਨਾ ਲੰਦਨੋਂ ਆਇਆ ਬਈ 100 ਹੱਥ ਰਸਾ ਸਿਰੇ ਤੇ ਗੰਢ ਜਿਹੜੀ ਅੱਜ ਨਾ ਨੱਚੀ ਨਾ ਮੈਂ ਤਾਂ ਉਹਦੇ ਨਾਲ ਬੋਲਣਾ ਨਹੀਂ ਲੈ ਬੈਠ ਪੁੱਤਰ ਮੈਨੂੰ ਤਾਂ 50 ਕੰਮ ਨੇ ਨੀ ਕੁੜੀਓ ਇੱਧਰ ਆ ਸਤਿ ਸ਼੍ਰੀ ਅਕਾਲ ਜੀ ਦੇਖ ਮਹਿੰਦੀ ਸੋਹਣੀ ਆ
ਤੁਹਾਨੂੰ ਮਹਿੰਦੀ ਬਾਰੇ ਪਤਾ ਹੈ? ਮੈਂ ਯੂਕੇ ਤੋਂ ਆਇਆ, ਜੁਪੀਟਰ ਤੋਂ ਤਾਂ ਨਹੀਂ ਆਇਆ। ਓਹੋ, ਯੂਕੇ ਵਾਲਿਆਂ ਨੂੰ ਗੱਲਾਂ ਵੀ ਆਉਂਦੀਆਂ ਨੇ? ਅੱਛਾ ਮੈਨੂੰ ਇੱਕ ਗੱਲ ਦੱਸੋ, ਇਹਦਾ ਤਾਂ ਵਿਆਹ ਆ, ਇਹਨੇ ਮਹਿੰਦੀ ਲਾਈ ਆ, ਤੁਹਾਨੂੰ ਸਾਰਿਆਂ ਨੂੰ ਮਹਿੰਦੀ ਲਾਉਣ ਦੀ ਕੀ ਲੋੜ ਪਈ ਆ? ਸਾਡੀ ਸਹੇਲੀ ਦਾ ਵਿਆਹ ਹੈ, ਸਾਨੂੰ ਖੁਸ਼ੀ ਹੈ, ਇਸ ਲਈ ਲਾਈ ਆ। ਆ ਓਕੇ ਓਕੇ, ਮੈਂ ਸੋਚਿਆ ਤੁਸੀਂ ਇਸ ਕਰਕੇ ਲਾਈ ਆ ਕਿ ਤੁਹਾਡੇ ਵੀ ਵਿਆਹ ਛੇਤੀ ਹੋ ਜਾਣ। ਵੈਸੇ ਵੀ ਤੁਹਾਡੀ ਨੌਲੇਜ ਲਈ ਦੱਸ ਦਵਾਂ ਕਿ ਮੁੰਡਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੰਜਾਬ 'ਚ, ਤੇ ਜਿਸ ਹਿਸਾਬ ਨਾਲ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ ਨਾ, ਆਉਣ ਵਾਲੇ ਵਕਤ 'ਚ ਮੁੰਡੇ ਪਿੱਛੇ ਪਿੱਛੇ ਫਿਰਨਗੇ ਕੁੜੀਆਂ ਦੇ। ਮੁੰਡੇ ਤਾਂ ਹੁਣ ਵੀ ਪਿੱਛੇ ਪਿੱਛੇ ਫਿਰਦੇ ਆ ਲੱਭਦੇ। ਜਿੱਥੋਂ ਆਏ ਹੋ ਉੱਥੇ ਜਾ ਕੇ ਕਿਉਂ ਨਹੀਂ ਲੱਭਦੇ? ਕਿਉਂ, ਇੱਥੇ ਕਿਉਂ ਨਹੀਂ? ਇੱਥੇ ਤੁਹਾਡੀ ਗੱਲ ਨਹੀਂ ਬਣਨੀ। ਤੁਸੀਂ ਕਿੱਦਾਂ ਕਹਿ ਸਕਦੇ ਆ? ਹਾਂ, ਉਹ ਕਹਿੰਦੇ ਆ ਨਾ, ਚੋੜੀਆਂ ਤਾਂ ਰੱਬ ਬਣਾ ਕੇ ਭੇਜਦਾ ਆ। ਓ, ਫਿਰ ਕਰੋ ਰੱਬ ਅੱਗੇ ਅਰਦਾਸ, ਕੀ ਪਤਾ ਬਣ ਜਾਏ ਜੋੜੀ। ਕੁਲਵੰਤ, ਉਹ ਤੇਰੇ ਵਾਲਾ ਆ ਗਿਆ, ਮੈਂ ਚਲਦੀ ਹਾਂ। ਹਾਈ, ਥੈਂਕ ਯੂ ਸੋ ਮੱਚ। ਕਿੱਦਾਂ ਕਿੱਦਾਂ ਆ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੂੰ ਕਿੱਦਾਂ, ਇਹਨਾਂ ਕੱਪੜਿਆਂ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੂੰ। ਤੁਹਾਡਾ ਮਤਲਬ ਹੈ ਕਿ ਮੈਂ ਇਸ ਪੋਸ਼ਾਕ ਕਰਕੇ ਖੂਬਸੂਰਤ ਲੱਗ ਰਹੀ ਹਾਂ? ਨੋ, ਆਈ ਮੀਨ ਤੁਸੀਂ ਕਿੱਦਾਂ ਚੇਂਜ ਆ, ਕਿੱਦਾਂ ਤੂੰ ਸਪੈਕਸ ਨਹੀਂ ਲਾਏ ਫਿਰ ਵੀ ਕਿਤੇ ਸੋਹਣੀ ਲੱਗਦੀ ਆ। ਹਾਂਜੀ, ਮੈਂ ਅਕਸਰ ਖੁਸ਼ੀ ਦੇ ਸਮਾਗਮ ਤੇ ਪਾਰਦਰਸ਼ੀ ਸ਼ੀਸ਼ੇ ਲਾ ਲੈਂਦੀ ਹਾਂ। ਪਰ ਕਿੱਦਾਂ ਤੂੰ ਕਿੱਦਾਂ ਵੀ ਹੁੰਨੀ ਆ ਨਾ, ਤੂੰ ਕਿਤੇ ਸੋਹਣੀ ਲੱਗਦੀ ਆ। ਕੁੱਲੀ ਕੁੱਲੀ, ਸ਼੍ਰੀਮਾਨ ਜੀ, ਮੇਰਾ ਨਾਂ ਕੁਲਵੰਤ ਕੌਰ ਹੈ। ਯੇ, ਆਈ ਨੋ ਵੈਰੀ ਵੈਲ, ਕਿਤੇ ਮੈਂ ਜਾਣਦਾ ਹਾਂ। ਠੀਕ ਹੈ, ਪਰ ਅਜੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਤੁਹਾਡਾ ਬਹੁਤ ਕੁਝ ਜਾਣਨਾ ਬਾਕੀ ਹੈ। ਮੈਂ ਅੱਜ ਤੁਹਾਨੂੰ ਮਹਿਮੂਦ ਗਜ਼ਨਵੀ ਦੇ ਆਖਰੀ ਹਮਲੇ ਬਾਰੇ ਦੱਸੂੰਗੀ। ਠੀਕ, ਆ ਹੱਥ ਜੋੜੇ ਤੇਰੇ ਅੱਗੇ, ਕਿਤੇ ਛੱਡ ਹੁਣ ਪੁਰਾਣੀ ਹਿਸਟਰੀ ਨੂੰ, ਕਿਤੇ ਆਪਣੀ ਆਉਣ ਵਾਲੀ ਹਿਸਟਰੀ ਦੀ ਕੋਈ ਗੱਲ ਕਰਦੇ ਆ। ਮਾਫ ਕਰਨਾ, ਆਪਣੇ ਕਿਸ ਇਤਿਹਾਸ ਦੀ ਚਰਚਾ ਕਰ ਰਹੇ ਹੋ ਤੁਸੀਂ? ਨਾਲੇ ਆਪਣੇ 'ਚ ਮੈਂ ਕਿਵੇਂ ਸ਼ਾਮਿਲ ਹੋ ਗਈ? ਉਦਾਂ ਤਾਂ ਕਿੱਦਾਂ ਤੂੰ ਬਹੁਤ ਸਿਆਣੀ ਆ, ਤੈਨੂੰ ਸਾਰਾ ਕਾਫੀ ਪਤਾ ਆ, ਪਰ ਕਿੱਦਾਂ ਕੰਮ ਦੀ ਗੱਲ ਤੇ ਆ ਕੇ ਤੂੰ ਨਲਾਇਕ ਹੋ ਜਾਨੀ ਆ। ਮੈਂ ਤੇ ਕਿੱਦਾਂ ਆਪਣੀ ਆਉਣ ਵਾਲੀ ਲਾਈਫ ਦੀ ਗੱਲ ਕਰਦਾ ਆ। ਭਵਿੱਖ ਦੇ ਸੰਦਰਭ 'ਚ ਅਧਿਆਤਮ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਅਧਿਆਤਮ ਦੇ ਸਿਖਰ ਤੇ ਪਹੁੰਚ ਕੇ ਸੰਪੂਰਨ ਮਨੁੱਖ ਦੀ ਸਿਰਜਣਾ ਹੁੰਦੀ ਹੈ। ਹਾਂ, ਉਹ ਤਾਂ ਕਿੱਦਾਂ ਠੀਕ ਆ, ਪਰ ਕਿੱਦਾਂ ਕੋਈ ਇਹੋ ਜਿਹੀ ਗੱਲ ਵੀ ਕਰ ਲਾ ਕਿਹੜੀ ਮੇਰੇ ਸਮਝ ਆ ਜਾਵੇ? ਆਪਣੇ ਸ਼ਬਦ ਕੁਛ ਬਾਰੇ ਤਾਂ ਮੈਨੂੰ ਸੰਪੂਰਨ ਗਿਆਨ ਹੈ। ਹਾਂ, ਪਰ ਮੈਂ ਤੁਹਾਡੇ ਵਾਰਤਾਲਾਪ ਦਾ ਅਰਥ ਵੀ ਕੁਛ ਕੁਛ ਸਮਝ ਰਹੀ ਹਾਂ। ਜਿੱਦਾਂ, ਓ ਮਾਈ ਗਾਡ, ਇਹ ਕਿਤੇ ਜਿੱਦਾਂ ਦੇ ਤਾਂ ਆ ਗਈ ਆ, ਇਹਦਾ ਮਤਲਬ ਕਿਤੇ ਗੱਲ ਵੀ ਬਾਨੀ ਆ। ਯੂਕੇ ਤੋਂ ਸਪੈਸ਼ਲ ਵਿਆਹ ਕਰਾਉਣ ਲਈ ਆਏ ਲੱਗਦੇ ਹੋ? ਨੋ ਵੇ, ਨੋ, ਪਰ ਜੇ ਕਿਸੇ ਨੇ ਦਿਲ ਚੋਰੀ ਕਰ ਲਿਆ ਫਿਰ ਹੋ ਸਕਦਾ ਆ। ਬਸ ਸੁਣੋ, ਦਿਲ ਨੂੰ ਜ਼ਰਾ ਸਾਂਭ ਕੇ ਰੱਖੋ, ਅੱਜ ਕੱਲ ਹਾਰਟ ਪੇਸ਼ੈਂਟਸ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇ ਡਾਕਟਰ ਚੰਗਾ ਹੋਵੇ ਨਾ ਤੇ ਪੇਸ਼ੈਂਟ ਦੀ ਲਾਈਫ ਬਣਾ ਸਕਦਾ ਹੈ। ਬਾਜੀ, ਗਾਉਣ ਵਾਲੀ ਤਾਂ ਤੂੰ ਕੀ ਕਰਦੀ ਜੀ, ਮੈਂ ਤਾਂ ਕਹਿੰਦਾ ਇੰਗਲੈਂਡ ਜਾ ਕੇ ਤਿੰਨ ਜਣੇ ਹੀ ਕੰਮ ਸ਼ੁਰੂ ਕਰ ਦਈਏ। ਤਿੰਨ ਜਣੇ ਕਿਦਾਂ, ਮਤਲਬ ਦੋ ਤਾਂ ਸੀ, ਤੀਜਾ ਕੌਣ ਆ? ਥੋੜਾ ਛੋਟਾ ਵੀਰ ਖੋਜੀ। ਓਹ ਮਾਈ ਗਾਡ, ਹੇ ਰੂਪਸ, ਲਿਸਨ ਮੈਨ, ਕਿਦਾਂ ਖੋਜੀ ਸਾਡੇ ਨਾਲ ਲੰਡਨ ਜਾ ਕੇ ਬੈਂਡ ਬਣਾਉਣਾ ਮੰਗਦਾ ਹੀ ਆ। ਮੈਂ ਕਿ ਬੈਂਡ ਦਾ ਨਾਮ ਹੋਣਾ 2.5 ਮਿਊਜ਼ੀਕਲ ਗਰੁੱਪ। ਏ ਮੈਨ, ਵੇ ਯੂ ਲਾਸਟ, ਹਮ, ਕਮ ਬੈਕ, ਕਮ ਬੈਕ, ਕਮ ਬੈਕ। ਮੈਂ ਵੀ ਇੰਨੀ ਦੇਰ ਦਾ ਇਹ ਵੇਖੀ ਜਾ ਰਿਹਾ, ਇਹ ਬੈਠਾ ਇੱਥੇ ਆ ਪਰ ਹੈ ਕਿਤੇ ਹੋਰ। ਰੂਪ, ਕੀ ਗੱਲ ਹੈ ਪੁੱਤਰ? ਹਾਂ, ਕੁਛ ਨਹੀਂ ਦਾਦਾ ਜੀ। ਕਿੱਦਾਂ ਦਾਦਾ ਜੀ, ਇਹਨਾਂ ਕੌਸ ਨਹੀਂ ਦੱਸਣਾ, ਕਿੱਦਾਂ ਮੈਨੂੰ ਹੀ ਦੱਸਣਾ ਪੈਣਾ ਹੀ ਆ। ਡੀਜੇ ਪਲੀਜ਼, ਓਕੇ, ਕਿਦਾਂ ਸੰਗਦਾ, ਕਿੱਦਾਂ ਆ? ਬਾਤਾਂ ਕੀ ਪਾਏ ਜਾਂਦੇ ਹੋ, ਮੈਨੂੰ ਵੀ ਤਾਂ ਦੱਸੋ ਗੱਲ ਕੀ ਹੈ। ਐਕਚੁਅਲੀ ਗੱਲ ਇਦਾਂ ਆ ਨਾ, ਕਿੱਦਾਂ ਨਾ ਇਹਨੂੰ ਇੱਕ ਕੁੜੀ ਪਸੰਦ ਆ ਗਈ ਆ। ਕੀ ਸੱਚੀ? ਕਿੱਦਾਂ ਉਹਦੇ ਨਾਲ ਨਾ ਵਿਆਹ ਕਰਨਾ ਮੰਗਦਾ ਆ। ਤੂੰ ਸੱਚ ਕਹਿ ਰਿਹਾ ਪੁੱਤਰ? ਆਸਕਿਮ ਕੁੜੀ ਕੌਣ ਹੈ ਪੁੱਤਰ? ਆ ਬੋਲ ਨਾ ਪੁੱਤਰ, ਆ ਦੱਸ ਤਾਂ ਸਹੀ। ਪ੍ਰੀਤ ਨਾਈ ਜੀ, ਮਤਲਬ ਆਪਣੀ ਦਿੱਪੀ ਭੈਣ ਦੀ ਫਰੈਂਡ ਆ। ਉਹ ਫਿਰ ਤਾਂ ਤੇਰੀ ਭੂਆ ਜਾਣਦੀ ਹੋਏਗੀ, ਫੋਨ ਮਿਲਾ ਉਹਨੂੰ, ਉਹ ਗੱਲ ਕਰ ਛੇਤੀ, ਉਹ ਨੇਕ ਕੰਮ ਹੀ ਦੇਰ ਨਹੀਂ ਕਰੀ ਦੀ, ਫਟਾਫਟ ਕਰ, ਫਟਾਫਟ ਕਰ। ਕੀ ਨੰਬਰ ਕੀ ਆ? ਉਹ ਦੱਸ ਬਾਈ, 98-149-0-43-62। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜਿਉਂਦਾ ਰਹਿ ਪੁੱਤ। ਰੂਪ, ਕੱਲ ਦੀਆਂ ਤੇਰੀਆਂ ਗੱਲਾਂ ਹੋਈ ਜਾਂਦੀਆਂ ਨੇ ਘਰ 'ਚ। ਆ ਦਾਦਾ ਜੀ ਗੱਲ ਕਰਨਾ ਚਾਹੁੰਦੇ ਆ। ਜੀਤ, ਉਹ ਪੁੱਤਰ ਵਧਾਈਆਂ ਹੁਣ ਤੈਨੂੰ, ਉਹ ਆਪਣੇ ਰੂਪ ਨੂੰ ਕੁੜੀ ਪਸੰਦ ਆ ਗਈ ਹੈ। ਹਾਂ, ਉਹ ਡੀਪੀ ਦੀ ਸਹੇਲੀ ਹੈ, ਉਹ ਕੀ ਨਾਂ ਹੈ ਉਹਦਾ? ਰੀਤ। ਹਾਂ, ਰੀਤ। ਲੈ ਦੱਸ, ਕੁੱਛੜ ਕੁੜੀ ਸ਼ਹਿਰ ਢੰਡੋਰਾ, ਮੈਂ ਰੂਪ ਵਾਸਤੇ ਕੁੜੀ ਲੱਭਣ ਲਈ ਜੁੱਤੀਆਂ ਘਸਾਈ ਜਾਨੀ ਆ, ਉਹਨੇ ਤਾਂ ਮੇਰਾ ਕੰਮ ਹੀ ਆਸਾਨ ਕਰਤਾ। ਪਰ ਪੁੱਤਰ, ਹੁਣ ਅੱਗੇ ਗੱਲ ਤਾਂ ਤੋਰ। ਲੈ, ਅੱਗੇ ਕੀ ਤੋਰਨੀ ਹੈ, ਗੱਲ ਤਾਂ ਤੁਰੀ ਤਰਾਈ ਹੈ, ਆਪਾਂ ਚੱਲ ਆਉਂਦੇ ਆ। ਪਰ ਉਹਨਾਂ ਨੂੰ ਦੱਸਣਾ ਤਾਂ ਚਾਹੀਦਾ ਨਾ।
दसना की है, कल चलांगे ते तारीख पक्की कर दांगे। चंगा चंगा जिद्दां तेरी मर्जी आ कर। ओके सत श्री अकाल। रूप तू खुश है ना पुत्तर? बहुत खुश है दादा जी, थैंक यू। किदां दादा जी, इहदे वाला तां कंजा खड़ दित्ता या किदां मेरा भी कुछ सोचना पैणा आ? पुत्तर तू भी कुड़ी पसंद कर लै, तेरा भी कढ देंगे। पर एक गल मैं जरूर कहना चाहना, तू जरा ना अपना हुलिया बदल पुत्तर, इत्थों दे रंग विच रंग जा, मेरे वर्गी पग बन, बड़ा सोहना लगेगा तू। इहदा किदां हुण जिद्दां मैनू भी पता लग गया कि इदां दाल गालनी तां है नहीं, चेंज तां करना ही पैणा आ, किदां फिर ही हिस्ट्री बननी आ मेरी हुण। बट लेट्स पार्टी टुडे मैन, किदां साडा रूप खुश आ, रूप खुश है तो किदा मैं भी खुश हाँ। मालको जे तुसी खुश हो तो मैं भी खुश हाँ जी। चुप कर रहा है। मेरे तो ज्यादा और कौन खुश हो सकता है, क्यों पुत्र? बरार साहब तुसी तो हैरान हुंदे होगे कि सवेरे सवेरे असी तवा बोलता तुहाडे घरे। नहीं नहीं बापू जी, एहो जिहियां गल्लां क्यों करदे जे, तुहाडा अपना घर है सुख नाल, जी आयां नूं बैठो 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 भाई, मैडम मेरा पुत्र बैठो भाई, कोई चाह पानी लेके आओ है, ते नाल नूं कुछ खाण पीण नूं। ओ जी बैठो 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 जरा एक मिनट। ओ जी खावांगे भी पीवांगे भी, पहला खुशखबरी तो सुना दिए थानू। क्यों बापू जी? हाँ पुत्र, गल है बराड़ साहब कि असी अपने रूप दा यानी मेरे पोते दा जरा इंग्लैंड तो आए, थोड़ी बेटी आस्ते रिश्ता लेके आए। बापू जी साढ़े लिए इस तो वड्डी गल की हो सकती है कि तुसी आप साढ़े घर चल के आए जी, धन्यवाद साढ़े, सानू मंजूर है जी। ਵਧਾਈਆਂ ਜੀ ਵਧਾਈਆਂ ਮੈਨ, ਕਾਂਗਰੈਸ ਕਾਂਗਰੈਸ। ਮੈਂ ਕਿਹਾ ਜੀ ਇੱਕ ਵਾਰ ਰੀਤ ਤੋਂ ਤਾਂ ਪੁੱਛ ਲਈਏ। ਓ ਯੇ 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 ਅੰਕਲ, ਰੀਤ ਨੂੰ ਪੁੱਛ ਲਓ, ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਨਾਓ ਵੀ ਡੋਨਟ ਮਾਈਂਡ ਕਿਦਾਂ ਲਾਈਫ ਤਾਂ ਇਹਨਾਂ ਨੇ ਸਪੈਂਡ ਕਰਨੀ ਆ, ਕਿਦਾਂ ਵੈਸੇ ਵੀ ਪੁੱਛਣਾ ਬਣਦਾ, ਜਾਂ ਪੁੱਛ ਲਓ ਕੁੜੀ ਨੂੰ ਕਿਦਾਂ। ਵੈਸੇ ਪੁੱਛਣ ਵਾਲੀ ਰਸਮ ਵੀ ਪੂਰੀ ਕਰ ਲਓ, ਪਰ ਇਹੋ ਜਿਹੇ ਰਿਸ਼ਤੇ ਲਈ ਪੁੱਛਣ ਦੀ ਕੋਈ ਲੋੜ ਨਹੀਂ ਹੁੰਦੀ। ਬੇਟਾ ਤੂੰ ਮੇਰੇ ਨਾਲ ਸਰ ਅੰਦਰ ਚੱਲੇਂਗੀ? ਮੈਂ ਆ ਬੇਟਾ। तेनू रिश्ता तो मंजूर है ना? बापू जी तुसी बुरा ना मनायो, पर मैं अजे नहीं व्याह करवाउणा। पुत्तर की हो जी गल्लां करन दी, बाहरों रिश्ता आया है, चंगे लोग आ, जवाब ते देना पैणा ना पुत्तर। बापू जी तुसी उन्हां नूं कह दो कि साडी कुड़ी अजे व्याह लई राजी नहीं है। ओ पुत्तर हुण ना सही, बाद च व्याह करवा ली, हां तां कर दे। ए बाहरले अपने आप नूं समझदे की है? बस जिहड़ी कुड़ी उत्ते उंगली रखदे उहनूं व्याह के लै जाणगे, पर मैं उन्ना कुड़ियां चो नहीं। तू किहो जी गल्लां कर रही है रीत पुत्र, तेनू इतराज की है? हर गल दा तरीका हुंदा बापू जी, पहला साडे नाल गल करके आउंदे, सानू सोचण दा समां दिंदे, बिना दस्से पुछे रिश्ता लैके आ गए। मेरी अपनी भी तां कोई होंद है बापू जी, इह कोई गल होई कि कोई भी आवे ते अपनी मर्जी नाल व्याह के लै जावे? ज्यादा पढ़ लिख के दिमाग खराब हो गया तेरा। फिर नहीं सी पढ़ाउणा बापू जी, तेजे पढ़ाया है तो फिर साडा इन्ना तो हक बनता है कि असी अपना भला पूरा आप सोच सकिए। इस बार तो मैं पूछने की गलती कर चुका है, अगली बार नहीं पूछांगा, याद रखी। आओ बिराट साहब आओ, मैं तुहाडे कोलों माफी मंगनी चाहना, दरअसल सारा कुछ इन्ना अचानक हो गया कि मेरी बेटी इस रिश्ते लिए तैयार नहीं। पर अंकल मैं कल्ले च रीत नाल गल कर सकदे हां? काका इह वलायत नहीं पंजाब आ, तैनूं सारिआं दे सामणे इहो जी गल नहीं सी करनी चाहीदी। What's wrong with this? अंकल जी रीत नूं मेरे बारे कोई गलतफहमी आ तां इत्थे गल नहीं हो सकदी, जे लड़की नूं रिश्ता मंजूर नहीं है ते आपां की कर सकदे हां? पर दादा जी। चंगा भाई सत श्री अकाल। रांझा जोगी हो गया कन्नी मुंदरां पाईयां, चौधर छटी पिंड दी छड़ियां पर जाया। स्टॉप इट मिस्टर काजी। रांझा जोगी हो गया आई सेड स्टॉप इट। मैं ता थां दी ब्रेक लातियां, मैं किते तेरे गाउन दी गल करदा ही आ, किते साडे ना होई आ,
ਸਾਡੇ ਤਾਂ ਕਿੱਦਾਂ ਰੋਹ ਨੂੰ ਦਿਲ ਕਰਦਾ ਹੀ ਆ, ਤੇਰਾ ਗਾਉਣ ਨੂੰ ਕਰਦਾ ਹੀ ਆ। ਉਹ ਮੈਂ ਗਾ ਨਹੀਂ ਰਿਹਾ, ਆਪਣਾ ਚਿੱਤ ਬਰਾ ਰਿਹਾ, ਸਾਡਾ ਤਾਂ ਜਿਉਣਾ ਦੁੱਭਰ ਹੋਇਆ ਪਿਆ, ਏਡੇ ਵੱਡੇ ਸਰਦਾਰ ਨੂੰ ਕੋਈ ਰਿਸ਼ਤੇ ਨੂੰ ਜਵਾਬ ਦੇ ਦੇ, ਇਹ ਤੋਂ ਵੱਡੀ ਬੇਇੱਜ਼ਤੀ ਵਾਲੀ ਗੱਲ ਕੀ ਹੋ ਸਕਦੀ ਹੈ। ਨਾ ਇਹਦੇ 'ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ, ਕੁੜੀ ਨੇ ਕਿੱਦਾਂ ਨੋ ਹੀ ਕੀਤੀ ਆ, ਨੋ ਪ੍ਰੋਬਲਮਸ। ਲਾਤੀ ਸੀਪ, ਇੱਥੇ ਸਾਰੇ ਪੱਤੇ ਖੰਡੇ ਪਏ ਨੇ, ਤੁਸੀਂ ਬਾਈ ਜੀ ਕਹਿੰਦੇ ਨੋ ਪ੍ਰੋਬਲਮ। ਕਦੇ ਤਾਂ ਸੀਰੀਅਸ ਹੋ ਜਾਇਆ ਕਰ ਖੋਜੀ, ਤੈਨੂੰ ਹਰ ਗੱਲ 'ਚ ਮਜ਼ਾਕ ਸੁੱਝਦਾ ਆ। ਬਾਈ ਜੀ ਤੁਸੀਂ ਨਹੀਂ ਸਮਝਦੇ, ਬਾਹਰੋਂ ਆਏ, ਸਾਡੇ ਲਈ ਤਾਂ ਮਰਨ ਦੇ ਬਰਾਬਰ ਹੈ, ਦਾਦਾ ਜੀ ਤਾਂ ਸੁੱਤੇ ਨਹੀਂ ਸਾਰੀ ਰਾਤ, ਪਹਿਲੀ ਵਾਰੀ ਆ ਵੀ ਪਿੰਡ ਦਾ ਗੇੜਾ ਲਾਉਣ ਨਹੀਂ ਗਏ ਅੱਜ। ਓਨੈਸਟਲੀ ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਰੀਤ ਦੀ ਪ੍ਰੋਬਲਮ ਕੀ ਹੈ, ਉਹਨੇ ਨਾ ਕਿਉਂ ਕੀਤੀ, ਐਵਰੀਥਿੰਗ ਤਾਂ ਆਲ ਰਾਈਟ ਸੀ। ਬਾਈ ਜੀ ਜੇ ਗੁੱਸਾ ਮਾਇੰਡ ਨਾ ਕਰੋ ਤਾਂ ਮੈਂ ਦੱਸਾਂ ਵੀ ਉਹਨੇ ਜਵਾਬ ਕਿਉਂ ਦਿੱਤਾ। ਕਿਉਂ? ਮੈਨੂੰ ਲੱਗਦਾ ਜੀ ਉਹ ਬਾਹਰ ਨਹੀਂ ਜਾਣਾ ਚਾਹੁੰਦੀ। ਮੈਂ ਸੋਚਿਆ ਪਤਾ ਨਹੀਂ ਕੀ ਦੱਸਣ ਲੱਗਿਆ ਆ, ਤੇ ਕਿਉਂ ਨਹੀਂ ਜਾਣਾ ਚਾਹੁੰਦੀ ਆ? ਬਾਈ ਨਿੱਤ ਤਾਂ ਆਉਂਦਾ ਅਖਬਾਰਾਂ 'ਚ ਵੀ ਕੁੜੀਆਂ ਨੂੰ ਤੰਗ ਬਹੁਤ ਕਰਦੇ ਬਾਹਰਲੇ। ਤੇ ਕਿੱਦਾਂ ਉਹ ਪੂਆ ਤਾਂ ਕਹਿੰਦੀ ਆ ਕੁੜੀਆਂ ਬਾਹਰ ਜਾਣ ਨੂੰ ਕਿੱਦਾਂ ਮਾਰਦੀਆਂ ਆ, ਤੇ ਫਿਰ ਇਹਦਾ ਮਤਲਬ ਪੂਆ ਦਾ ਕੰਮ ਵੀ ਫਲਾਪ ਹੀ ਆ। ਹੁਣ ਨਹੀਂ ਉਹ ਗੱਲਾਂ ਰਹੀਆਂ ਬਾਹਰ ਜਾਣ ਵਾਲੀਆਂ, ਤੇ ਫਿਰ ਤੂੰ ਕਿੱਦਾਂ ਜਾਣਾ ਮੰਗਦਾ ਆ? ਓਕੇ ਫਿਰ ਤੂੰ ਵੀ ਰਹਿ ਲੈ ਇੱਥੇ ਹੀ। ਨਾ ਨਾ ਬਾਈ ਜੀ ਆ ਜਲ ਨਟਾ ਹੋ, ਆਹ ਸੀਪ ਨਾ ਲਓ, ਮੈਂ ਆਪਣੀ ਨਹੀਂ, ਮੈਂ ਤਾਂ ਪੜ੍ਹੇ ਲਿਖੇ। ਓ ਸ਼ਟ ਅਪ, ਤੁਸੀਂ ਆਪਦੀਆਂ ਹੀ ਲਈ ਜਾਂਦੇ ਹੋ, ਮੇਰੇ ਬਾਰੇ ਵੀ ਕੁਝ ਸੋਚੋ। ਸੁਣ ਲਾ, ਬਾਈ ਜੀ ਇੱਕ ਗੱਲ ਆਖਾਂ ਜੀ, ਫਿਰ ਬਾਈ ਦੀਪੀ ਭੈਣ ਨਾਲ ਗੱਲ ਕਰੋ ਜੀ, ਰੀਤ ਉਹਦੀ ਸਹੇਲੀ ਹੈ, ਉਹ ਦੱਸ ਸਕਦੀ ਹੈ ਵੀ ਚੱਕਰ ਕੀ ਹੈ। ਤੁਸੀਂ ਹੁਣ ਪੁੱਛ ਰਹੇ ਹੋ? ਜੇ ਕੋਈ ਗੱਲ ਸੀ ਤਾਂ ਪਹਿਲਾਂ ਦੱਸ ਦੇ, ਮੈਂ ਰੀਤ ਨਾਲ ਗੱਲ ਕਰਦੀ। ਭੂਆ ਨੇ ਟਾਈਮ ਹੀ ਨਹੀਂ ਦਿੱਤਾ, ਕਹਿੰਦੇ ਨੇ ਰਿਸ਼ਤਾ ਲੈ ਕੇ ਚੱਲੋ ਕੁੜੀ ਦੇ ਘਰੇ, ਉਹਨਾਂ ਨੇ ਕਿਹੜਾ ਨਾ ਕਰਨੀ ਹੈ। ਪਰ ਆਈ ਵਾਂਟ ਟੂ ਨੋ, ਰੀਤ ਨੇ ਨਾ ਕਿਉਂ ਕੀਤੀ? ਮੈਨੂੰ ਫੋਨ ਆਇਆ ਸੀ ਰੀਤਾ, ਗੱਲ ਕੋਈ ਵੱਡੀ ਨਹੀਂ, ਪਰ ਜਿਸ ਤਰ੍ਹਾਂ ਤੁਸੀਂ ਅਪਰੋਚ ਕੀਤਾ ਰਿਸ਼ਤੇ ਲਈ ਉਹਨੂੰ ਇਹ ਚੰਗਾ ਨਹੀਂ ਲੱਗਿਆ। ਉਹ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਕੁੜੀ ਹੈ, ਆਪਣੀ ਸੈਲਫ ਰਿਸਪੈਕਟ ਮੰਗਦੀ ਹੈ ਰੂਪ, ਤੁਸੀਂ ਉਹਨੂੰ ਭੁੱਲੀ ਜਾਓ ਤਾਂ ਚੰਗਾ ਹੈ। ਕੀ? ਤੂੰ ਗੱਲ ਕੀ ਕਰ ਰਹੀ ਆ? ਟ੍ਰਾਈ ਐਂਡ ਅੰਡਰਸਟੈਂਡ, ਮੈਂ ਪਿਆਰ ਕੀਤਾ ਆ ਉਸਨੂੰ, ਜੇ ਉਹਨੂੰ ਮੇਰੇ ਨਾਲ ਕੋਈ ਪ੍ਰੋਬਲਮ ਆ ਤੇ ਮੈਂ ਉਹਦੇ ਨਾਲ ਗੱਲ ਕਰਨਾ ਚਾਹੁੰਦਾ ਆ। ਤੁਸੀਂ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਤੁਹਾਡੀ ਬੋਲਚਾਲ ਪਹਿਰਾਵਾ ਉਹਨੂੰ ਥੋੜਾ ਓਪਰਾ ਜਿਹਾ ਲੱਗਦਾ ਹੈ, ਤੇ ਤੁਸੀਂ ਕੁੜੀ ਨੂੰ ਸਿੱਧਾ ਹੀ ਕਹੀ ਜਾਂਦੇ ਹੋ ਕਿ ਇਹਨਾਂ ਕੁੜੀਆਂ ਦਾ ਕੀ ਹੈ, ਬਾਹਰ ਜਾਣ ਲਈ ਤਾਂ ਕੰਬਲੀਆਂ ਨੇ, ਜਿੱਤੇ ਮਰਜ਼ੀ ਉਂਗਲੀ ਧਰ ਦਿਓ, ਇਹ ਤਾਂ ਕੋਈ ਤਰੀਕਾ ਨਾ ਹੋਇਆ ਕੁੜੀਆਂ ਨੂੰ ਟ੍ਰੀਟ ਕਰਨ ਦਾ। ਜੇ ਮੈਂ ਰੀਤ ਦੀ ਜਗ੍ਹਾ ਹੁੰਦੀ ਤਾਂ ਸ਼ਾਇਦ ਇਹੋ ਕਰਦੀ। ਪਰ ਇਹ 'ਚ ਮੇਰੀ ਕੀ ਫਾਲਟ ਆ? ਇਹ ਤਾਂ ਭੂਆ ਨੇ ਕਿਹਾ ਸੀ, ਰਾਈਟ? ਕਿਸੇ ਨੇ ਵੀ ਕਿਹਾ ਹੋਵੇ, ਪਰ ਹੈ ਤਾਂ ਗਲਤ ਨਾ। ਆਈ ਅੰਡਰਸਟੈਂਡ, ਉਹਨੂੰ ਜ਼ਰੂਰ ਬੁਰਾ ਲੱਗਿਆ ਹੋਵੇਗਾ, ਪਰ ਮੈਂ ਉਹਦੇ ਨਾਲ ਇੱਕ ਵਾਰੀ ਗੱਲ ਕਰਨਾ ਮੰਗਦਾ ਹਾਂ। ਇਹ ਸੌਖਾ ਨਹੀਂ। ਪਲੀਜ਼ ਦੀਪੀ, ਚਾਹੇ ਉਹ ਮੇਰੇ ਨਾਲ ਵਿਆਹ ਨਾ ਕਰਾਵੇ, ਪਰ ਮੈਂ ਇੱਕ ਵਾਰੀ ਉਹਨੂੰ ਜ਼ਰੂਰ ਮਿਲਣਾ ਮੰਗਦਾ। ਦੀਪੀ ਨੇ ਤੈਨੂੰ ਇੱਕ ਵਾਰੀ ਮਿਲਣ ਲਈ ਕਿਹਾ ਸੀ, ਸੋ ਮਿਲ ਲਿਆ। ਮੈਂ ਕੋਈ ਹੋਰ ਗੱਲ ਨਹੀਂ ਕਰਨੀ ਤੇਰੇ ਨਾਲ। ਭੂਆ ਜੀ ਨੇ ਜੋ ਕੁਝ ਵੀ ਕਿਹਾ ਉਹਦੇ ਲਈ ਮੈਂ ਸੌਰੀ, ਉਹ 'ਚ ਮੈਂ ਕਿੱਥੇ ਗਲਤ ਸੀ। ਆਪਾਂ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹਾਂ। ਤੂੰ ਆਪਣਾ ਵਕਤ ਬਰਬਾਦ ਕਰ ਰਿਹਾ, ਉਂਝ ਵੀ ਤੁਹਾਨੂੰ ਕੁੜੀਆਂ ਦੀ ਕੀ ਘਾਟ ਹੈ? ਜਿਸ ਕੁੜੀ ਉੱਤੇ ਹੱਥ ਰੱਖੋਗੇ ਉਹ ਕੁੜੀ ਤੁਹਾਡੇ ਮਗਰ ਮਗਰ ਵਿਆਹ ਕਰਾਉਣ ਲਈ ਭੱਜੀ ਆਏਗੀ। ਹੁਣ ਮੈਂ ਤੈਨੂੰ ਕਿਵੇਂ ਦੱਸਾਂ, ਮੈਨੂੰ ਹੋਰ ਕੋਈ ਕੁੜੀ ਨਹੀਂ, ਰੀਤ ਚਾਹੀਦੀ ਹੈ। ਰੀਤ ਨੂੰ ਸਾਰੀ ਉਮਰ ਲਈ ਇੱਕ ਸਾਥੀ ਚਾਹੀਦਾ, ਕੋਈ ਵਪਾਰੀ ਨਹੀਂ। ਮੈਂ ਵਪਾਰੀ ਨਹੀਂ ਹਾਂ, ਮੈਂ ਸਿਰਫ ਤੈਨੂੰ ਪਿਆਰ ਕੀਤਾ ਹੈ। ਪਿਆਰ ਕੋਈ ਮਜ਼ਾਕ ਨਹੀਂ ਹੈ ਰੂਪ, ਤੈਨੂੰ ਪਿਆਰ ਦਾ ਮਤਲਬ ਵੀ ਪਤਾ? ਪਿਆਰ ਦੇ ਅਰਥ ਹੀਰ ਰਾਂਝੇ ਦੀ ਕਹਾਣੀ ਬਿਆਨ ਕਰਦੇ ਆ ਰੂਪ, ਸੱਸੀ ਪੁੰਨੂ ਦੇਸ਼ਕ ਦੀ ਬਾਤ ਪਾਉਂਦੇ ਨੇ। ਮੈਂ ਫਰਾਦ ਬਣ ਕੇ ਸ਼੍ਰੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਾਂਗਾ। ਇਹ ਨਾਮੁਮਕਿਨ ਹੈ, ਮੁਹੱਬਤ ਦੀ ਕਿਤਾਬ 'ਚ ਨਾਮੁਮਕਿਨ ਸ਼ਬਦ ਕਿਤੇ ਵੀ ਨਹੀਂ। ਬਹੁਤ ਹੋ ਗਿਆ, ਅੱਗੇ ਤਾਂ ਮੇਰੀ ਰਚਨਾ ਹੀ। ਮੈਂ ਅੱਜ ਤੋਂ ਤੈਨੂੰ ਹਰ ਰਾਤ ਮਿਲਾਂਗਾ, ਮੈਂ ਤੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ। ਮੈਂ ਹਰ ਦਿਸ਼ਾ ਹਰ ਮੋੜ ਤੇ ਤੈਨੂੰ ਦਿਖਾਈ ਦੇਵਾਂਗਾ। ਮੈਂ ਤੇਰੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ,
मैं तेरे दिलो दिमाग दे विच मोहब्बत दा गीत पढ़ के गूंजांगा। देखते हैं रूप ना तेरे प्यार च दीवाना हो गया रीत, हुण मैं तेरा पक्ष नहीं ले सकती। मैनू नहीं सी पता मैनू इन्ना प्यार करदा, हुण तां मैं भी महसूस करदी हां कि ते मैं गलती कर बैठी हां। अकबर जिहा बादशाह भी अपनी भुल बख्शाउण लई जोधा बाई दे पेके गया सी, ते अज दी तारीख तसदीक करदी है कि इस जोधा नू अकबर कोल जाके अपने जज्बात दा इजहार कर लेना चाहिदा है। पता नहीं वो मेरे बारे की सोचता होएगा। वो तो दिन रात तेरे बारे सोचता है रीत, तेनू खुश रखेगा। ये यूके वाले मुंडे दिल दे माड़े नहीं, पावे इन्हां नू पंजाबी भाषा दा संपूर्ण ज्ञान नहीं। हुण जे मैं उन्हूं मिलां वी तो उहदा सामना किवें करांगी? दिल की कहिंदा है? दिल तो रूप नू मिलना मांगदा। मुहब्बत दे परिपेक्ष जज्बात का विश्लेषण करन लग्या किसे किस्म का संकोच नहीं करना चाहिए। चंगा कुलवंत कौर जी, मैं तुहाडी विचारधारा नू आधार बना के नवा अध्याय लिखण दा यतन करांगी। ए होई ना गल। तेरा इकरार मेरी झोली च इन्नी छेती पै जाएगा ये मैं नहीं सी सोचा। मैनू तो लगता सी मैनू 12 साल मज्जां चारनियां पैणगियां रांझे वांग। मैं भी तो पहला तेरे च कुछ होर ही देखती सी, मैनू नहीं सी पता तू इन्ने साफ दिल दा मालिक है। मालिक मैं कित्थे रह गया, हुण तां इस दिल ते दावेदारी तेरी है। सब कुछ एक करिश्मे वांग लगता, तू इन्नी छेती पंजाबी रंग विच रंगिया जाएगा यकीन ही नहीं होंदा। इश्क सब तो बड़ा उस्ताद है, ये जदों दिलां च वसदा है ते जिंदगियां रोशन कर देंदा है। तू सचमुच मैनू इन्ना प्यार करता है? तेरे प्यार ने तो मेरी जिंदगी का रुख बदल दिता है। मैं भी तो पहला वर्गी नहीं रही, वेखी कि जोगी ना बना दे यारा नू। तू भी मैनू चली होने तो बचा ले। मेरा दिल शीशे वर्गा है, मैं अपना अक्स धुंधला नहीं पहन दियांगी। किदे लगदा या मैं एकदम टोटली चेंज होया हां, यू नो जस्ट बिकॉज ऑफ यू। मेरे करके? मैं कदों क्या तुहानू अपनी दस्तार ते पोशाक विच परिवर्तन करन ले? मतलब जरूरी नहीं हुंदा कि सब कुछ कीता बोल के दस्या जावे, खास गल्ला कीता आप ही अंडरस्टैंड करनियां पेंदियां आ। प्लीज वेयर आर यू लाइक। कुलवंत कीता मैनू तेरा चीता आउंदा रहिंदा ही आ, मैं तेनू अपने नाल लंदन लैके जाना मांगदा हां। विल यू मैरी मी? सोचदी की आ कि ते प्यार करन वाले सोचदे थोड़ा हुंदे आ, सोचदा ते दिमाग हुंदा आ, दिल थोड़ा सोचदा आ। तेरा दिल की मांगदा आ? मांगदा तां तेरे जिहे भोले इंसान नूं ही है, पर इहदे लई तेरे माता पिता नूं साडी रिहाइश ते आके मेरे माता पिता नाल वार्तालाप करनी पैणी है। ਫੇਰ ਤਾਂ ਕਿਦਾਂ ਭੁੱਲ ਜਾ? ਕਿਉਂ? ਕਿਦਾਂ ਮਾਂ ਮੇਰੇ ਵੋਲਵਰਹੈਂਪਟਨ ਰਹਿੰਦੇ ਆ, ਡੈਡ ਮੇਰੇ ਬਰਮਿੰਗਮ ਰਹਿੰਦੇ ਆ, ਮੈਂ ਕਿਦਾਂ ਲੰਡਨ ਰਹਿਣਾ ਆ, ਸਾਰੇ ਖਿਲ ਰਹੇ ਆ। ਜੇ ਤੂੰ ਚਾਹੁੰਦੀ ਆ ਮੈਂ ਕਿਦਾਂ ਦਾਦਾ ਜੀ ਨੂੰ ਭੇਜ ਕੇ ਸਾਰਾ ਫਿਕਸ ਕਰਾ ਸਕਦੇ ਆ। ਇਹਦਾ ਮਤਲਬ ਤੇਰੇ ਮਾਤਾ ਪਿਤਾ ਦਾ ਤਲਾਕ ਹੋਇਆ? ਨੋ, ਕਿਤੇ ਛੁੱਟੀਆਂ ਮਨਾਉਣ ਨੂੰ ਸੈਪਰੇਟ ਹੋਏ ਆ। ਯੂ ਨੋ ਮੈਂ ਕਿਦਾਂ 8 ਈਅਰਸ ਤੋਂ ਕੱਲ੍ਹ ਰਹਿਣਾ ਆ, ਪਰ ਯੂ ਨੋ ਕਦੋਂ ਮੈਂ ਤੈਨੂੰ ਦੇਖਿਆ ਆ ਨਾ ਤੇ ਮੈਨੂੰ ਲੱਗਾ ਆ ਕਿਦਾਂ ਮੇਰਾ ਵੀ ਕੋਈ ਹੈਗਾ ਹੀ ਆ। ਕਿੰਨਾ ਖੁਸ਼ ਮਿਜ਼ਾਜ ਹੈ ਤੂੰ ਦਿਲਜੀਤ, ਤੂੰ ਆਪਣੀ ਸਾਦਗੀ ਨਾਲ ਮੇਰੀਆਂ ਭਾਵਨਾਵਾਂ ਉੱਤੇ ਜਿੱਤ ਹਾਸਲ ਕਰ ਲਈ। ਪਹਿਰਾਵਾ ਤਾਂ ਤੂੰ ਬਦਲ ਹੀ ਲਿਆ, ਪਰ ਮੈਂ ਬੋਲੀ ਤੇਰੀ ਵਾਲੀ ਸੁਣਨਾ ਮੰਗਦੀ ਹਾਂ। ਯੂ ਸੀਰੀਅਸ? ਇਹਦਾ ਮਤਲਬ ਕਿੱਦਾਂ ਮਾਮਲਾ ਫਿੱਟ ਹੋਇਆ ਆ? ਕਿੰਨੀ ਜਲਦੀ ਕਿਤੇ ਸਾਰਾ ਕੁਛ ਗੱਡ ਹੋ ਗਿਆ ਆ, ਆਈ ਜਸਟ ਕਾਂਟ ਬਿਲੀਵ ਇਟ। ਇਹਦਾ ਮਤਲਬ ਕਿੱਦਾਂ
ਯਾਰਾਂ ਦੀ ਹੁਣ ਚੜਾਈ ਆ ਫੇ ਚੜਾਈ ਨਹੀਂ ਚੜਾਈ ਕਿਦਾ ਸੇਵੇਂ ਹੀ ਆ ਆਪੇ ਤੂੰ ਮੈਨੂੰ ਕਹਿੰਦੀ ਆ ਕਿਦਾਂ ਮੇਰੀ ਆਹੀ ਬੋਲੀ ਸੁਣਨਾ ਮੰਗਦੀ ਆ ਤੇ ਨਾਲੇ ਤੂੰ ਮੈਨੂੰ ਕਿਦੇ ਟੀਚ ਕਰਦੀ ਆ ਮੈਂ ਆਪਣੀ ਗੁਸਤਾਖੀ ਲਈ ਖੇਮਾ ਦੀ ਜਾ ਚੁੱਕਾ ਕਿਦੇ ਮੈਂ ਸਮਝਿਆ ਨਹੀਂ ਜਿੱਦਾਂ ਮੈਂ ਸੌਰੀ ਆ ਸੌਰੀ ਪਰ ਕਿਹੜੇ ਸੰਦਰਭ ਚ ਖੋਜੀ ਇਹ ਅੱਜ ਕੱਲ੍ਹ ਰੂਪ ਹੀ ਕਿੱਥੇ ਗਾਇਬ ਰਹਿੰਦੇ ਆ ਘਰ ਨਜ਼ਰ ਹੀ ਨਹੀਂ ਆਉਂਦੇ ਦਾਦਾ ਜੀ ਇੰਨਾ ਤਜਰਬਾ ਤੁਹਾਡਾ ਉਮਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਇਸ ਉਮਰ 'ਚ ਕਿਵੇਂ ਸੀਪ ਲੱਗਦੀ ਹੈ ਯਾਰ ਤੂੰ ਬੁਝਾਰਤਾ ਨਾ ਪਾਇਆ ਕਰ ਸਾਫ਼ ਸਾਫ਼ ਦੱਸ ਚੱਕਰ ਕੀ ਹੈ ਦਾਦਾ ਜੀ ਰੂਪ ਬਾਈ ਨੇ ਨਾ ਪੱਕਾ ਠਾਣ ਲਿਆ ਵੀ ਵਿਆਹ ਕਰਾਉਣਾ ਤਾਂ ਰੀਤ ਨਾਲ ਨਹੀਂ ਕਰਾਉਣਾ ਨਹੀਂ ਤੁਸੀਂ ਦੇਖ ਲਿਓ ਲਾ ਕੇ ਉਡੂ ਸੀਪ ਸੱਚੀ ਹਾਂ ਤਾਂ ਇਹਦਾ ਮਤਲਬ ਮੁੰਡਾ ਤਾਂ ਆਪਣੇ ਪਿਓ ਤੇ ਹੀ ਗਿਆ ਜੇ ਜਿੱਦ ਫੜ ਲਈ ਨਾ ਉਹਨੇ ਕੁੜੀ ਨੂੰ ਮਨਾ ਗਈ ਅਟੋ ਜੀ ਜੀ ਦਾਦਾ ਜੀ ਮੈਂ ਵਿਆਹ ਇੱਧਰ ਕਰਾਵਾਂ ਜਾਂ ਇੰਗਲੈਂਡ ਜਾ ਕੇ ਤੇਰੇ ਨਾਲ ਵਿਆਹ ਕੌਣ ਕਰਾਊ ਕਿਉਂ ਜੀ ਮੈਂ ਪੌੜੀ ਤੇ ਚੜ ਕੇ ਬਤਾਉ ਤੋੜਦਾ ਮੈਂ ਬੰਦਾ ਨੀ ਦੇਬੋ ਨਾਲ ਅੱਛਾ ਅੱਛਾ ਚੰਗਾ ਵੇਖਦੇ ਆ ਦੇਖਦੇ ਆ ਦੇਖਣਾ ਨੀ ਜੀ ਕਰਾਉਣਾ ਹੈ ਪੀਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਰ ਫਿਰ ਸੰਗਦੀ ਕਿਉਂ ਆ ਬੀਜੀ ਉਹ ਜਿਹੜੇ ਬਾਹਰਲੇ ਰਿਸ਼ਤੇ ਲਈ ਮੈਂ ਨਾ ਕੀਤੀ ਸੀ ਉਹ ਮੁੰਡਾ ਮੈਨੂੰ ਪਸੰਦ ਹੈ ਤੁਸੀਂ ਬਾਪੂ ਜੀ ਨੂੰ ਕਹੋ ਕਿ ਮੇਰਾ ਰਿਸ਼ਤਾ ਉੱਥੇ ਹੀ ਕਰ ਦੇਣ ਲੈ ਆਹ ਕੀ ਗੱਲ ਹੋਈ ਤੂੰ ਆਪ ਹੀ ਉਸ ਰਿਸ਼ਤੇ ਲਈ ਨਾ ਕੀਤੀ ਸੀ ਨਾ ਉਦੋਂ ਐਵੇਂ ਨਾ ਹੋ ਗਈ ਤੁਸੀਂ ਬਾਪੂ ਜੀ ਨਾਲ ਗੱਲ ਕਰੋ ਨਾ ਤੂੰ ਚੰਗੀ ਤਰ੍ਹਾਂ ਜਾਣਦੀ ਆਪਣੇ ਬਾਪੂ ਜੀ ਨੂੰ ਇੱਕ ਵਾਰੀ ਨਾ ਕਰਾ ਕੇ ਹਾਂ ਕਰਾਉਣੀ ਕਿੰਨੀ ਔਖੀ ਹੈ ਬੀਜੀ ਤੁਸੀਂ ਗੱਲ ਤਾਂ ਕਰਕੇ ਦੇਖੋ ਉਹ ਬਈ ਕੀ ਗੱਲਾਂ ਕਰਨ ਦਈਆਂ ਨੇ ਮਾਵਾਂ ਧੀਆਂ ਹੈ ਉਹ ਪੁੱਤ ਤੂੰ ਆਪਣੀ ਮਾਂ ਦੇ ਨਾਲ ਜਿੰਨੀਆਂ ਗੱਲਾਂ ਕਰਨੀਆਂ ਨਾ ਕਰ ਲੈ ਫਿਰ ਤਾਂ ਤੂੰ ਆਪਣੇ ਬਾਪੂ ਜੀ ਦੇ ਘਰ ਕਦੇ ਕਦਾਈ ਆਇਆ ਕਰਨਾ ਉਹ ਤੁਸੀਂ ਮੇਰੇ ਵੱਲ ਕੀ ਝਾਕਣ ਦਈਆਂ ਜੇ ਉਹ ਬਈ ਮੈਂ ਰੀਤ ਦਾ ਰਿਸ਼ਤਾ ਪੱਕਾ ਕਰਕੇ ਆਇਆ ਕਿੱਥੇ ਕੀਤਾ ਜੀ ਕਿਹਦੇ ਨਾਲ ਮੁੰਡਾ ਐਮ ਚ ਪੜ੍ਹਦਾ ਪਿਓ ਦਾ ਯੂਨੀਵਰਸਿਟੀ ਪ੍ਰੋਫੈਸਰ ਆ ਆਪਣੀ ਜ਼ਮੀਨ ਹੈ ਜਾਇਦਾਦ ਹੈ ਬੜਾ ਸੁਨੱਖਾ ਮੁੰਡਾ ਬਾਪੂ ਜੀ ਮੈਨੂੰ ਇੱਕ ਵਾਰੀ ਪੁੱਛ ਤਾਂ ਲੈਂਦੇ ਇੱਕ ਵਾਰੀ ਪੁੱਛ ਕੇ ਪਛਤਾ ਚੁੱਕਾ ਧੀਏ ਤੈਨੂੰ ਮੈਂ ਕਹਿਤਾ ਸੀ ਨਾ ਕਿ ਮੈਂ ਦੂਸਰੀ ਵਾਰ ਨਹੀਂ ਪੁੱਛਣਾ ਉਹਨਾਂ ਨੇ ਤੇਰੀ ਫੋਟੋ ਵੇਖੀ ਤੇ ਹਾਂ ਕਹਿਤੀ ਪੇਪਰਾਂ ਤੋਂ ਬਾਅਦ ਮੈਂ ਤੇਰਾ ਵਿਆਹ ਕਰ ਦੇਣਾ ਜੀ ਤੁਸੀਂ ਕੁਝ ਬੋਲੋ ਨਾ ਇਹਨੂੰ ਕੀ ਕਹਿੰਦੀ ਜੋ ਕਹਿਣਾ ਮੈਨੂੰ ਕਹਿ ਮੈਂ ਉਸੇ ਜਗ੍ਹਾ ਵਿਆਹ ਕਰਾਉਣ ਨੂੰ ਰਾਜ਼ੀ ਹਾਂ ਜਿੱਥੇ ਮੈਂ ਪਹਿਲਾਂ ਜਵਾਬ ਦਿੱਤਾ ਸੀ ਫੇਰ ਉਹ ਹੀ ਗੱਲਾਂ ਛੇੜ ਕੇ ਬਹਿ ਗਈਆਂ ਮੇਰੇ ਨਾਲ ਮੇਰੀ ਇੱਜ਼ਤ ਦਾ ਪੂਰਾ ਧਿਆਨ ਹੈ ਕਿ ਨਹੀਂ ਤੈਨੂੰ ਮੈਂ ਮੰਨਦੀ ਹਾਂ ਬਾਪੂ ਜੀ ਉਦੋਂ ਮੈਥੋਂ ਗਲਤੀ ਹੋ ਗਈ ਪਰ ਮੈਂ ਉਦੋਂ ਵੀ ਆਪਣੀ ਜਗ੍ਹਾ ਸਹੀ ਸੀ ਤੇ ਹੁਣ ਵੀ ਤੂੰ ਉਦੋਂ ਵੀ ਗਲਤ ਸਾਂ ਤੇ ਅੱਜ ਵੀ ਗਲਤ ਤੂੰ ਵਿਆਹ ਨੂੰ ਕੀ ਗੁੱਡੇ ਗੁੱਡੀਆਂ ਦਾ ਖੇਡ ਸਮਝਦੀ ਹੈ ਅੱਜ ਇੱਥੇ ਕਰ ਦੋ ਕੱਲ ਉੱਥੇ ਕਰ ਦੋ ਫਿਰ ਕਹਿੰਗੀ ਤੀਸਰੇ ਥਾਂ ਤੇ ਕਰ ਦੋ ਤੇਰੀ ਮਾਤਾ ਕਿਤਾਬਾਂ ਨੇ ਮਾਰ ਦਿੱਤੀ ਹੈ ਪਰ ਮੇਰਾ ਦਿਮਾਗ ਅਜੇ ਟਿਕਾਣੇ ਤੇ ਹੈ ਇੱਕ ਗੱਲ ਮੇਰੀ ਕੰਨ ਖੁੱਲ ਕੇ ਸੁਣ ਲੈ ਰਿਸ਼ਤਾ ਤਾਂ ਮੈਂ ਤੇਰਾ ਪੱਕਾ ਕਰ ਆਇਆ ਪਰ ਅੱਜ ਤੋਂ ਬਾਅਦ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਨਹੀਂ ਬਾਪੂ ਜੀ ਤੁਸੀਂ ਮੇਰੇ ਨਾਲ ਐਨਾ ਕਰੋ ਪਲੀਜ਼ ਮੈਂ ਕਹਿਤਾ ਨਾ ਤੈਨੂੰ ਸਮਝਾ ਲੈ ਆਪਣੀ ਧੀ ਨੂੰ ਨਹੀਂ ਤਾਂ ਮੈਂ ਕੋਈ ਕਾਰਾ ਕਰ ਬੈਠੂ ਫਿਰ ਨਾ ਕਹੀਂ ਦੱਸਿਆ ਨਹੀਂ ਸੀ ਚੱਲ ਚੱਲੀ ਇੱਕ ਮਿੰਟ ਤੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੇਰੇ ਬਾਪੂ ਜੀ ਨੇ ਤੇਰੀ ਮਰਜ਼ੀ ਤੋਂ ਬਗੈਰ ਤੇਰੀ ਇੰਗੇਜਮੈਂਟ ਕਿਤੇ ਹੋਰ ਫਿਕਸ ਕਰਤੀ ਹੈ ਤੇ ਤੂੰ ਕੁਝ ਨਹੀਂ ਕਿਹਾ ਖੜੀ ਵੇਖਦੀ ਰਹੀ ਪਰ ਮੈਂ ਕਰ ਵੀ ਕੀ ਸਕਦੀ ਸੀ ਰੂ ਇਹ ਤੇਰੀ ਲਾਈਫ ਆ ਤੇਰੀ ਜ਼ਿੰਦਗੀ ਦਾ ਸਵਾਲ ਆ ਉਹ ਕੌਣ ਹੁੰਦੇ ਨੇ ਡਿਸੀਜਨ ਲੈਣ ਵਾਲੇ ਤੇਰੀ ਮੈਰਿਜ ਦੇ ਉਹ ਕੁਝ ਵੀ ਕਰ ਸਕਦੇ ਆ ਕੁਝ ਵੀ ਕਿਵੇਂ ਕਰ ਸਕਦੇ ਆ ਚਲ ਆਪਾਂ ਇੱਕ ਕੰਮ ਕਰਦੇ ਆ ਆਪਾਂ ਕੋਰਟ ਮੈਰਿਜ ਕਰਾ ਲੈਂਦੇ ਆ ਦੇਖੀ ਜਾਊਗੀ ਕੀ ਹੁੰਦਾ ਚਲ ਤੇਰਾ ਪਤਾ ਨਹੀਂ ਪਰ ਮੈਨੂੰ ਜਾਨੋਂ ਮਾਰ ਦੇਣਗੇ ਵਾਟ ਐਡੇ ਜਾ ਲੈਂਦੇ ਆ ਉਹਨਾਂ ਨੂੰ ਆਪਦੀ ਬੇਟੀ ਦੀ ਖੁਸ਼ੀਆਂ ਦੀ ਕੋਈ ਪਰਵਾਹ ਨਹੀਂ ਆ ਕਿਹੋ ਜਿਹੇ ਬੰਦੇ ਆ ਇੱਥੇ ਇਸੇ ਤਰ੍ਹਾਂ ਹੀ ਆ ਰੂਪ ਸਾਡੇ ਲਈ ਜਾਨ ਦੇ ਵੀ ਸਕਦੇ ਨੇ ਤੇ ਸਾਡੀ ਜਾਨ ਲੈ ਵੀ ਸਕਦੇ ਨੇ ਮੈਂ ਤੈਨੂੰ ਇਦਾਂ ਛੱਡ ਕੇ ਨਹੀਂ ਜਾ ਸਕਦਾ ਮੈਂ ਮਿਲਾਂਗਾ ਤੇਰੇ ਬਾਪੂ ਜੀ ਕੋਈ ਫਾਇਦਾ ਨਹੀਂ ਰੂਪ ਸੋਚੀ ਵੀ ਨਾ
कुछ तो सोचना पैना है। वह मुंडा की करता है जिदे नाल तेरी इंगेजमेंट हुई है? पढ़ता है। तू मिली है उनू? नहीं। ना की है उदा? चकजोत। चकजोत हैरान है यार मैं, ना तू उनू मिली है ना वो तेनू मिले है, मंगनी हो गई है। केड़ी सदी च रह रहे हो तुसी? मैं मिलना है उनू। की ना है उदा? जगजोत। जगजोत नू सोच समझ के रूप, तू इतो के मुंडिया नू जानता नहीं। जानना ही तो चाहना है कि एक केहो जा बंदा है जिन्हें कुड़ी नू वेखे बिना फोटो नू आ करती। हेलो डैड। ओए आ भी आड़ी, किवें आ फिर? ठीक है डैड। फिर किवें लगी फोटो? ओ ताड़ी पसंद सिर मथे रे डैड, नाले ताड़ी पसंद माड़ी हो सकदी है यार। पर डैड तुसी असर अचानक की करता यार? ओ जगजोत, मैं ता क्या सी बेटा के कुड़ी वाले नु हां कर तो पहला एक बारी तैनू जरूर पूछ लैन, पर कहंदे मैनू अपने मुंडे दी पसंद दा पता है। ओ एदे च कोई झूठ थोड़ा है, जे मैं सिर्फ प्यो बनया रहंदा तो शायद ना समझदा, पर असी तो आड़ी हैं। क्यों भाई? बिल्कुल बिल्कुल डैड। आ की तुसी आड़ी आड़ी लाई रख दियो, लोकी की कहंदे होणगे? ओ मॉम अपना चित्रा जी रखना चाहिदा, एवें लोकां दी परवाह नहीं करीदी। बिल्कुल ठीक क्या यारा। नाले मैनू खुशी है भी तेनू कुड़ी पसंद है। कुड़ी दा फादर मेरा पुराना बेली है, दसवीं तक असी कट्ठे पढ़े हैं। वो एक दिन अचानक ही मिल गया मैनू, ते सानू गल्लां गल्लां चेंज लग्या कि क्यों ना इस पुरानी यारी नू रिश्तेदारी च बदल दिता जाए। बस फिर मैं उन्हूं करे सद लिया, तू करे है नहीं सी, वो तेरी फोटो देख के ओके कर गया ते कुड़ी दी फोटो छड़ गया। वो फोटो ने रिश्ता पक्का करता? इन्हूं कहिंदे यारी जट दी, तू तो दम ओछा। डैड कुड़ी दी फोटो ते दिखाती, ओ कुड़ी नू मिला भी दियो यार। ओ काला ना पै आड़ी, दम रख। ओ व्याह तो पहला जिन्ना एक दूजे नू समझ लिए चंगा ही आ। क्यों माम? मैं तेरे नाल सहमत हां बेटा, पहले एक दूजे नू मिल लेना चाहिदा, इहदे च गलत वी की है, नाले बाद च सानू तां ब्लेम नहीं करोगे। ओ जीओ माता श्री, मैनू डैड दे फ्रैंक हुंदा ते पता है, तुहाडे विचारां तों अज ही पता लगा। ओए तू मेरी वाइफ नू ही समझदा? नहीं डैड। पूरा संग वी कर लिया करो, कुछ भी बोलदे रहने हो, तुसी बैठो मैं चाह लेके आनी हां। किवें आ बियाड़ी, खुश है ना? ओ काटो फुल्लां दे डैड। डैड कुड़ी दा नां ही दस दो यार। ओ यार कुड़ी दा नां ऊं करे तां चरणो ही कहंदे। चरणो पुराना जा नहीं यार? ओ कोई गल नहीं, जे तैनू पसंद नहीं तां आपां कुड़ी दा नां बदल के रीत रख दिंदे। रीत आ होई ना गल। डैड ए चरणो कौन है? ओ चुप होए। जिदा लगता था मैं पूरा रहट हां, पग भी इंग्लैंड वाली बन ली है, थोड़ा जा ड्रामा करके देख लिए। हेलो मैं खोजी स्पीक दा, जिदा मैं देबो ना गल करनी मंगदा। देबो बोल दिया, तेरी वॉइस बड़ी बदली बदली लगदी आ। हां इथे लंदन साहब ऑल रेट आ, मैं भी फैन आ। वेखो जी कि मैं कल्ला ही बोली जाना, तेरे दिमाग ता नहीं चुक्या गया? किदा ना मैं लंदन जाना आ, ते इदे लई जरूरी आ वी उहनां वांगू रहना सहना ते लीड़े पाउणा सिखीए। तू भी ना जीन ते बुरशट पाया कर, मेम बन जा। क्यों? ओ भलिए लोके, मैं तेनू नाल बाहर ले जाना आ, जिदा ना खोजी तेरे नाल मैरिड होना मंगदा। एवें पकाई ना मार, नाले मैनू ए दस कल किथे सी सारा दिन? कल तां खोजी खोजियां वाला काम करन गया सी, रूबाई नू ना एक बंदा लभ के देना सी। की नां है उहदा? होर कोई तैनू जे वे आके लै गया, जट दा जीवना जग ते ना रह गया। होर कोई तैनू जे वे आके लै गया, जट दा जीवना जग ते ना रह गया। चल मेरे नाल चार लै लिए लावा, जित्ती प्यार दी हरे ना बाजी, निचित कर दे कर दे मुंडे दा। हां जी भाई जी, एक मिंट एक मिंट एक मिंट यार। हां जी भाई जी, मैं ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਉਹ ਗੱਲ ਤੇ ਗੈਰ ਜ਼ਰੂਰੀ ਵੀ ਕਰ ਸਕਦਾ, ਪਰ ਮੈਂ ਤੈਨੂੰ ਪਛਾਣਿਆ ਨਹੀਂ ਯਾਰ। ਮੇਰਾ ਨਾਮ ਰੂਪ ਆ, ਤੇ ਇਫ ਯੂ ਡੋਨਟ ਮਾਈਂਡ ਜੇ ਮੈਂ ਤੁਹਾਨੂੰ ਆਪਣੀ ਸਾਰੀ ਇੰਟਰੋਡਕਸ਼ਨ ਕੱਲਿਆਂ ਦੇਵਾਂ ਤਾਂ? ਅੱਛਾ ਕੱਲਿਆਂ ਮਿਲੇ ਨੇ, ਮੈਂ ਆਇਆ ਯਾਰ ਇੱਕ ਮਿੰਟ। ਹਾਂ ਓਕੇ ਓਕੇ। ਕੌਣ ਹੈ ਯਾਰ? ਥੈਂਕ ਯੂ ਭਾਜੀ, ਬੈਠੋ ਜੀ। ਹਾਂਜੀ ਦੱਸੋ ਜੀ ਕੀ ਮਸਲਾ? ਤੁਸੀਂ ਓਯੋ ਜਗਜੋਤ ਹੋ ਨਾ ਜਿਹਦੇ ਨਾਲ ਰੀਤ ਦੀ ਇੰਗੇਜਮੈਂਟ ਹੋਈ ਆ? ਹਾਂ ਹਾਂ ਠੀਕ ਪਛਾਣਿਆ। ਮੈਂ ਰੂਪ। ਰੂਪ ਰੂਪ ਕੌਣ?
मैं यूके तो हाँ प्रीत नाल मेरी मंगनी होंदी होंदी रहेगी जो गल करनी है सीधी तरह करना एवें बुझारता ना पाई जा ओयो दसना है मेरे घर दे प्रीत दे घरे गए सी रिश्ता लेके पर किसी कारण गल अधूरी रहेगी मेरी इच कोई दिलचस्पी नहीं तेरे नाल जो होया वो तेरी कहानी है ना मेरे कोल की लेना है असी हुण भी ब्याह करवाउणा चाहुंदे हां पर प्रॉब्लम यह है कि प्रीत दी एंगेजमेंट थोड़े नाल होई हुई है गल ये है साड़ी मंगनी साढ़े दोवां दे घर दियां दा फैसला तू जो कुछ कहना चाहना रीत दे पेरेंट्स नाल गल करना जाके मेरे नाल गल करन दा तेरा कोई मतलब नहीं तुसी मेरी पूरी गल तां सुन लो बहुत हो गया अगे कोई होर गल ना करी नहीं तो मैं भाजी मैं इत्थे लड़न नहीं आया चुप कर एवें ना उदड़ी जा डोर दे पेने वांगू नहीं तो हुणे नबेड़े हो जाणगे इट्स ऑल राइट भाजी इट्स ओके मैं चला जाना आई एम सॉरी मैं इत्थे तुहाडा दिल दुखाउण लई नहीं सी आया मैं तो बड़ी होप लैके आया सी ये सोच के कि गल सुन मैं इस मामले तेरी कोई मदद नहीं कर सकता समझ गया कि समझावा भाई कौन सी गया है ओ भाई कोई गड़बड़ है तो मैनू दस मैं आपे सांभ लूं ओ सांभिए तां जे कुछ पता लगे मैनू तो समझ नहीं आई कहन की आया सी ते चाहुंदा की सी किहो जिहा सिस्टम है इत्थे यार कुड़ी दी मर्जी तो बगैर ही मैरिज फिक्स कर देंदे आ शॉकिंग इत्थे बुढ़िया दे किदा दिमाग खराब आ गल्ले नहीं सुनदे किदा धक्का करदे आ तू वड्डिया दी गल करदा इत्थे मुंडिया नूं समझाउणा औखा होया पिया मीनस ओ मैं उस मुंडे की गल करदा जिहदे नाल रीत दा ब्याह फिक्स होया है मैं गया सी उहनूं मिलण लई गल ही सुणन नूं तैयार नहीं नाराज क्यों ना पुत्तर जे उत्थे नहीं तो कितने होर सही कुड़ियां की काट है पुत्र आपां तेरा रिश्ता कितने होर कर देना किहो जी गल करदे हो दादे जी मैनू रीत पसंद है मैं रीत नाल ब्याह कराऊंगा किसी होर तो मैं की लेना आहो दादा जी ये कोई लीड़ा लत्ता थोड़ी है एक दुकान तो मिलिया नहीं दूजी तो चले जाओ अरे काका असी तो उत्थे ब्याह कर लिया सी जिथे साडे मापिया ने किया सी तुसी किदा दादा जी पुराने टाइम की गल करदे आ टाइम किदा चेंज हुंदा आ पहला तो लोग किदा लंघे भी फिरदे सी हुण कपड़े क्यों पाउंदे आ पहला तो किदा लोग तुर के जांदे सी फिर गड्डे आ गए फिर ट्रेन पर पुत्तर असी कोई गड्डी ट्रेना तो नहीं ना असी किदा बदल जाइए बाहरले मुल्क च जाके तो सारे बदल जांदे आ पुत्तर उन्हां दी कोई मजबूरी हुंदी होणी है एदां नहीं कोई बदल जांदा मैं जानदा उन्हां नूं जिदा तू सोचदा ना पुत्र थोड़ी भी उदा ही सोचती हो ना फिर शायद गल बन जाए रीत मेनू लाइक कर दिया दादा जी यस शी लव्स रूप अच्छा फिर मैं उम्मीद नहीं छड़दा भली करू करता बुजुर्गों दे बोलने भाई जी सीप लगूगी लगूगी मैन आई अप्रिशिएट तू ठीक कहंदी सी इत्थे दे मुंडे बारे मैं तो जगजोत नूं तां मिलन गया सी ये सोच के कि मैं दसांगा मेरी प्रॉब्लम की आ ते उहने आपे साइड ते हो जाणा है वो तो मेरी गल सुणन नूं तैयार नहीं सी पर तू उहनूं कहणा सी ना कि मैनूं रीत ने भेजा तेरे नाल गल करन लई ओ मैं उहनूं कुछ कहंदा तां जे ओह मेरी सुणदा सी ओह तां लड़न नूं तैयार सी गल पै गया सी मेरे पुट्ठा मैनूं कहंदा कि जे कोई गल करनी है तो जाके रीत दी फैमिली दे नाल कर इत्थे की करना है हुण की करांगे रूप इत्थे तां बहुत डिफिकल्ट है इही सिचुएशन जे यूके च होंदी किसी ने कुछ नहीं कहना सी मैं तो हैरान हाँ उत्थे भी तो लोग इत्थों ही जाते हैं उत्थे जाके तो कोई इतराज नहीं करता तेरा मतलब उत्थे वड्डियां दा कोई हाथ नहीं व्याज या उत्थे किसी ने की कहना है वह तो सगों खुश होंदे आ जो अपने पंजाबी मुंडे कुड़ियां आपस च विआह करवाउंदे आ शुकर मनाउंदे आ किसी गोरे या काले नाल विआह नहीं करा रहे कदे कदे तो उहदे लई भी राजी हो जाते इत्थे पता नहीं की प्रॉब्लम है प्रॉब्लम यह है कि मेरे बापू जी ने विआले जबान दे दित्ती है किहो जिहा डैड है तेरा ओदी अपनी जबान पूरी होनी चाहिए है कुड़ी भावें रो रो पूरी हो जाए यह सिस्टम चेंज होना चाहिए है कदों तक सहोगे धक्का तुसी साडे जिउंदे जी तां यह सिस्टम चेंज होंदा नहीं लगता रूप मैं भी एक बारी जगजोत नूं मिलना चाहुंदी हां दिलजीत
समाजिक रिश्तों के परिपेक्ष मेरी सहेली रीत नू दुखां दे रूबरू होना पै रहा। आपां नू इस सब कासे दा मुलांकन करके व्यक्तिगत तौर पर उन्हां दी मदद लई अगे वधना चाहिए। तू किदा उन्हां दी मदद की गल कर दी है, मैनू किदा अपना काम डेंजर च लगता है। तू फटाफट अपने डैड नाल गल कर ला, किदा उन्हें किसी होर नू प्रवचन करता फिर। प्रवचन नहीं वचन हुंदा। किदा से मैं यहां बट सिस्टम ठीक नहीं, पता नहीं कदों बदलना इन्हां लोकां ने। पर मैं इहदे च की कर सकदी हां, उधर बड़े बड़े भाषण दे के किदा बड़ी स्कॉलर बन दी हां, किदा काम की गल भी कर ला कोई। किदा अपने दिमाग तो ना शब्दों का बोझ कड, थोड़ा दिल से जोड़ पा। किदा मेरे दिल से बनी आ कलवंत कौर जी, बंदा मारना आ। तुसी सोचते होंगे मैं अचानक किवें आ गई। मिलना ही है मैनू, और की देखना आई है मैं किहो जिहा लगदा। मैं रूप नू थोड़े कोल भेजा सी। अच्छा अच्छा, उन्नू तू भेजा सी? पर तुसी ओदी पूरी गल नहीं सुनी। हाँ, एवें उल्टियां सीधियां गल्लां मारी जांदा ही, मैं चुप कराता। पर तुहानू ओदी पूरी गल सुन लेनी चाहीदी सी। ओ, मामला सीरियस लगदा वी। गल है कि मैं ते रूप एक दूजे नू पसंद करदे आ। मैं थोड़े राज रोड़ा बनिया खड़ा है ना। जे तुसी चाहो तो सानू दोवां नू मिला सकते हो। ओ किवें? तुसी इस रिश्ते तो इनकार करते हो। सोचिया था तू बहुत दुरुस्त है रीते, पर जे मैं तेरी गल ना मन्ना फिर फिर मैं अपनी खुशियां का गला कुट लवांगी। पर बापू जी के फैसले के खिलाफ नहीं जावांगी। ते मैं इन्नी बुजदिल भी नहीं कि अपने हाथी अपनी जान ले लवांगी। बस इन्ना जानती हूं कि अज तक जो भी होया ओनू भुल जावांगी। तेरी दे नाल मेरियां लावां होणगियां सारी जिंदगी, ओदी बन के रहांगी। जाने कि पंजाबी कुड़ी अज भी अपनियां खुशियां दा गला कुट्टण तों बाज नहीं आएगी। अपने मां बाप की इज्जत उसनू सब तो प्यारी है, बहुत फखर वाली गल है। पर उस विचारी ना जो धक्का हो रहा उन्हें सुन वाला कोई नहीं। तेरा की मतलब है रीत? मैनू पता नहीं कुछ, समझता मैं उसे दिन गया सी जिस दिन रूप आया सी। मैं तो सिर्फ ये देखना चाहता सी कि तू की फैसला लेनी है। तो मैनू तेरे फैसले ते बहुत हैरानी है रीत। प्यार किसी होर नू कर दी है, व्याह किसी होर ना कराने तैयार है। रूप नू प्यार करके तू कुछ गलत नहीं कीता रीत, अपने स्टैंड ते पक्की रह, मैं तेरे नाल। जे गल है ता कुड़ी नू पहला दसना चाहिदा सी। तानू चंगी तरह पता ये रिश्ता किवें होया। उहदे कहण तो पहला ही उहदे डैड ने रिश्ता पक्का कर दिता, उहदा वी की कसूर? फिर तू की सोचा जगजोत? आपां उन्हां दी हेल्प करनी चाहिए है। जे मेरे इनकार करके उन्हां दा मेल हो सकता तो ये दो वधिया गल होर की हो सकती। जे वह ना मिल सके तो मैनूं सारी उम्र अफसोस रहेगा कि मेरे करके दो दिल नहीं मिल सके। तो मैं अपनी नज़रां च नीवा होके नहीं जी सकता डैड। आई एम प्राउड ऑफ यू माई सन। अपनी खुशी किसी दूसरे नू देनी बहुत औखी होंदी है पुत्तर। मैनू फकर है कि मेरा पुत्तर इन्नी वधिया सोच का मालक है।
तू जिवें कहेगा उवें ही होऊ। दस की करना है। बल्ले 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 प्रोफेसर, मैं क्या ना कोई टेलीफोन ना कोई स्नेहा है, चुप चुपीता ही आ गया। क्यों दरअब सत श्रीकाल पाओ भाई। सत श्रीकाल, आओ अंदर आओ। अंदर भी चलते हैं यार, पहले एक जरूरी गल करनी सी। वो यार जरूरी गल भी कर लवेंगे, पहले अंदर तो चलिए। मेरे ख्याल च पहले इत गल कर लिए। जिमें तेरा हुक्म यार। अंकल गल तो मेरे डैड भी कर सकते थे, पर मैं नाल आप आना ठीक समझे। पर की काका जी, जे मैं पहला पूछ लेंगे तो शायद नौबत इतों तक ना आती। काका खोल के गल कर, की गल है? गल है भराजी के डैड मैं कहते, गल है जी कि मैं किसी होर चाहना, इसलिए रिश्ता नहीं ले सकता। बड़ी हिम्मत की है काका, जड़ा इन्नी गल कह वास्ते तू इत आ गया। वाह प्रोफेसर, आज सिला दिता ही अपनी यारी का। अंकल इस डैड का कोई दोष नहीं, गलती मेरी है जी, मैंने पहला दस देना चाहिए था। इस गल मैं माफी चाहूंगा। तू तो माफी मांग के हौला हो गया काका, पर जेड़ा पहाड़ मेरे से डिग्या है ना, वो माफी देके भी हौला नहीं होना। बेहतरी इसे दे विच है कि तुसी इत्थों चले जाओ। आपां तां ठीक ही सोचा सी बराड़ साहब, पर गलती मेरी है। रिश्ता करन तो पहला मैनू ही अपने मुंडे नूं पुछ लेना चाहिदा सी। तू तो इन्नी गल करके बड़ी आसानी नाल पासे हो गया प्रोफेसर, मुंडे आले हो ना, पर मेरे दिल तो पुछ के वेख मेरे ते की बीत रही है। मैं तेरा दुख समझदा यार, पर गल मेरे वस च नहीं रही। आई एम सॉरी। पढ़ ले की गया, अपने मां प्यो की इज्जत ही करना भुल गया। मैं तो यही समझ नहीं आता कि मैं थोड़ा थैंक्स किमें करा। वो थैंक्स करने की कोई लोड़ नहीं यार, इश्क दी राह ते चलन वाले तलवार दी तिखी धार ते नचते ने। बैठना। मैं तो यह देखना चाहता सी, बाहरों आया भज भुज आएगा, तू तो चंगा डटिया यार। आई रियली अप्रीशिएट द फैक्ट दैट तुसी साडी प्रॉब्लम अपने उत्ते ले ली, थैंक यू। जे मैं इंज ना करदा ना सारी उम्र मैनू पछतावा रहना सी। औरत अपना दिल सिर्फ एक बार हारती है, ते रीत अपना दिल तेनू दे चुकी सी। ओदी खुशी जी मेरी खुशी है। थोड़े वर्गा इंसान ही जी गल कर सकता है, मैं तो सिर्फ थैंक्स कर सकता, तुसी साडा मिलना आसान करता। हुण किते मिलने वेले ना मैनू भुल जाओ। नहीं भाजी, मेहमाना दी लिस्ट सब तो पहला ना थोड़ा होगा। You will be the best man. थोड़े तो बगैर ब्याह किवें हो सकता है। ओए जेली, किथे सारी दाड़ी अवारागर्दी करदा रहना तू है? ओए अवारागर्दी कानू करदा तुरै फिरदा, मैं तो एक बड़े काम च तुरै फिरदा। ओए किधर सारी दाड़ी कुत्ते भगाई करदा फिरदा तू? ओए तेरी भैण का रिश्ता टुट गया, कोई फिक्र पक्का है कि नहीं तेनू? वो फिक्रां दा मारिया तां भड़कदा फिरदा जैली। बापू जेड़ी स्कीम मैं लाई बैठा ना, तू 100 साल नहीं सोच सकदा उहदे बारे। ओए तू रहण दे, ओए ओए रहण दे अपनियां स्कीमां नूं। रब ने तेरे दिमाग दे विच स्कीमां वाला पुरजा नहीं पाया, तू अपने आप नूं सांभ लै, उन्ना ही बथेरा रोंदा स्कीमां नूं। गल सुन मेरी बापू, मैं सारा पता ला लिया, जिहड़ा बाहरला मुंडा ना अपनी रीत नाल विआह कराउण दे मारे अगे पिछे तुरिया फिरदा, किसे वेले भी रिश्ता लेके आऊगा। कौन कहिंदा तेनू? बापू मैं है जी स्कीम लाई बैठा, तेरा कक्खां दा जैली लक्खां दा होजू लक्खां दा। ओ गल सुन, नशा बात नहीं छक लिया कितें? जे गल सुनेगा ना तां बिना पीते बोतल दा नशा होजू तेनू। बापू गल सुन, उन्हां नूं कह दिओ बई साडी इक शर्त है, असीं अपनी रीत दा ब्याह कर देने उहदे नाल, पर बदले चो मेरा ब्याह करा देण किसे बाहरली कुड़ी नाल। ओ गल तां तू पते दी कीती है, पर तेरे लक्षण वेख के केड़ी कुड़ी तेरे नाल व्याह करू? लै बाहर बथेरियां तुरियां फिरदियां कालियां पीलियां। देख बापू, जे उन्हें मेरी भैन नाल व्याह करवाउणी है तां आपे लभ के लियाउणगी कितों ना कितों, तू एक करी गल तां तोर। देख बापू,
ਇੱਥੇ ਰਹਿ ਕੇ ਮੇਰਾ ਕੱਖ ਨਹੀਂ ਬਣਨਾ। ਮੈਂ ਬਾਹਰ ਜਾਊਂਗਾ, ਕਮਾਊਂਗਾ, ਖਾਊਂਗਾ, ਮੈਂ ਬੰਦਾ ਬਣ ਜਾਊਂਗਾ। ਨਾਲੇ ਬਾਹਰ ਭੈਣ ਦਾ ਖਿਆਲ ਰੱਖਣ ਵਾਲਾ ਵੀ ਤਾਂ ਹੋਣਾ ਚਾਹੀਦਾ ਕੋਈ। ਪਰ ਤੈਨੂੰ ਪੂਰਾ ਯਕੀਨ ਹੈ ਪੁੱਤ ਕਿ ਉਹ ਇੱਥੇ ਆ ਜਾਣਗੇ? ਪੱਕਾ ਬਾਪੂ, ਉਹ ਕਿਸੇ ਦਿਨ ਵੀ ਆ ਸਕਦੇ ਨੇ। ਪਰ ਬਾਪੂ ਹੁਣ ਮੇਰਾ ਖਿਆਲ ਰੱਖੀ, ਦੇਖ ਲੈ। Yes, yes, no, no, buddy, buddy. Hey, yes, yes, no, no, buddy, buddy. Hey, yes, yes, no, no. Hi, how are you, dude? Not bad, not bad. How are you? ਨਹੀਂ ਆ, ਮੇਰੇ ਕੱਪੜੇ ਚੋਰੀ ਕਰਕੇ ਕਿੱਦਾਂ ਪਾਇਆ ਤੂੰ? ਵੈਰੀ ਫਸਟ ਹੀ ਕਿੱਦਾਂ, ਮੈਂ ਤੈਨੂੰ ਕਿਹਾ ਸੀ ਇੰਡੀਆ ਚੋਰੀਆਂ ਬਹੁਤ ਕਰ ਲਿਆ, ਕਰ ਲੈ ਨਾ ਚੋਰੀ ਕੱਪੜੇ ਮੇਰੇ। ਚੱਲ ਛੱਡ, ਖੈਰਾ, ਅੱਜ ਨਾ ਮੈਂ ਤੇਰੇ ਤੇ ਬਸ਼ਣ ਲੈਣਾ ਮੰਗਦਾ। ਪਰ ਕਿੱਦਾਂ, ਮੇਰੀ ਤਾਂ ਪਾਕਟ ਖਾਲੀ, ਅੱਜ ਤਾਂ ਕਾਸ ਵੀ ਹੈ ਨਹੀਂ ਮੇਰੇ ਕੋ। ਅੱਜ ਤਾਂ ਮੈਂ ਪੌਂਡਾਂ ਦੀ ਗੱਲ ਨਹੀਂ ਕਰਦਾ। ਪ੍ਰੋਮਿਸ, 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 ਵਾਟ ਟਾਈਪ ਆਫ ਪ੍ਰੋਮਿਸ ਯੂ ਵਾਂਟ? ਅੱਜ ਤਾਂ ਮੈਂ ਪਾਸਵਰਡ ਬਣਾ ਦਿੱਤਾ ਆ। ਪਾਸਵਰਡ? ਵਾਟ ਟਾਈਪ ਆਫ ਪਾਸਵਰਡ? ਅ ਬਾਹਰ ਜਾਣ ਲਈ ਪਾਸਵਰਡ। That is not password, that is passcode, passcode. ਕਿਦਾਂ ਸੇਮ ਹੀ ਆ? ਕਿਦਾਂ ਮੇਰੇ ਤੇ ਸੀ ਪਲਾਨ ਆ? ਨਾਲੇ ਗੱਲ ਸੁਣ, ਮੇਰੇ ਵਾਂਗੂ ਕਿੱਦਾਂ ਬੋਲਦਾ ਆ? ਨਕਲ ਕਰਦਾ ਆ ਮੇਰੀ? ਉਹ ਨਹੀਂ, ਨਕਲ ਨਹੀਂ ਕਰਦਾ, ਜਿੱਦਾਂ ਬਾਹਰ ਜਾਣ ਲਈ ਜ਼ਰੂਰੀ ਆ ਬੋਲਣਾ। ਕਿਉਂ? ਜਿੱਦਾਂ ਅਸੀਂ ਤੁਹਾਡੀ ਪੰਜਾਬੀ ਤੇ ਲਾਫਦੇ ਆ, ਉਧਰ ਮੈਂ ਦੇਸੀ ਬੋਲਣੀ, ਉਹਨਾਂ ਨੇ ਮੇਰੇ ਤੇ ਲਾਫਣਾ। ਬੋਲਣਾ ਜ਼ਰੂਰੀ ਆ। Yes, buddy. Hey, 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 man, come here, come here. Yes. ਕਿੱਦਾਂ ਗੱਲ ਸੁਣ ਕੰਜਰਾ, ਇਹਨੂੰ ਕਿੱਦਾਂ ਆਉਣ ਤਾਂ ਕਰ ਲਾ, ਖਾਲੀ ਤੇ ਭੁੜਕੀ ਜਾਣਾ ਬੰਦ ਆ। ਲਓ ਬਾਪੂ ਜੀ, ਉਹ ਬਾਪੂ ਜੀ ਥੋੜਾ ਜਿਹਾ ਤੇ ਲਓ। ਬਸ ਬਰਾੜ ਸਾਹਿਬ, ਤੁਹਾਡੀ ਚਾਹ ਪੀ ਲਈ ਏ, ਹੁਣ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਆਪਾਂ। ਹੁਕਮ ਕਰੋ। ਬਰਾੜ ਸਾਹਿਬ, ਮੇਰੀ ਬੇਬੇ ਕਹਿੰਦੀ ਹੁੰਦੀ ਸੀ ਜੇ ਵੈਦ ਕੋਲੋਂ ਸਿਰ ਦਰਦ ਦੀ ਦਵਾਈ ਲੈਣੀ ਹੁੰਦੀ ਹੈ ਨਾ ਤੇ ਪੇਟ ਤੋਂ ਸ਼ੁਰੂ ਕਰਨਾ ਚਾਹੀਦਾ, ਮਹਾਰਾਜ ਦੀ ਜੜ ਫੜੀ ਜਾਂਦੀ ਹੈ। ਮੈਂ ਸਮਝਿਆ ਨਹੀਂ ਬਾਪੂ ਜੀ। ਮੈਂ ਸਮਝਾਉਣੀ ਤਾਂ ਹੈ। ਅੱਛਾ, ਆਪਣੀ ਜਿਹੜੀ ਬੇਟੀ ਹੈ ਉਹ ਸਾਡੇ ਤੋਂ ਜ਼ਿਆਦਾ ਪੜ੍ਹੀ ਲਿਖੀ ਹੈ? ਬਿਲਕੁਲ। ਸਾਡੇ ਤੋਂ ਜ਼ਿਆਦਾ ਸਮਝਦਾਰ ਹੈ? ਜੀ। ਦੁਨੀਆਂ ਦੀ ਉਹਨੂੰ ਸਾਡੇ ਤੋਂ ਜ਼ਿਆਦਾ ਜਾਣਕਾਰੀ ਹੈ। ਖੁਦ ਨੌਕਰੀ ਕਰਕੇ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ? ਕੋਈ ਸ਼ੱਕ ਨਹੀਂ। ਫਿਰ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਕਿਉਂ ਨਹੀਂ ਚੁਣ ਸਕਦੀ? ਆ ਕਿਹੋ ਜਿਹਾ ਸਵਾਲ ਪਾਤਾ ਤੁਸੀਂ ਬਾਪੂ ਜੀ? ਸਵਾਲ ਤਾਂ ਬੜਾ ਸਿੱਧਾ ਹੈ, ਮੈਨੂੰ ਤਾਂ ਜਵਾਬ ਚਾਹੀਦਾ ਤੁਹਾਡਾ। ਬਾਪੂ ਜੀ, ਮੈਂ ਤਾਂ ਇੱਕ ਵਾਰੀ ਉਹਨੂੰ ਪੁੱਛਿਆ ਸੀ। ਇੱਕ ਵਾਰੀ ਫਿਰ ਪੁੱਛ ਲਓ। ਚਲੋ, ਜੋ ਹੋਇਆ ਸੋ ਹੋਇਆ, ਮੈਂ ਆਪਣੇ ਪੋਤੇ ਰੂਪ ਦਾ ਰਿਸ਼ਤਾ ਦੁਬਾਰਾ ਲੈ ਕੇ ਆਇਆ। ਮਨਜ਼ੂਰ ਹੈ ਤਾਂ ਪਹਿਲਾਂ ਆਪਣੀ ਕੁੜੀ ਨੂੰ ਜ਼ਰੂਰ ਪੁੱਛ ਲੈਣਾ। ਬਾਪੂ ਜੀ, ਜੇ ਬੁਰਾ ਨਾ ਮੰਨੋ ਤਾਂ ਮੈਂ ਰੀਤ ਦਾ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਕਾਕਾ ਜੀ ਨਾਲ ਕੋਈ ਗੱਲ ਕਰਨੀ ਚਾਹੁੰਦਾ। ਹਾਂ ਹਾਂ, ਕਿਉਂ ਨਹੀਂ ਰੂਪ? ਦੇਖੋ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਨੇ। ਆਓ ਬੇਟਾ, ਤੁਸੀਂ ਬੈਠੋ ਕਾਕਾ ਜੀ। Never mind, never mind. No issues. ਕਾਕਾ, ਗੱਲ ਇਹ ਨਹੀਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਰੀਤ ਕੱਲੀ ਪਾਰ ਜਾਵੇ, ਇਸ ਲਈ ਮੈਂ ਚਾਹੁੰਦਾ ਕਿ ਉਹਦਾ ਭਰਾ ਵੀ ਬਾਹਰ ਕਿਸੇ ਤਰ੍ਹਾਂ ਚਲਾ ਜਾਵੇ। ਪਰ ਅੰਕਲ, ਇਹ ਕਿਵੇਂ ਹੋ ਸਕਦਾ ਹੈ? ਵਿਆਹ ਤੋਂ ਬਾਅਦ ਵਾਈਫ ਨੂੰ ਵੀਜ਼ਾ ਮਿਲਦਾ ਹੈ, ਦਾਦਰ ਨੂੰ ਨਹੀਂ। ਸਿੱਧੀ ਗੱਲ ਤਾਂ ਹੈ ਕਾਕਾ, ਬਈ ਉਹਦੇ ਲਈ ਵੀ ਬਾਹਰਲੀ ਕੁੜੀ ਲੱਭ ਕੇ ਉਹਦਾ ਵਿਆਹ ਕਰ ਦੋ, ਉਹ ਵੀ ਬਾਹਰ ਚਲਾ ਜਾਊਗਾ। ਪਰ ਮੈਂ ਕਿਵੇਂ ਲੱਭ ਸਕਦਾ ਕੁੜੀ ਉਹਦੇ ਲਈ? ਮੇਰੇ ਕਹਿਣ ਤੇ ਕਿਹਨੇ ਉਹਦੇ ਨਾਲ ਵਿਆਹ ਕਰਾਉਣਾ ਹੈ? ਬਾਹਰਲੀਆਂ ਕੁੜੀਆਂ ਤਾਂ ਆਪ ਵਿਆਹ ਕਰਾਉਂਦੀਆਂ ਨੇ। ਬੇਟਾ, ਕੀ ਕਰਨਾ ਹੈ ਇਹ ਤਾਂ ਤੂੰ ਜਾਣੇ। ਮੈਂ ਆਪਣੀ ਸਮੱਸਿਆ ਤੈਨੂੰ ਦੱਸਦੀ, ਅੱਗੇ ਤੁਹਾਡੀ ਮਰਜ਼ੀ। ਇਹ ਤਾਂ ਹੋ ਹੀ ਨਹੀਂ ਸਕਦਾ, ਤੇ ਜੋ ਹੋ ਨਹੀਂ ਸਕਦਾ ਉਹ ਮੈਂ ਕਿਵੇਂ ਕਰ ਸਕਦਾ ਦੱਸੋ ਤੁਸੀਂ। ਕੋਈ ਗੱਲ ਨਹੀਂ ਕਾਕਾ, ਸੋਚ ਕੇ ਦੱਸ ਦਿਓ। ਪਰ ਇੱਕ ਗੱਲ ਯਾਦ ਰੱਖੀ, ਜਿਹੜੀ ਗੱਲ ਤੇਰੀ ਮੇਰੀ ਆਪਸ ਵਿੱਚ ਹੋਈ ਹੈ ਨਾ, ਇਹਦਾ ਰੀਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤੇ ਲਓ ਜੀ। ਕਾਕਾ ਜੀ ਨਾਲ ਤਾਂ ਮੈਂ ਗੱਲ ਕਰ ਲਈ ਹੈ, ਹੁਣ ਮੈਂ ਆਪਣੀ ਧੀ ਤੋਂ ਜ਼ਰੂਰ ਪੁੱਛਾਂਗਾ, ਪਰ ਉਹਦੇ ਲਈ ਸਾਨੂੰ ਥੋੜ੍ਹਾ ਜਿਹਾ ਵਕਤ ਚਾਹੀਦਾ ਹੈ। ਫਿਰ ਤੁਸੀਂ ਜਿਵੇਂ ਕਹੋਗੇ ਆਪਾਂ ਉਦੋਂ ਹੀ ਕਰ ਲਵਾਂਗੇ। ਕਿਉਂ ਬਾਪੂ ਜੀ? ਠੀਕ ਹੈ, ਅਸੀਂ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰਾਂਗੇ। ਠੀਕ ਹੈ ਜੀ। ਮੈਂ ਤਾਂ ਸੋਚਦਾ ਸੀ ਸਭ ਠੀਕ ਹੋ ਗਿਆ ਹੈ, ਪਰ ਰੀਤ ਦੇ ਫਾਦਰ ਨੇ ਨਵੀਂ ਪ੍ਰੋਬਲਮ ਖੜੀ ਕਰਤੀ ਹੈ। ਥਿੰਕ ਆਫ ਸਮਥਿੰਗ ਮੈਨ। ਮੇਰੇ ਤਾਂ ਜਿਹਦਾ ਬ੍ਰੇਨ ਸਟ੍ਰੋਕ ਹੋਇਆ ਜਾਂ ਕੁਛ ਸੋਚਦਾ ਹੀ ਨਹੀਂ, ਕਿੱਦਾਂ ਦੀ ਫਨੀ ਕੰਡੀਸ਼ਨ ਰੱਖੀ ਆ। ਆ ਕਿੱਦਾਂ ਰੀਤ ਦਾ ਫਾਦਰ ਹੈ ਨਾ, ਮੈਨੂੰ ਤਾਂ ਹੀਰ ਰਾਂਝੇ ਦੀ ਸਟੋਰੀ ਵਾਲਾ ਕੱਦੂ ਲੱਗਦਾ ਹੀ ਆ। ਕੱਦੂ ਨਹੀਂ, ਕਦੋਂ? ਉਹ ਕਿਤੇ ਸੇਮ ਹੀ ਆ, ਕਿਹਨਾਂ ਨੇ ਵਿਆਹ ਕਰਾਉਣਾ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਕਿਹਦਾ ਉਹਦਾ ਹੀ ਮਾਮੇ ਬਣੇ ਹੋ ਆ ਵਿੱਚ। ਇੱਥੇ ਸਾਰਾ ਕੁਝ ਪੇਰੈਂਟਸ ਦੇ ਹੱਥ 'ਚ ਆ। ਪਰ ਇੱਕ ਤਾਂ ਮੈਨੂੰ ਤੇਰੇ ਸਾਲੀ ਦੀ ਨਹੀਂ ਸਮਝ ਆਉਂਦੀ, ਕਿਹਦਾ ਤੇਰੇ ਤੋਂ ਪਹਿਲਾਂ ਲਾੜਾ ਬਣਨ ਨੂੰ ਫਿਰਦਾ ਆ,
ਕਹਿੰਦਾ ਕੁੜੀ ਲੱਭ ਕੇ ਲਿਆ ਕੇ ਦੋ, ਨਾ ਅਸੀਂ ਕਿਤੇ ਮੈਰਿਜ ਬਿਊਰੋ ਖੋਲਿਆ ਆ। ਡੀਜੇ ਕੈਂਡੀ, ਵਾਟ ਕੈਂਡੀ? ਕੈਂਡੀ ਨੂੰ ਬੁਲਾਉਂਦੇ ਆ ਲੰਡਨ ਤੋਂ। ਏ ਯੂ ਗਨ ਮੈਡ, ਕਿਤੇ ਪਾਗਲ ਹੋਏ ਆ ਤੂੰ? ਗਲਤ ਨਾਟ ਇਟ ਆਲ, ਨਾਟ ਇਟ ਆਲ। ਚਲ ਠੀਕ ਹੈ, ਫਿਰ ਮੈਂ ਭੁੱਲ ਜਾਣਾ ਰੀਤ ਨੂੰ। ਵੈਰੀ ਸਮਾਰਟ, ਤੂੰ ਇਮੋਸ਼ਨਲੀ ਬਲੈਕਮੇਲ ਕਰਦਾ ਹੈ ਮੈਨੂੰ। ਉਹ ਕੈਂਡੀ ਕੁੜੀ ਥੋੜੋ ਆ, ਕੈਂਡੀ ਆਫਤ ਆ, ਆਫਤ। ਉਹ ਇਸੇ ਲਈ ਤਾਂ ਉਹਨੂੰ ਇੱਥੇ ਬੁਲਾਉਣਾ ਹੈ। ਕਿਤੇ ਮੈਂ ਸਮਝਿਆ ਨਹੀਂ ਗੱਲ ਤੇਰੀ। ਜਿਹੜੀ ਕੁੜੀ ਬਾਹਰਲੇ ਮੁੰਡਿਆਂ ਨੂੰ ਅੱਗੇ ਲਾ ਲੈਂਦੀ ਆ, ਉਹ ਰੀਤ ਦੇ ਭਰਾ ਦਾ ਕੀ ਹਾਲ ਕਰੂਗੀ? ਕਦੇ ਸੋਚਿਆ? ਥਿੰਕ ਅਬਾਊਟ ਇਟ, ਇਮੇਜਿਨ। ਉਹਨੂੰ ਤੇ ਕਿਤੇ ਭੱਜਣ ਨੂੰ ਥਾਂ ਨਹੀਂ ਲੱਭਣਾ, ਕਿਤੇ ਨੱਕ ਨਾਲ ਲੀਕਾਂ ਕਢਾ ਦੇਣੀ, ਉਹਨੇ ਕਹਿਣਾ ਪੂਤ ਕਿੱਥੋਂ ਆਇਆ ਆ। ਪਰ ਗੱਲ ਤਾਂ ਕਿਤੇ ਇਹ ਆ ਕਿ ਬਿੱਲੀ ਦੇ ਗੱਲ ਘੰਟੀ ਬਣਨੀ ਕਿਨੇ ਆ। ਬਿੱਲੀ ਦੀ ਘੰਟੀ ਨੂੰ ਛੱਡ, ਫੋਨ ਦੀ ਘੰਟੀ ਦੀ ਗੱਲ ਕਰ। ਹਲੇ ਫੜ ਲੈ। ਕੌਣ ਹੈ ਉਧਰ? ਗੱਲ ਕਰ, ਯੂ ਗਨ ਮੈਨ, ਮੈਂ ਪਾਗਲੀਆਂ। ਹੈਲੋ, ਹੇ ਹੇ ਕੈਂਡੀ, ਹਾਊ ਯੂ ਡੂਇੰਗ ਸਵੀਟੀ? ਕੈਂਡੀ ਮੈਂ ਡੀਜੇ ਬੋਲਦਾ ਹਾਂ। ਡੀਜੇ, ਹਾਊ ਆਰ ਯੂ? ਯਾ, ਨਾਟ ਬੈਡ, ਨਾਟ ਬੈਡ। ਕਿਦਾਂ? ਮੈਂ ਤੇ ਰੂਪ ਇੰਡੀਆ ਆਏ ਆ, ਪੰਜਾਬ। ਯਾ, ਇੱਥੇ ਕਿਦਾਂ ਵਕੇਸ਼ਨ ਕਰਨ ਆਏ ਆ? ਬੜਾ ਗੁੱਡ ਵੈਦਰ ਆ। ਜੇ ਤੂੰ ਕਿਦਾਂ ਮੁਫਤ ਦਾ ਵਕੇਸ਼ਨ ਕਰਨਾ ਮੰਗਦੀ ਆ ਨਾ, ਤਾਂ ਤੂੰ ਕਿਦਾਂ ਪੰਜਾਬ ਆ ਜਾ। ਓ ਯਾ, ਦੈਟਸ ਗ੍ਰੇਟ, ਦੈਟਸ ਗ੍ਰੇਟ। ਇਦਾਂ ਕਰ, ਕਿਦਾਂ ਪਹਿਲੀ ਫਲਾਈਟ ਕਿਹੜੀ ਮਿਲਦੀ ਆ ਨਾ, ਉਹ ਫੜ ਕੇ ਕਿਦਾਂ ਇੰਡੀਆ ਆ ਜਾ ਤੂੰ। ਕਿਦਾਂ ਸਾਰਾ ਕੁਛ ਮੇਰੇ ਤੇ ਆ ਖਰਚਾ, ਆਲ ਓਨ ਮੀ। ਓ ਯਾ, ਦੈਟਸ ਗ੍ਰੇਟ ਸਵੀਟੀ, ਵੀ ਆਰ ਵੇਟਿੰਗ ਫਾਰ ਯੂ। Stupid standing. She's yo coming, man. Yeah. Out. You, mister. Tenu gaddi chhad ke na road roller chalana chahida. You know, UK to Delhi on nu, it took me 8 hours. And Delhi to itthe on nu, 10 hours. All thanks to you. And I don't understand. Kadhi tu cha peeni hai, kadhi tu gas paroni hai, kadhi petrol, kadhi roti. Huh? Hun tu itthe wait kar. Huh? Hi. Hi. Roop, itthe hi hunde ya? Yeah. Where? Where? ਕਿੱਥੇ ਆ? ਪਿੱਛੇ ਆ। ਪਿੱਛੇ? ਆਲ ਰਾਈਟ। ਯਾ ਰੂਪ, ਹਾਈ। ਕੈਂਡੀ, ਹੇ ਕੈਂਡੀ, ਕਿੱਥਾ? ਐਦਾਂ ਹੀ ਹੈ, ਤੂੰ ਮੈਨੂੰ ਦੱਸਿਆ ਨਹੀਂ ਤੂੰ ਅੱਜ ਆ ਰਹੀ ਹੈ, ਹੈ? ਨਾਲੇ ਕੋਈ ਫੋਨ ਨਹੀਂ, ਕੋਈ ਕੁਝ ਨਹੀਂ। ਯੇ ਰੂਪਸ, ਯੂ ਨੋ ਬੈਟਰ ਸੁਨਾਮੀ ਕੀ ਤੇ ਦੱਸ ਕੇ ਥੋੜੋ ਆਉਂਦੀ ਆ। ਡੀਜੇ, ਇਜ਼ ਦੈਟ ਯੂ? ਵੈਲਕਮ ਮਾਈ ਲਵ। ਹਾਊ ਆਰ ਯੂ? ਯੂ ਟੋਟਲੀ ਚੇਂਜ ਮੈਨ। ਓ ਯਾਰ, ਕਿਤੇ ਇੱਥੇ ਮੈਂ ਹੁਣ ਪੰਜਾਬ ਦਾ ਬੀਬਾ ਪੁੱਤ ਬਣਿਆ ਆ। ਆ, ਹੁਣ ਤਾਂ ਗੱਲ ਬਣ ਜਾਣੀ ਹੈ, ਬੰਦਾ ਲੱਗ ਰਿਹਾ ਇੱਕਦਮ। ਬਾਈ ਦ ਵੇ ਮੈਨ, ਦੈਟਸ ਅ ਕੂਲ ਹਾਊਸ, ਇਟਸ ਬਿਊਟੀਫੁਲ। ਇਹ ਮੇਰੇ ਦਾਦੇ ਦਾ ਘਰ ਆ। Then it's good, yaar. Holidays karan da maza aa jana hai. Pura fun karna hai main. Aapa itthe 2 mahine di chutti leke aaye ha, samjhe? Aapa itthe nahi reh sakde ya. Kyon? Kaise haunted ya, itthe raati bhoot phirde ya. Really? Bhoot? Oh, I love bhoot. Well, mainu please bhoot naal mila do. Main bhoot milna mang liya. Really? Acha, tell me, Indian bhoot hai? I'm so excited. Main das kehdi bhoot nahi nu bhoot da darawa deno ta kida pehla chale liya. Oye, meri gal di chugli karda tu? Ha. ਕਹਿੰਦੇ ਕਿੱਦਾਂ ਪੂਤ ਇੱਥੇ ਪਹਿਲਾਂ ਹੁੰਦੇ ਸੀ ਇੱਥੇ, ਹੁਣ ਕਿੱਦਾਂ ਹਾਲੀਡੇ ਕਰਨ ਗਏ ਆ। ਹਾਲੀਡੇ? ਯੂਨੋ ਕਿੱਦਾਂ ਇੱਥੇ ਨਾ ਇਹਦੇ ਦਾਦਾ ਜੀ ਰਹਿੰਦੇ ਆ, ਅਸੀਂ ਨਹੀਂ ਰਹਿ ਸਕਦੇ ਇਕੱਠੇ। ਸੋ ਵਾਟ ਮੈਨ, ਦਾਦਾ ਜੀ ਨੂੰ ਅਸੀਂ ਬਾਹਰ ਸ਼ਿਫਟ ਕਰਾ ਦਾਂਗੇ। ਉਹ ਦਾਦੇ ਨੇ ਨਹੀਂ ਸ਼ਿਫਟ ਹੋਣਾ, ਉਹ ਬੰਦਾ ਮਾਰ ਦਿੰਦਾ ਬੈਠਾ ਬੈਠਾ, ਇਹ ਇੰਡੀਆ ਆ। ਹਾਂ, ਇੱਥੇ ਕਿੱਦਾਂ ਮੁੰਡੇ ਕੁੜੀਆਂ ਇਕੱਠੇ ਨਹੀਂ ਰਹਿ ਸਕਦੇ ਆ। ਹੇ ਯੂ ਸਮਾਰਟ, ਮੈਨੂੰ ਪਤਾ ਹੈ ਸਭ ਕੁਝ। ਯਾ, ਆਈ ਨੋ ਯੂ। ਖੋਜੀ, ਦਾਦੇ ਜੀ ਕਿੱਥੇ ਗਏ? ਭਾਈ ਉਹ ਬੁਲਾਡੇ ਤੱਕ ਗਏ, ਆਥਣ ਨੂੰ ਆ ਜਾਣਗੇ। ਫਿਰ ਤਾਂ ਛੇਤੀ ਕੁਝ ਕਰਨਾ ਪੈਣਾ। ਮੈਨੂੰ ਇਡੀਅਟ ਸਮਝਿਆ? ਤੁਸੀਂ ਚੀਟ ਕਰਕੇ ਸੱਦਿਆ ਮੈਨੂੰ ਇੱਥੇ। ਕਿੰਨੀ ਈਜ਼ੀਲੀ ਕਹਿਤਾ, ਇੱਕ ਮੁੰਡਾ ਆ, ਉਹਨੂੰ ਵਿਆਹ ਦਾ ਚਾਸਾ ਦੇਣਾ ਤੇ ਉਹਨੂੰ ਡਰਾ ਕੇ ਭਜਾਉਣਾ। ਮੈਂ ਤੁਹਾਨੂੰ ਇੱਥੇ ਕੋਈ ਡਰੈਕੁਲਾ ਦਿਸਦੀ ਆ ਕਿ ਮੈਨੂੰ ਕੋਈ ਦੇਖ ਕੇ ਡਰ ਕੇ ਭੱਜੂਗਾ? ਲੁੱਕ ਸਵੀਟ ਹਾਰਟ, ਕਿਤੇ ਤੂੰ ਸਾਡੀ ਫਰੈਂਡ ਆ, ਤੇਰੀ ਫਰੈਂਡਸ਼ਿਪ ਇੱਥੇ ਮੈਟਰ ਕਰਦੀ ਆ। ਵੀ ਨੀਡ ਯੂਰ ਹੈਲਪ, ਕਿਤੇ ਏ ਟੂ ਜ਼ੀ ਤੈਨੂੰ ਸਾਰੀ ਗੱਲ ਮੈਂ ਸਮਝਾਈ ਹੋ ਆ, ਕਿਤੇ ਤੈਨੂੰ ਪਤਾ ਹੀ ਆ। ਹੁਣ ਦੇਖ ਲੈ, ਹਨਾ, ਤੂੰ ਬਿਨਾਂ ਗੱਲ ਤੋਂ ਭੜਕੀ ਜਾਨੀ ਆ।
ਯਾ ਕੂਲ ਮਾਈਂਡ ਨਾਲ ਸੋਚ ਸ਼ਨੀ ਕੂਲ ਮਾਈਂਡ ਨੋ ਹਨੀ ਤੂੰ ਮੈਨੂੰ ਪੋਇਜ਼ਨ ਲੱਗਦਾ ਆ ਮੈਂ ਆਪਣਾ ਕੰਮ ਛੱਡ ਕੇ ਇੱਥੇ ਹੌਲੀਡੇ ਸਪੈਂਡ ਕਰਨ ਆਈ ਆ ਤੂੰ ਮੈਨੂੰ ਡਰਾਮੇ ਕਰਨ ਲਈ ਕਹਿ ਰਿਹਾ ਹੱਸਦਾ ਕਿਉਂ ਐ ਮੈਂ ਥੱਪੜ ਮਾਰਨਾ ਕਿੱਦਾਂ ਕਿਹੜਾ ਮੇਰਾ ਹਾਸਾ ਦਿਸਦਾ ਹੈ ਨਾ ਤੈਨੂੰ ਮੈਨੂੰ ਰੋਣ ਆਉਂਦਾ ਆ ਰੂਪ ਦੀ ਕੰਡੀਸ਼ਨ ਤੇ ਕਿੱਦਾਂ ਰੂਪ ਦੀ ਲਾਈਫ ਦਾ ਸਵਾਲ ਆ ਰੂਪ ਨੇ ਤੈਨੂੰ ਫੁੱਲ ਕੰਫੀਡੈਂਸ ਨਾਲ ਸੱਦਿਆ ਆ ਕਹਿੰਦਾ ਮੈਂ ਕੈਂਡੀ ਨੂੰ ਇੱਥੇ ਮੰਗਦਾ ਆ ਪਰ ਮੈਂ ਇਹਨੂੰ ਕਿਹਾ ਸੀ ਕੈਂਡੀ ਨਾਲ ਕੁਛ ਨਹੀਂ ਕਰਨਾ ਤੇਰੇ ਲਈ ਕੈਂਡੀ ਕਿਸੇ ਦੇ ਸੈਂਟੀਮੈਂਟਸ ਨੂੰ ਕਿੱਦਾਂ ਸਮਝ ਨਹੀਂ ਸਕਦੀ ਕਹਿੰਦੀ ਸੈਲਫਿਸ਼ ਆ ਸੈਲਫਿਸ਼ ਓਏ ਮੈਂ ਸੈਲਫਿਸ਼ ਆ ਮੇਰੇ ਅੰਦਰ ਸੈਂਟੀਮੈਂਟਸ ਨਹੀਂ ਹੈਗੇ ਮੈਂ ਤੇਰੇ ਥੱਪੜ ਮਾਰਨਾ ਅੱਛਾ ਕਿਤੇ ਥੱਪੜ ਹੀ ਮਾਰ ਲੈ ਪਹਿਲਾਂ ਕਿਹੜਾ ਜ਼ਰੂਰੀ ਕੰਮ ਆ ਕਰ ਲਾ ਪੂਰੇ 5 ਸਾਲ 5 ਇਅਰਸ ਮੈਂ ਤੇਰੇ ਤੇ ਸੈਂਟੀ ਸੀ ਪਿਆਰ ਦੀ ਕਦਰ ਤਾਂ ਤੈਨੂੰ ਨਹੀਂ ਆ ਜਾ ਮੈਂ ਤੇਰੇ ਨਾਲ ਗੱਲ ਕਰਨਾ ਨਹੀਂ ਮੰਗਦੀ ਰੂਪ ਯੂ ਟੈਲ ਮੀ ਕੈਂਡੀ ਪਿਆਰ ਦੇ ਵਾਸਤੇ ਕੁਝ ਵੀ ਕਰ ਸਕਦੀ ਹੈ ਬਟ ਓਨਲੀ ਫॉर ਯੂ ਨਾਟ ਫॉर ਦਿਸ ਟੀਜੇ ਥੈਂਕਸ ਕੈਂਡੀ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੈਂ ਰੀਤ ਨੂੰ ਕਿੰਨਾ ਚਾਹੁੰਦਾ ਪਰ ਉਹਦਾ ਜਿਹੜਾ ਭਰਾ ਆ ਉਹਦਾ ਬਾਹਰ ਜਾਣ ਦਾ ਭੂਤ ਲਾਉਣਾ ਹੈ ਓਕੇ ਤੇ ਮੈਂ ਤੈਨੂੰ ਦੱਸਦਾ ਇਹ ਕਰਨਾ ਕੀ ਤੂੰ ਚੁੱਪ ਕਰ ਮੈਨੂੰ ਪਤਾ ਕੀ ਕਰਨਾ ਮੈਂ ਉਸ ਮੁੰਡੇ ਦੇ ਫੱਟੇ ਚੱਕ ਦੇਣੇ ਦੈਟਸ ਗ੍ਰੇਟ ਬੇਬੀ ਦੈਟਸ ਗ੍ਰੇਟ ਦੈਟਸ ਗ੍ਰੇਟ ਓ ਵੀਰ ਜੀ ਓ ਬਾਹਰੋਂ ਇੱਕ ਕੁੜੀ ਆਈ ਆ ਭਾਈ ਜੀ ਕੁੜੀ ਬਾਹਰਲੀ ਸਿਟੀ ਜਾਣਾ ਨਾ ਇੰਡੀਅਨ ਥੋੜ੍ਹਾ ਲੈ ਕੇ ਆਵਾਂਗਾ ਤੁਹਾਡੇ ਲਈ ਹੈ ਨਾ ਜੀ ਤੁਹਾਨੂੰ ਤਾਂ ਬਾਹਰਲੀਆਂ ਪਸੰਦ ਨੇ ਨਾ ਯੂ ਲਾਈਕ ਨਾ ਕੁੜੀ ਬਹੁਤ ਸਵੀਟ ਆ ਨਾਈਸ ਆ ਕੂਲ ਮਾਈਂਡਡ ਆ ਮੈਨੂੰ ਹਮੇਸ਼ਾ ਕਹਿੰਦੀ ਹੈ ਮੈਂ ਜੇ ਵਿਆਹ ਕਰਾਉਣਾ ਤਾਂ ਪੰਜਾਬ ਦੇ ਕਿਸੇ ਗੱਭਰੂ ਜਵਾਨ ਨਾਲ ਬਾਹਰਲੇ ਮੁੰਡਿਆਂ ਨਾਲ ਪਤਾ ਨਹੀਂ ਕੀ ਪ੍ਰੋਬਲਮ ਹੈ ਉਹਨੂੰ ਬਾਜੀ 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 ਤੁਹਾਨੂੰ ਕੀ ਲੱਗਦਾ ਮੈਨੂੰ ਪਸੰਦ ਕਰੂਗੀ ਲੈ ਮੈਨੂੰ ਤਾਂ ਲੱਗਦਾ ਤੁਹਾਨੂੰ ਇਹ ਪਸੰਦ ਕਰੂਗੀ ਹੈਂਜੀ ਤੁਹਾਡੇ ਤੋਂ ਬੈਟਰ ਕੀ ਮਿਲ ਸਕਦਾ ਉਹਨੂੰ ਤੁਸੀਂ ਇੰਨੇ ਸੋਹਣੇ ਸੁਨੱਖੇ ਜਵਾਨ ਹੈਂਜੀ ਵੈਸੇ ਸੋਹਣੀ ਉਹ ਵੀ ਘੱਟ ਨਹੀਂ ਉਹ ਅੱਛਾ ਜੀ ਹਾਂਜੀ ਹੁਣ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਹਾਂ ਕਰੋਗੇ ਜਾਂ ਨਾ ਕਰੋਗੇ ਉਹ ਬਾਜੀ ਮੇਰੀ ਤਾਂ ਹਾਂ ਹੀ ਹੈ ਗੱਲ ਤਾਂ ਉਹਦੀ ਹਾਂ ਨਾਲ ਤੇ ਖੜੀ ਹੈ ਬਾਜੀ ਵੈਸੇ ਮੇਰੇ ਬਾਰੇ ਸਾਰਾ ਕੁਝ ਦੱਸਤਾ ਸੀ ਨਾ ਉਹਨੂੰ ਦੱਸਤਾ ਸੀ ਉਹ ਤਾਂ ਤਿਆਰ ਬੈਠੀ ਆ ਉਹ ਅੱਛਾ ਜੀ ਹਾਂਜੀ ਪਰ ਮੈਂ ਉਹਨੂੰ ਕਹਿਤਾ ਸੀਗਾ ਵੀਰ ਜੀ ਵੇਖ ਕੇ ਡਿਸਾਈਡ ਕਰਨਗੇ ਹੈਂਜੀ ਕਦੋਂ ਮਿਲਾਂ ਲੈ ਫਿਰ ਟਾਈਮ ਕਾਹਦੇ ਲਈ ਖਰਾਬ ਕਰਦੇ ਹੋ ਛੇਤੀ ਮਿਲਾਓ ਨਾ ਕੱਲ ਨੂੰ ਹੁਣ ਕਿਤੇ ਚੰਗੀ ਤਰ੍ਹਾਂ ਦੇਖ ਪਰਖ ਲੈਣਾ ਆ ਕੁੜੀ ਨੂੰ ਕਿਤੇ ਸਾਨੂੰ ਬਲੇਮ ਨਹੀਂ ਕਰਨਾ ਆ ਕੱਲ ਨੂੰ ਕਿਤੇ ਵਿਚੋਲਿਆਂ ਦੇ ਛਿੱਤੜ ਪੈਂਦੇ ਆ ਬਾਅਦ ਚ ਨਾ ਬਾਈ ਜੀ ਨਾ ਤੁਸੀਂ ਤਾਂ ਐਵੇਂ ਜ਼ਬਰਦਸਤੀ ਉਹ ਦਿਖਾਈ ਜਾਂਦੇ ਹੋ ਦੇਖਣ ਦੀ ਲੋੜ ਹੀ ਨਹੀਂ ਨਾ ਲੋੜ ਕਿਦਾਂ ਨਹੀਂ ਬਾਈ ਦੇਖਣਾ ਚਾਹੀਦਾ ਆ ਕਿਦਾਂ ਬਾਅਦ ਚ ਸਾਰੀ ਜ਼ਿੰਦਗੀ ਮਿਲਣ ਗੱਲ ਨਾਲ ਹੀ ਗੱਲ ਬਣ ਲੈ ਕਰ ਲਾ ਦਰਸ਼ਨ ਬਾਈ ਜੀ ਉਹੀ ਆ ਨਾ ਲੈ ਪੱਕੀ ਗੱਲ ਆ ਹੁਣ ਧਿਆਨ ਨਾਲ ਦੇਖ ਲਾ ਹੈਲੋ ਵੀਰ ਜੀ ਕਹਿੰਦੀ ਆ ਮਿਸਟਰ ਜੈਲੀ ਆ ਸਿਸਟਰ ਯੈ ਯੂ ਕਮ ਦਿਸ ਸਾਈਡ ਹੈਵ ਅ ਸੀਟ ਵੈਸੇ ਤਾਂ ਇਹਨਾਂ ਦਾ ਨਾਂ ਕੁਲਵਿੰਦਰ ਕੌਰ ਆ ਪਰ ਪਿਆਰ ਨਾਲ ਲੋਕੀ ਇਹਨਾਂ ਨੂੰ ਕੈਂਡੀ ਕਹਿੰਦੇ ਕੈਂਡੀ ਤੁਹਾਨੂੰ ਮੇਰਾ ਨਾਂ ਕਿਹੋ ਜਿਹਾ ਲੱਗਿਆ ਕਮਾਲ ਦਾ ਨਾਂ ਹੈ ਜੀ ਕੈਂਡੀ ਬਹੁਤ ਸੋਹਣਾ ਕੈਂਡੀ ਇਹਦੇ ਨਾਮ ਕਿਦਾਂ ਇੱਡਾ ਸੋਹਣਾ ਹੈ ਨਾ ਕਿਦਾਂ ਇਹਨੂੰ ਖਾਣ ਨੂੰ ਮਨ ਕਰਦਾ ਹੀ ਆ ਤੈਨੂੰ ਨਹੀਂ ਹਸਮ ਹੁਣ ਵੈਸੇ ਜੇ ਤੁਸੀਂ ਮੈਨੂੰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼ ਟ੍ਰਾਈ ਨਾ ਫੀਲ ਕਰਿਓ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਹਾਂਜੀ ਬਿਲਕੁਲ ਕਮਾਲ ਦੀ ਗੱਲ ਹੈ ਜੀ ਪੁੱਛਣਾ ਕੀ ਹੈ ਤੁਹਾਡੇ ਚਿਹਰੇ ਤੇ ਹੀ ਪਤਾ ਲੱਗਦਾ ਤੁਸੀਂ ਬਾਹਰਲੇ ਮੁਲਕ 'ਚ ਰਹਿ ਕੇ ਵੀ ਇੰਨੀ ਸਾਦਗੀ 'ਚ ਰਹਿੰਦੇ ਹੋ ਸਾਦਗੀ ਆਬਾ ਸਾਦਗੀ ਕਿੱਦਾਂ ਸਿੰਪਲ ਨੈਚੁਰਲ ਡਾਊਨ ਟੂ ਅਰਥ ਹਾਂਜੀ ਥੈਂਕ ਯੂ ਵੈਸੇ ਤੁਸੀਂ ਵੀ ਬੜੇ ਭੋਲੇ ਭਾਲੇ ਲੱਗਦੇ ਹੋ ਕੈਂਡੀ ਜੀ ਤੁਹਾਨੂੰ ਮੇਰੇ ਨਾਲ ਵਿਆਹ ਕਰਾਉਣ 'ਚ ਇਤਰਾਜ਼ ਤਾਂ ਨਹੀਂ ਹੈਗਾ ਜੀ ਮੇਰਾ ਤਾਂ ਜੀ ਗੁੱਡ ਪਾਗ ਹੈ ਮੈਂ ਤਾਂ ਸ਼ੁਰੂ ਤੋਂ ਹੀ ਤੁਹਾਡੇ ਵਰਗਾ ਮੁੰਡਾ ਪਾਲਦੀ ਸੀ ਪੂਰਾ ਪੰਜਾਬੀ ਹੋਵੇ ਸੋਹਣਾ ਹੋਵੇ ਮੇਰਾ ਖਿਆਲ ਰੱਖਣ ਵਾਲਾ ਲਾਈਫ ਟਾਈਮ ਸਾਥ ਦੇਣ ਵਾਲਾ ਕਿੱਲੇ ਨਾਲ ਬੰਨਿਆ ਰਹੂੰਗਾ ਸਾਰੀ ਉਮਰ ਤਾਂ ਦੀਵਾਨੀ ਲੱਗਣ ਦਾ ਤੈਨੂੰ ਬਸ ਇੱਕ ਵਾਰੀ ਵਿਆਹ ਹੋ ਜੇ ਕੱਚ ਦੇ ਸਮਾਨ ਵਾਂਗੂ ਸਾਂਭ ਕੇ ਰੱਖੂੰਗਾ ਤੈਨੂੰ ਹਲੋ ਬ੍ਰਦਰ ਕਿੱਥੇ ਚੱਲ ਗਏ ਆ ਮੈਂ ਕਿੱਥੇ ਜਾਣਾ ਮੈਂ ਤਾਂ ਇੱਥੇ ਹਾਂ ਜੀ ਲੈ ਜਾਣਾ ਕਿਦਾਂ ਨਹੀਂ ਤੁਸੀਂ ਯੂਕੇ ਜਾਣਾ ਆ ਵੀਰ ਜੀ ਗੱਲ ਕਰੋ ਕਿਦਾਂ ਗੱਲ ਪੱਕੀ ਸਮਝੀਏ ਮੇਰੇ ਵੱਲੋਂ ਤਾਂ ਪੱਕੀ ਹੋ ਸਮਝੋ ਜੀ ਲੈ ਫਿਰ ਇੱਧਰ ਵੀ ਰਿਸਪਾਂਸ ਪੁੱਛ ਲੈਨੇ ਆ ਕਿਦਾਂ ਕੀ ਰਿਸਪਾਂਸ ਹੈ ਜੀ ਤੁਹਾਡਾ ਨਹੀਂ ਸਰ ਜੀ ਮੈਂ ਇਹਨਾਂ ਨੂੰ ਲਾਈਕ ਕੀਤਾ
मेरे वालों भी यस है। ले फिर तो जिधर माले मौके की फिर तो बताइए शेक एंड करना चाहिए था। ये congratulations। वैसे तो सानू ने मिलाना चाहिए था। ना कितना सेम ही हाँ। सेम ही है, सेम ही है। ओ बापू, बापू जी, कुड़ी देख के आया, कोई कमी नहीं की, बस तू बड़ा बढ़ना, ब्यादी तरीक पक्की कर दे। ओए कुड़ी नू चंगी तरह देखता ले आसी, के हो जी आओ? सब देख लिया बापू, की दसा तेनू, अर्शां दी परी है तेरी नू, हाथ लाया तो मैली हुंदी है, खोटा सिक्का कहंदा ही ना मैनू, पौंड बन के दिखाऊ तेनू तेरा जैली पौंड। वो तो ने तेनू पसंद के में कर लिया। ओ बापू ओ ता जमा ही मर गई तेरे मुंडे ते, कहंदी इन्ना सोहना सनखा जवान गबरू ता सारे यूके च है नी। और ओ तो मेनू कोई समझ नहीं आ रहा तू की कह रहे है। तू समझ के की लेना है बापू, बस तू आ चादरा छड के पेंट पाउण दी तैयारी कर, फटाफट ना मेरे ब्याह दी तारीख पक्की कर दे बापू। ओए तारीख पक्की कर दे बापू, कबड़ा हो गया तू, तारीख ब्याह आराम ना गल कर। बे पुत की कर जांदा है, बे प्यो नु क्यों फड़ी खड़ा? बेबे बेबे जी, ओ बेबे मैं तेनु ओ एक मिनट यार मेनू दसन दे भाई, तेनु बहुत-बहुत बधाइयां हो, हुण आपां जिद रीत दी मंगनी करनी है ना, ओदे तेरे पुत दी मंगनी कर देनी है इको दिन। ओ की बोली जाने हो, ना कुड़ी देखी ना कुछ और? ओ बेबे मैं सारा कुछ देख लिया, तेरी नूं वर्गी आले दाले पच्चियां पिंडां च नहीं होनी। बाद वाले भाई गल इदां होई आ के वलैतो एक कुड़ी आई आ तो तेरे मुंडे नूं पसंद कर बैठी है। सच्ची? सच कह रहे वीरे? लै होर, ओ मैं सोचा उत्थे तेनू कोई ना कोई सामने वाला भी चाहिए कि नहीं है? भाई मुख दी गल ए आ के आंदे बुधवार नूं आपां इन्हां दोनों की मंगनी कर दिंदे आ ते दो दिन बाद ब्याह कर देवांगे। बिल्कुल ठीक। हाय मेरे रब्बा, मैनूं तां यकीन ही नहीं आंदा। ओ बेबे कदे कदाई तां यकीन कर लिया कर रब दे पुत्ते, बस चुप करके मेरे सिर ते हथ रख दे बस। ओ बापू तू भी रख दे हुण, दे दे आशीर्वाद। दिलजीत तू मैनूं केड़ी विचार चर्चा लई इत्थे संदेश दे के बुलाया? अजी दा जेड़ा कस के आया तू इन्हूं किदा पंजाबी च भी दस सकदी आ? भाषा दी गहराई नूं मापना सिख दिलजीत। ए किधर बूथी चुकी आंदी आ? हे टीजे की हाल है? I'm fine। ते तू इत्थे बैठा की करदा है? She's Kulwant, Kulai। You wanna? Shut your mouth। अब let me introduce her। She's Candy, Candy। Candy from UK। Yeah, she's good friend of mine। UK। Hi। Hello। मैं क्या तू इत्थे भी carry on है? छेड़ियां नू UK छड़ के आया हूँ ना तो की बढ़ू? Hey, किधर दिया गला कर दी तू? क्यों मेरे लिए प्रॉब्लम खड़ी कर दी है? नो हनी, मैं तो सगो तेनू प्रॉब्लम चो कड्डण आई हां। देख पहले तू मेनू छड्डिया, फिर डॉली ते ओ बेचारी विंकी, ओदा की कसूर सी? पंजाबी कुड़ियां ते बड़ियां सिद्धियां होंदियां, इना बेचारियां नू ते छड़ दे। हे कुलवंत किथे चलीयां? अपने मुंह चो मेरे नां दा उच्चारण ना कर दिलजीत। पहला कहंदा सी हीर दी गल सुन, सस्ती दा विस्तार कर, तू ता रिश्तियां दी मारच खोखला थम निकलिया, तके बात है तू, हुण मैं विदा लेनी है। हे कुलवंत लिसन, किते समाजी कल्चर क्रिएट कर दी आ? कैंडी किते तेरा दिमाग खराब है? किदा पहली यार जिंदगी को कुड़ी मिली आ ने किदा उनु भी भजाता है तू? लिसन हनी, जेड़ी कुड़ी मेरी थोड़ी जी गल सुन के भज गई ओ तेनू कोई लव शव नहीं करदी, ओ सिर्फ यूके जाना मांगदी है। लिसन मेरी केयर करने की लोड़ नहीं तेनू, किते मैं अपनी केयर कर सकदा हां, गल्ला मारती है। ओके फाइन कूल। पाजी आज तुसी मेनू इत्थे कादे वास्ते बुलाया? असी किथे बुलाया वीर जी, ए तां कैंडी ने बुलाया है, कहंदी मंगनी तो पहला पार्टी करनी है। ओ अच्छा अच्छा फिर तां ठीक है पाजी, पर मैं पहला कदे इस जगह ते आया नहीं। पर हुण है ना थामा दी आरत पाला वीर जी, यूके जाके पता नहीं की कॉस देखना पैणा है। हेलो एवरीबॉडी, हे टीजे, हाउ आर यू? गुड गुड नॉट बैड। हाय हनी। पाजी एक और है कैंडी। अच्छा 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 थोड़ी कैंडी। हे जेली, ਤੁਸੀਂ ਪਹਿਲਾਂ ਸਲਵਾਰ ਕਮੀਜ਼ ਨਹੀਂ ਪਾਉਂਦੇ ਸੀਗੇ? ਉਹ ਸਲਵਾਰ ਕਮੀਜ਼ ਤਾਂ ਦਿਨੇ ਪਾਉਂਦੀ ਆ, ਰਾਤ ਨੂੰ ਇਹੋ ਜਿਹੇ ਕੱਪੜੇ ਪਾਉਣੇ ਪੈਂਦੇ ਆ। ਉਹ ਕਿਉਂ? ਯੂਕੇ ਚ ਕਲੱਬ ਚ ਡਾਂਸਰ ਆ। ਸੌਰੀ ਡਾਰਲਿੰਗ,
ਇਹਦੇ ਬਗੈਰ ਮੇਰਾ ਚੱਲਦਾ ਨਹੀਂ। ਨਾ ਪ੍ਰੋਬਲਮ, ਆਪਣੇ ਵੀਰ ਜੀ ਵੀ ਪੀਂਦੇ ਆ। ਹੈ ਜੀ, ਨਹੀਂ ਮੈਂ ਨਹੀਂ ਪੀਣੀ। ਕਿਉਂ? ਮੈਂ ਪੀਂਦੇ ਨਹੀਂ। ਇਸ ਓਕੇ, ਕਿਦਾ ਜੇ ਪੀਂਦੇ ਨਹੀਂ ਤਾਂ ਆਪਾਂ ਫੋਰਸ ਥੋੜੋ ਕਰ ਸਕਦੇ ਆ। ਨੋ ਪ੍ਰੋਬਲਮਸ। ਟੀਜੇ, ਮੈਂ ਪੂਰੇ 5 ਸਾਲ ਤੇਰੇ ਨਾਲ ਗੁਜ਼ਾਰੇ। ਹਾਂ ਯਾ। ਪਰ ਤੂੰ ਮੇਰੀ ਕੇਅਰ ਹੀ ਨਹੀਂ ਕੀਤੀ। ਬਟ ਨਾਓ ਆਈ ਐਮ ਸੌਰੀ। ਹੁਣ ਤਾਂ ਮੈਂ ਕਿਸੇ ਹੋਰ ਨਾਲ ਰਹਿਣਾ ਮੰਗਦੀ ਹਾਂ। ਇਸ ਓਕੇ ਕੈਂਡੀ। ਕਿਤੇ ਮੈਨੂੰ ਪਤਾ ਹੈ ਤੇਰਾ ਦਿਲ ਹੁਣ ਮੇਰੇ ਤੋਂ ਭਰ ਗਿਆ ਆ। ਗੋਹਰ, ਇਹ ਵੀ ਤਾਂ ਕਿਦਾਂ ਆਪਣਾ ਹੀ ਵੀਰ ਭਰਾ ਆ। ਤੇ ਫਿਰ ਮੈਂ ਡਾਂਸ ਕਰ ਲਵਾਂ ਕਿਰਾਂ ਗੋਇੰਦ ਦਾ। ਮੈਨੂੰ ਕੀ ਪੁੱਛਦੀ ਆ, ਵੀਰ ਜੀ ਨੂੰ ਪੁੱਛ ਲਾ। ਮੈਂ ਡਾਂਸ ਕਰ ਸਕਦੀ ਹਾਂ ਜੀ, ਪਲੀਜ਼। ਵੈਸੇ ਤੂੰ ਮੈਨੂੰ ਤੰਗ ਤਾਂ ਬਹੁਤ ਕੀਤਾ ਆ, ਪਰ ਮੈਂ ਤੈਨੂੰ ਜਿੱਤ ਹੀ ਲਿਆ। ਤੂੰ ਤਾਂ ਜਿੱਤਿਆ ਕਿਉਂਕਿ ਮੈਂ ਹਾਰੀ। ਜੇ ਮੈਂ ਨਾ ਹਾਰਦੀ ਫੇਰ? ਫੇਰ ਮੈਂ ਤੇਰੀਆਂ ਮੱਚਾਂ ਚਾੜਨੀਆਂ ਸੀ ਰਾਂਝਾ ਸਟਾਈਲ। ਹੇ ਕੈਂਡਸ, ਕਿੱਦਾਂ ਆਇਆ ਨਹੀਂ ਤੇਰਾ ਪ੍ਰਾਹੁਣਾ? ਛੇੜਦਾ ਪਿਆ ਮੈਨੂੰ। ਅੱਛਾ ਸੁਣ, ਮੈਨੂੰ ਘਬਰਾਹਟ ਹੋ ਰਹੀ ਹੈ। ਵਾਈ? ਜੇ ਉਹ ਆ ਗਿਆ ਫਿਰ? ਜੇ ਉਹ ਆ ਗਿਆ ਤਾਂ ਫੀਕੀਆ ਕਿਤਾ ਪਾ ਦੇਣੀ ਉਹਦੇ ਮੁੰਦਰੀ। ਤੂੰ ਤਾਲੀ ਚੱਪਕੇ ਜਾਊ। ਬਸ ਫਿਰ ਕਾਕਾ ਕਿਦਾਂ, ਥੱਲੇ ਨਹੀਂ ਉਤਰਦਾ, ਉੱਪਰ ਹੀ ਲੱਗੋ ਸੀ ਤੇਰੇ। ਉਹ ਬਰਾੜ ਸਾਹਿਬ, ਸ਼ਗਨ ਨੂੰ ਦੇਰ ਹੁੰਦੀ ਜਾ ਰਹੀ ਹੈ, ਬੁਲਾਓ ਨਾ ਕਾਕਾ ਜੀ ਨੂੰ। ਬਸ ਬਾਪੂ ਜੀ ਹੁਣੇ ਆਉਂਦਾ ਜੀ। ਭਲੀਏ ਲੋਕੇ, ਕਿੱਥੇ ਗਿਆ ਤੇਰਾ ਚੰਨ ਚਿਰਾਗ? ਬਾਹਰ ਸਾਰੇ ਬੈਠੇ ਉਹਨੂੰ ਉਡੀਕੀ ਜਾਂਦੇ ਆ, ਚਾਹ ਬਾਹਰ ਲੈ ਕੇ ਆ। ਮੈਂ ਤਾਂ ਸਾਰਾ ਘਰ ਛਾਣ ਮਾਰਿਆ, ਮੈਨੂੰ ਤਾਂ ਕਿਤੇ ਨਹੀਂ ਦਿਖਿਆ। ਹੁਣੇ ਰੂਲੇ ਨੂੰ ਭੇਜਿਆ ਕਿ ਚਾਹ ਨੂੰ ਲੱਭ ਕੇ ਲੈ ਕੇ ਆ। ਸਾਡਾ ਜੀ ਖੇਤੋਂ ਮੈਂ ਛੁਪਾ ਬੈਠਾ। ਭਲੀਏ ਲੋਕੇ, ਤੂੰ 5 ਮਿੰਟ ਸਾਂਭ, ਮੈਂ ਉਹਨੂੰ ਲੈ ਕੇ ਆਉਣਾ। ਜੈਲੀ, ਓ ਜੈਲੀ, ਓ ਜੈਲੀ ਪੁੱਤ, ਓਏ ਪੁੱਤ ਜੈਲੀ, ਓ ਪੁੱਤ ਘਰ ਪਰਾਉਣੇ ਆਏ ਬੈਠੇ ਆ, ਤੂੰ ਇੱਥੇ ਬੈਠਾ ਹੀ ਕਰਨ ਦਿਆ? ਹੈ, ਚਲ ਆ ਜਾ, ਬਾਹਰ ਆ ਜਾ। ਮੈਂ ਨਹੀਂ ਆਉਣਾ। ਪੁੱਤਰ ਸ਼ਗਨ ਦੀ ਤਿਆਰੀ ਹੋਈ ਬੈਠੀ ਆ, ਚਲ ਆ ਜਾ ਮੇਰੇ ਨਾਲ, ਆ ਜਾ ਮੇਰਾ ਪੁੱਤ। ਜਦ ਮੈਂ ਕਹਿਤਾ ਇੱਕ ਵਾਰੀ ਮੈਂ ਨਹੀਂ ਆਉਣਾ। ਮੈਂ ਨਹੀਂ ਆਉਣਾ? ਓ ਪੁੱਤ, ਮਾਂ ਤੇਰੀ ਪੈਂਟਾਂ ਸਵਾਈ ਬੈਠੀ ਆ ਲੰਡਨ ਜਾਣ ਨੂੰ, ਹੈ? ਓ ਮੈਂ ਸੂਟ ਸਵਾਉਣ ਦੀ ਤਿਆਰੀ ਕਰਨ ਦਿਆ, ਹੈ? ਇੰਨੀ ਸੋਹਣੀ ਕੁੜੀ ਨਾਲ ਤੇਰਾ ਵਿਆਹ ਹੋ ਰਿਹਾ, ਚਲ ਆ ਜਾ ਮੇਰੇ ਪੁੱਤ। ਓ ਬਾਪੂ, ਮੈਂ ਨਹੀਂ ਉਹ ਕੁੜੀ ਨਾਲ ਵਿਆਹ ਕਰਾਉਣਾ। ਚਲ ਨਾ ਕਰ, ਬਾਹਰ ਤਾਂ ਆ ਪੁੱਤ। ਓਏ ਬਾਹਰ ਰਾਜਾ, ਜਿਵੇਂ ਕਹੇਗਾ ਮੈਂ ਕਰ ਲੂੰਗਾ। ਵਾਦਾ ਕਰ, ਨੇਮ ਚੱਕ ਵੀ ਪੱਕਾ, ਮੇਰਾ ਵਿਆਹ ਤਾਂ ਨਹੀਂ ਹੋਣ ਦਿੰਦਾ ਫਿਰ। ਚੱਲ ਜਿਵੇਂ ਤੂੰ ਕਹੇਗਾ ਮੈਂ ਉਦਾਂ ਹੀ ਕਰ ਲੂੰਗਾ। ਪੱਕਾ? ਆ ਜਾ, ਦੇਖ ਲੈ। ਓ ਪੁੱਤ ਆ ਨਾ, ਆ ਜਾ, ਆ ਜਾ, ਆ ਜਾ। ਸੁਤਿਆ ਹੱਡਾ ਧੋਖਾ, ਸੜਿਆ ਕੁੱਪ ਚ ਬੈਠਾ ਆਂਡੇ ਦੇਣ ਦਿਆ। ਏ ਧੋਖਾ, ਵਿਆਹ ਤਾਂ ਤੇਰਾ ਪਿਓ ਵੀ ਕਰਵਾਊਗਾ। ਓਏ ਨਾ ਕਰਾਇਓ, ਮਾਰਿਆ ਜਾਏਗਾ, ਮੇਰੇ ਵਾਂਗੂ ਲੁਕਣ ਲਈ ਕੁੱਪ ਲੱਭਦਾ ਫਿਰੇਗਾ ਬਾਪੂ। ਓਏ ਕੰਜਰਾ, ਚੁੱਪ ਕਰਕੇ ਤੁਰਦਾ ਕਰ ਪਿੰਡ ਨੂੰ, ਹਾਂ? ਨਹੀਂ ਤਾਂ ਮੈਂ ਤੈਨੂੰ ਛਤਰਾਉਣ ਕਰਦਾ ਲੈ ਕੇ ਜਾਊਂਗਾ, ਸੁਣਿਆ ਨਹੀਂ? ਬਾਹਰ ਛੱਡ, ਨਾਲੇ ਗੱਲ ਛੱਡ ਮੇਰਾ, ਚੱਲਦਾ 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 ਚੱਲਦਾ, ਤੇਰੇ ਵਾਂ ਮੈਨੂੰ। ਹੁਣ ਸਕੂਤ ਆਇਆ ਤੂੰ ਅੱਤਰ ਬਾਪੂ, ਹਾਂ ਲੈ ਫੜ ਲੈ। ਓਏ ਗੰਦਗੀਆਂ ਲਾਦੇ, ਕਿੱਥੇ ਜਾਏਗਾ ਭੱਜ ਕੇ ਪੁੱਤ? ਓ ਬਾਪੂ, ਆਈਦਿਆਂ ਨੂੰ ਮਾਰ ਕੇ ਆਉਂਦੇ ਹੁੰਦੇ ਆ, ਕੰਜਰਾ ਲੱਗਦਾ ਨਾ। ਓਏ ਕਿੱਥੇ ਭੱਜਦਾ ਕਰ? ਓਏ ਭੱਜਣ ਤੇ ਮੈਂ ਤੈਨੂੰ ਨਹੀਂ ਗੰਦਾ, ਗੰਦਗੀਆਂ ਲਾਦੇ ਲੜੜ ਤਾਂ ਮੈਂ ਤੈਨੂੰ ਪੁੱਤ ਭੇਜ ਕੇ ਰਹੂੰਗਾ। ਓਏ ਇੰਨੀ ਬੀਬੀ ਕੁੜੀ ਮਿਲੀ ਆ ਤੈਨੂੰ, ਹੈ? ਤੂੰ ਕੀ ਕਹਿਣਾ, ਮੈਂ ਨਾ ਮਾਨੂੰ? ਓਏ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੇਰਾ? ਓਏ ਦਿਮਾਗ ਤਾਂ ਮੇਰਾ ਹੁਣ ਕੰਮ ਕਰਨ ਲੱਗਿਆ ਬਾਪੂ। ਏ ਉਹ ਬੀਬੀ ਬੁੱਬੀ ਕੁੜੀ ਕੋਈ ਨਹੀਂ, ਉਹ ਤਾਂ ਭੜਕਦੀ ਆਤਮਾ, ਭੜਕਦੀ ਆਤਮਾ। ਓਏ ਸਾਲਿਆ, ਨਸ਼ਾ ਜ਼ਿਆਦਾ ਤੇ ਨਹੀਂ ਕਰ ਲਿਆ ਤੂੰ? ਓਏ ਨਸ਼ਾ ਤਾਂ ਸਾਰਾ ਉਹਨੇ ਲਾਤਾ ਮੇਰਾ। ਓਏ ਗੰਦਗੀ ਔਲਾਦੇ, ਓਏ ਪੁੱਠੀ ਮਤ ਵਾਲਿਆ, ਓਏ ਲੋਕ ਤਾਂ 20-20 ਲੱਖ ਦਿੰਦੇ ਬਾਹਰ ਜਾਣ ਨੂੰ, ਤੇ ਤੂੰ ਆਪਣੇ ਪਿਓ ਨੂੰ ਕੰਜਰਾ ਖੇਤਾਂ ਨੂੰ ਭਜਾਈ ਫਿਰਦਾ। ਓਏ ਬਾਪੂ, ਜੇ ਕੋਈ ਮੈਨੂੰ 20 ਲੱਖ ਨਾਲ ਵੀ ਦੇਵੇ ਨਾ, ਮੈਂ ਤਾਂ ਵੀ ਨਹੀਂ ਜਾਂਦਾ। ਓਏ ਤੋਬ ਹੈ ਮੇਰੀ, ਓਏ ਤੂੰ ਮੇਰੀ ਮਾਂ ਬਣ ਰਹੀ ਜਾਂ। ਓਏ ਬਾਪੂ, ਚੱਲਦੇ 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 ਓਏ ਵਾਪਸ ਆ ਜਾ, ਨਹੀਂ ਤਾਂ ਮੈਂ ਗੋਲੀ ਮਾਰ ਦੂੰ ਤੈਨੂੰ। ਓਏ ਤੇਰੇ ਵਰਗੀ ਔਲਾਦਾਂ ਜੰਮੇ ਕਿਸੇ ਦੇ? ਓਏ ਤੂੰ ਤਾਂ ਮੇਰਾ ਮੂੰਹ ਕਾਲਾ ਕਰਾਤਾ, ਵਾਪਸ ਆ ਜਾ ਕੰਜਰਾ। ਓਏ ਕੰਜਰਾ, ਮੈਂ ਲੋਕਾਂ ਨੂੰ ਕੀ ਮੂੰਹ ਵਿਖਾਊਂਗਾ? ਰੱਬ ਕਿਸੇ ਨੂੰ ਇਹੋ ਜਿਹੀ ਔਲਾਦ ਨਾ ਦੇਵੇ, ਭਲਾ ਹੋ ਜਾਵੇ ਤੇਰਾ। ਮੈਂ ਕਿਹਾ ਜੀ ਕੀ ਹੋਇਆ, ਕਿੱਥੇ ਚੱਲੀ? ਟੱਠੇ ਖੂਹ ਚ।
ਖੇ ਪਾ ਗਿਆ ਸਿਰ ਚ ਮੇਰੇ ਕੀ ਗੱਲ ਬਾਈ ਭਰਾੜ ਸਾਹਿਬ ਤੁਸੀਂ ਤਾਂ ਕੱਲੇ ਹੀ ਤੁਰੀ ਆ ਰਹੇ ਹੋ ਮੁੰਡਾ ਕਿੱਥੇ ਹੈ ਕੀ ਦੱਸਾਂ ਬਾਪੂ ਜੀ ਕੱਲ ਜਾਂ ਮੂੰਹ ਨੂੰ ਆਉਂਦਾ ਉਹ ਕੁੜੀਆਂ ਭਾਈ ਦੀਆਂ ਤਾਂ ਸੁਣੀਆਂ ਸੀ ਮੁੰਡਾ ਭਾਈ ਦਾ ਪਹਿਲੀ ਵਾਰ ਵੇਖਿਆ ਕਿਸਮਤ ਹੀ ਮਾੜੀ ਆ ਬਾਪੂ ਜੀ ਮੁੰਡਾ ਭੱਜ ਗਿਆ ਮੇਰਾ ਮੁੰਡਾ ਭੱਜ ਗਿਆ ਮਤਲਬ ਬਟ ਅੰਕਲ ਜੀ ਇਹ ਕੈਂਡੀ ਦਾ ਕੀ ਹੋਊਗਾ ਇਹ ਤਾਂ ਅਸੀਂ ਸਪੈਸ਼ਲ ਮੰਗਾਈ ਆ ਯੂਕੇ ਤੋਂ ਵਿਆਹ ਲਈ ਹੈ ਜੀ ਮੈਨੂੰ ਮਾਫ ਕਰ ਦਿੱਤੀ ਹੈ ਮੈਂ ਤੇਰਾ ਗੁਨਾਹਗਾਰ ਆ ਇਹ ਗੱਲ ਦੱਸਾਂ ਪੁੱਤਰ ਉਹ ਮੁੰਡਾ ਹੀ ਤੇਰੇ ਲਾਇਕ ਨਹੀਂ ਸੀ ਮੇਰਾ ਤੇ ਸਾਰਾ ਫਿਊਚਰ ਹੀ ਸਪੋਇਲ ਹੋ ਗਿਆ ਅੰਕਲ ਬਟ ਕੀ ਕਰ ਸਕਦੇ ਹਾਂ ਇਹਦੇ ਚ ਤੁਹਾਡਾ ਵੀ ਤੇ ਕੋਈ ਕਸੂਰ ਨਹੀਂ ਹੈ ਜਿਉਂਦੀ ਰਹਿ ਪੁੱਤਰ ਜਿਉਂਦੀ ਰਹਿ ਕਿੱਦਾਂ ਹੁਣ ਖੁਸ਼ ਆ ਨੋ ਵਾਈ ਲੈ ਉੱਥੇ ਤਾਂ ਕਿਤੇ ਸਾਰਾ ਹੁਣ ਗੋਟ ਹੋਇਆ ਆ ਹੁਣ ਕੀ ਕਹਿਣਾ ਮੰਗਦੀ ਆ ਗੋਟਿਆ ਮੈਂ ਮੰਗਣੀ ਕਰਨਾ ਮੰਗਦੀ ਆ ਜੇਲੀ ਤੇ ਕਿਤੇ ਭੱਜ ਗਿਆ ਆ ਹੁਣ ਇਸ ਵੇਲੇ ਮੁੰਡਾ ਕਿਤੋਂ ਲੱਭ ਕੇ ਲਿਆਣਾ ਆ ਤੇਰੇ ਵਾਸਤੇ ਮੈਂ ਤੂੰ ਹੈ ਨਾ ਹੇ ਕਿਡਿੰਗ ਮਜ਼ਾਕ ਕਰਦੀ ਆ ਕਿੱਦਾਂ ਹੈ ਹੋਰ ਕੋਈ ਨਹੀਂ ਲੱਭਾ ਤੈਨੂੰ ਜੋਕਾ ਮਾਰਨ ਵਾਸਤੇ ਲੱਭਦੀ ਤਾਂ ਮੈਂ ਕਦੋਂ ਦੀ ਫਿਰਦੀ ਆ ਤੂੰ ਵੀ ਮੇਰੇ ਕਾਬੂ ਨਹੀਂ ਆਇਆ ਅੱਜ ਤੱਕ ਕੈਂਡੀ ਆ ਕਿੱਦਾਂ ਦੀਆਂ ਗੱਲਾਂ ਕਰਦੀ ਆ ਤੂੰ ਕਿੱਦਾਂ ਇੱਦਾਂ ਥੋੜੋ ਹੁੰਦਾ ਆ ਕੱਲਾ ਛੱਲਾ ਕੁਛ ਨਹੀਂ ਚੁੱਪ ਕਰਕੇ ਮੇਰੇ ਕੋਲ ਮੁੰਦਰੀ ਪਵਾ ਲੈ ਨਹੀਂ ਤਾਂ ਸਾਰਿਆਂ ਨੂੰ ਦੱਸਾਂਗੇ ਇਹ ਸਭ ਡਰਾਮਾ ਸੀ ਤੇ ਉਹ ਵਿਚਾਰਾ ਰੂਪ ਉਹਦੀ ਮੰਗਣੀ ਵੀ ਤੁੜਵਾ ਦਾਂਗੇ ਕਹਿੰਦੀ ਤੂੰ ਇੱਦਾਂ ਕਿੱਦਾਂ ਕਰ ਸਕਦੀ ਆ ਕਿਤੇ ਜ਼ੁਲਮ ਆ ਹੁਣ ਗੁੱਡ ਬੋਏ ਦੀ ਤਰ੍ਹਾਂ ਮੇਰੇ ਨਾਲ ਵਾਲੀ ਸੀਟ ਆ ਕੇ ਪੈ ਜਾ ਓਕੇ ਸੋਚ ਲੈ ਕਹਿੰਦੀ ਐਕਸਕਿਊਜ਼ ਮੀ ਲੇਡੀਜ਼ ਐਂਡ ਜੈਂਟਲਮੈਨ ਹੇ ਕਹਿੰਦੀ ਕੂਲ ਕੂਲ ਆਮ ਸਿਟਿੰਗ ਕਿਦਾਂ ਮੈਂ ਕਿਹੜਾ ਭੱਜਿਆ ਆ ਤੇਰੇ ਕੋਲੇ ਬੈਠਾ ਹਾਂ ਕਿਜੇ ਤੂੰ ਇੱਥੇ ਕਿਉਂ ਬੈਠਾ ਆ ਤੇਰੀ ਚੇਅਰ ਨਹੀਂ ਕਿਦਾਂ ਜੀ ਤੂੰ ਆ ਚੇਅਰ ਤੇ ਬਹਿਣਾ ਮੰਗਦਾ ਹੈ ਨਾ ਤੇ ਮੈਨੂੰ ਵੀ ਉਹ ਚੇਅਰ ਤੇ ਬਹਿਣਾ ਪੈਣਾ ਹੀ ਆ ਕਿਤੇ ਜੇ ਮੈਂ ਇਸ ਚੇਅਰ ਤੇ ਨਾ ਬੈਠਿਆ ਤੂੰ ਦੋਵਾਂ ਨੂੰ ਖਾਲੀ ਹੱਥੀ ਜਹਾਜ਼ ਚੜਾ ਦੇਣੇ ਕਿਤੇ ਸਮਝਿਆ ਕਰੋ ਜੈਲੇ ਬੀਰੇ ਨੇ ਤਾਂ ਅਚਾਨਕ ਵਿਆਹ ਲਈ ਨਾ ਕਰਤੀ ਆ ਪਰ ਮੇਰਾ ਫਰੈਂਡ ਡੀਜੇ ਵਿਆਹ ਲਈ ਤਿਆਰ ਆ ਤੇ ਕਹਿੰਦੀ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਨਾ ਪੁੱਤਰ ਨਾ ਇਤਰਾਜ ਕਾਹਦਾ ਓਏ ਤੂੰ ਤਾਂ ਮੇਰੇ ਸਿਰ ਤੋਂ ਬਹੁਤ ਵੱਡਾ ਬੋਝ ਲਾਤਾ ਪੁੱਤਰਾ ਪਹਿਲਾਂ ਮੈਂ ਇੱਕ ਧੀ ਤੋਰਨੀ ਸੀ ਹੁਣ ਮੈਂ ਦੋ ਵਿਦਾ ਕਰ ਦੂੰ ਹੈ